ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਅਤੇ ਮੈਂ ਹਰਪ੍ਰੀਤ ਸਿੰਘ ਸਭ ਜਾਣਦੇ ਨੇ ਸਾਕਾ ਨੀਲਾ ਤਾਰਾ ਅਤੇ 1984 ਸਿੱਖ ਕਤਲੇਆਮ ਨੂੰ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਦੇਸ਼ ਦੀ ਸੱਤਾ ਤੇ ਉਸ ਵੇਲੇ ਦੀ ਕਾਬਜ ਸਰਕਾਰ ਉਤੇ ਇਹਨਾਂ ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਲੱਗਦਾ ਆਇਆ ਇਸ ਸਾਜ਼ਿਸ਼ ਦਾ ਖੁਲਾਸਾ ਹਾਲਾਂਕਿ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਪਰ ਕਿਸੇ ਦੇ ਰਾਸ਼ਟਰਪਤੀ ਦੀਆਂ ਤਾਕਤਾਂ ਖੋਲੀਆਂ ਜਾਣ ਅਤੇ ਉਸ ਦੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਇਹ ਉਸ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਹੋਰ ਜ਼ਿਆਦਾ ਪਖਤਾ ਸਬੂਤ ਨੇ ਸਾਲ 1984 ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਉਹ ਸ਼ਖਸੀਅਤ ਸਨ ਜੋ ਸੰਤਾ ਦੇਸ਼ ਦੇ ਰਾਸ਼ਟਰਪਤੀ ਅਤੇ ਭਾਰਤੀ ਫੌਜਾਂ ਦੇ ਸੁਪਰੀਮ ਕਮਾਂਡਰ ਪਰ باوجود ਇਸ ਦੇ ਉਹਨਾਂ ਦੀਆਂ ਸਾਰੀਆਂ ਤਾਕਤਾਂ ਖੋਲੀਆਂ ਗਈਆਂ ਇੱਕ ਲਾਚਾਰ ਬੇਬਸ ਰਾਸ਼ਟਰਪਤੀ ਬਣਾ ਦਿੱਤਾ ਗਿਆ ਜੋ ਉਹਦੇ ਵਜੋਂ ਤਾਂ ਰਾਸ਼ਟਰਪਤੀ ਸਨ ਪਰ ਤਾਕਤ ਪੱਖੋਂ ਇੱਕ ਬੇਬਸ ਇਨਸਾਨ ਜੋ ਚਾਹੁੰਦੇ ਹੋਏ ਵੀ ਕੁਝ ਨਾ ਕਰ ਸਕਿਆ ਜੀ ਹਾਂ ਇਹ ਸਚਾਈ ਬਿਆਨ ਕੀਤੀ ਹੈ ਮਰਹੂਮ ਗਿਆਨੀ ਜ਼ੈਲ ਸਿੰਘ ਦੀ ਬੇਟੀ ਡਾਕਟਰ ਗੁਰਦੀਪ ਕੌਰ ਨੇ ਜੋ ਉਸ ਵੇਲੇ ਦੇ ਉਹਨਾਂ ਸਾਰੇ ਹਾਲਾਤਾਂ ਦੇ ਚਸ਼ਮਦੀਦ ਨੇ ਉਹਨਾਂ ਨਾਲ ਖਾਸ ਮੁਲਾਕਾਤ ਕੀਤੀ ਸਾਡੇ ਮੁੱਖ ਸੰਪਾਦਕ ਪ੍ਰਭਜੋਤ ਸਿੰਘ ਨੇ ਔਰ ਉਹਨਾਂ ਨਾਲ ਗੱਲਬਾਤ ਜੋ ਹੋਈ ਹੈ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਔਰ ਅਗਲਾ 1 ਘੰਟਾ ਪੂਰਾ ਤੁਹਾਨੂੰ ਦਿਖਾਵਾਂਗੇ ਸਸੰਸਨਿਕ ਖੁਲਾਸਿਆਂ ਦੇ ਨਾਲ ਕਿ ਆਖਰ ਕਿਸ ਤਰ੍ਹਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਾਲ ਤੱਕਾ ਕੀਤਾ ਗਿਆ ਉਹਨਾਂ ਦਾ ਫੋਨ ਕਿਸੇ ਨੇ ਅਟੈਂਡ ਨਹੀਂ ਕੀਤਾ ਕਿਸ ਤਰ੍ਹਾਂ ਵਾਰ-ਵਾਰ ਸੰਵਿਧਾਨ ਦੀ ਉਲੰਘਣਾ ਹੋਈ ਵੇਖੋ ਇਹ ਵਿਚਾਰ ਚਰਚਾ ਜਲਦ ਹਾਜ਼ਰ ਹੋਣਿਆਂ ਪੂਰੀ ਗੱਲਬਾਤ ਤਵਾ पीटीसी ਦੇ ਦਰਸ਼ਕਾਂ ਦਾ ਖਾਸ ਮੁਲਾਕਾਤ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਰੂਬਰੂ ਹੋਣਗੇ ਇੱਕ ਅਜਹੀ ਸ਼ਖਸੀਅਤ ਜਿਨ੍ਹਾਂ ਨੇ 1984 ਦੇ ਹੋਈਆਂ ਘਟਨਾਵਾਂ ਨੂੰ ਬਹੁਤ ਨੇੜਿਓਂ ਦੇਖਿਆ ਹੈ ਪਰਖਿਆ ਹੈ ਮੇਰੀ ਮੁਰਾਦ ਹੈ ਡਾਕਟਰ ਗੁਰਦੀਪ ਕੌਰ ਜੋ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਪੁਤਰੀ ਹਨ ਇਹ ਉਹਨਾਂ ਵਰਿਆਂ ਵਿੱਚ ਆਪਣੇ ਪਿਤਾ ਨਾਲ ਰਹੇ ਹੋਰ ਇਹਨਾਂ ਨੇ ਉਹ ਸਾਰੇ ਇਨਸੀਡੈਂਟ ਜੋ ਹੋਏ ਸਾਰੇ ਦੇਸ਼ ਭਾਰ ਵਿੱਚ ਬਾਹਰ ਬਹੁਤ ਨੇੜੇੋਂ ਕੇ ਦੇਖੇ ਤੇ ਅੱਜ ਉਹ ਸਾਡੇ ਨਾਲ ਉਹਨਾਂ ਵਰਿਆਦੀਆਂ ਜਿਹੜੀਆਂ ਯਾਦਾਂ ਨੇ ਸਾਡੇ ਨਾਲ ਸਾਂਝੀਆਂ ਕਰਨ ਸੋ ਉਹ ਸੜਨਾ ਗੱਲਬਾਤ ਕਰਨ ਉਹ ਅੱਜ ਸਾਡੇ ਕੋਲ ਆਏ ਹਨ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗਾ ਕਿ ਜੋ 84 ਦੇ ਘਟਨਾਵਾਂ ਹੋਈਆਂ ਕਿ ਗਿਆਨੀ ਜ਼ੈਲ ਸਿੰਘ ਜੋ ਤੁਹਾਡੇ ਪਿਤਾ ਜੀ ਸਨ ਬਹੁਤ ਸਨਮਾਨਜਨਕ ਉਸ ਵਕਤ ਰਾਸ਼ਟਰਪਤੀ ਰਹੇ ਸਾਡੇ ਹੁਮ ਮਿਨਿਸਟਰ ਰਹੇ ਪੰਜਾਬ ਦੇ ਚੀਫ ਮਿਨਿਸਟਰ ਰਹੇ ਕਿ ਵਾਕਈ ਹੀ ਪ੍ਰਭਾਵਿਤ ਹੋਏ ਸਨ 84 ਦੇ ਘਟਨਾਵਾਂ ਤੋਂ ਕਿੰਨਾ ਡੀਪਲੀ ਪ੍ਰਭਾਵਿਤ ਹੋਏ ਸਨ ਉਹ ਪ੍ਰਭਾਵਿਤ ਨਹੀਂ ਉਹ ਉਹਨਾਂ ਲਈ ਉਹ ਸਮਾਂ ਬਹੁਤ ਹੀ ਦਰਦਪਰਿਆ ਸੀ ਸਿਰਫ ਪ੍ਰਭਾਵਿਤ ਦੀ ਗੱਲ ਤਾਂ ਬਹੁਤ ਛੋਟੀ ਹੈ ਉਹ ਸਮਾਂ ਉਹਨਾਂ ਲਈ ਸਭ ਤੋਂ ਦਰਦ ਵਾਲਾ ਸਮਾਂ ਸੀ ਜੀ ਜਦੋਂ ਵਾਪਸ ਹੋ ਆਏ ਯਮਨ ਤੋਂ ਜੀ ਰਜੀਵ ਗਾਂਧੀ ਨੂੰ ਆਲ ਇੰਡੀਆ ਇੰਸਟੀਚਿਊਟ ਹੋ ਕੇ ਆਉਣ ਤੋਂ ਬਾਅਦ ਉਹਤ ਵੀ ਹੋ ਗਈ ਔਰ ਰਸਤੇ 'ਚ ਵੀ ਉਹ ਪ੍ਰੈਜ਼ੀਡੈਂਟ ਦੀ ਕਾਰ ਦੇ ਕਾਫਲੇ ਤੇ ਲੋਕਾਂ ਨੇ ਕੱਪੜਿਆਂ ਨੂੰ ਅੱਗ ਲਾ ਕੇ ਸੁਟਨੀਆਂ ਕੋਸ਼ਿਸ਼ ਕੀਤੀ ਜੀ ਸ਼ਾਇਦ ਕੋਈ ਪੱਥਰ ਵੀ ਸੁੱਟੇ ਔਰ ਉਸ ਤੋਂ ਬਾਅਦ ਜਦੋਂ ਵੀਆ ਸ਼ੁਰੂ ਹੋਇਆ ਜਦ ਉਹਨਾਂ ਨੂੰ ਜੋ ਫੋਨ ਆਏ ਉਹ ਇੰਨਾ ਪੇਨ ਉਹਨਾਂ ਦੇ ਮਨ 'ਚ ਸੀਗਾ ਇੰਨਾ ਦਰਦ ਉਸ ਆਦਮੀ ਦੇ ਮਨ 'ਚ ਸੀਗਾ ਉਹਨਾਂ ਨੇ ਉਸੇ ਵੇਲੇ ਫੋਨ ਕਰਨੇ ਸ਼ੁਰੂ ਕੀਤੇ ਪ੍ਰੈਮਿੰਿਸਟਰ ਹਾਊਸ ਹੋਮ ਮਿਨਿਸਟਰ ਹਾਊਸ ਸਭ ਤਰ੍ਹਾਂ ਪਰ ਕਿਸ ਤਰ੍ਹਾਂ ਹੋਇਆ ਕਿਉਂ ਨਹੀਂ ਕੰਟੈਕਟ ਹੋਇ ਮੈਂ ਇਹਨੂੰ ਐਕਸਪਲੇਨ ਤਾਂ ਨਹੀਂ ਕਰ ਸਕਦੀ ਪਰ ਇਹ ਹੋਇਆ ਕਈ ਵਾਰ ਫੋਨ ਵਿੱਚ ਉਹ ਕਨੈਕਟ ਮਤਲਬ ਮਿਲਦਾ ਹੀ ਨਹੀਂ ਸੀ ਕਨੈਕਸ਼ਨ ਨਹੀਂ ਸੀ ਮਿਲਦੇ ਜੀ ਇਹ ਕਿਉਂ ਕੀਤਾ ਕਿਉਂ ਹੋਇਆ ਮੈਂ ਨਹੀਂ ਕਹਿ ਸਕਦੀ ਪਰ ਉਹ ਆਦਮੀ ਸਾਰੀ ਰਾਤ ਬੈਠਾ ਟ੍ਰਾਈ ਕੋਸ਼ਿਸ਼ ਕਰਦੇ ਰਹੇ ਕਿ ਮੈਂ ਕਿਵੇਂ ਇਸ ਨੂੰ ਰੋਕਿਆ ਜਾਵੇ ਔਰ ਇਨਾ ਉਹਨਾਂ ਦੇ ਮਨ ਸੀ ਕਿ ਫੌਜ ਇਮੀਡੀਏਟਲੀ ਬੁਲਾ ਕੇ ਇਸ ਨੂੰ ਜੋ ਦਸ਼ ਦਸ਼ਦਤ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ। ਔਰ ਜੋ ਉਹ ਆਪਣੀ ਲੈਵਲ ਤੇ ਬੰਦੇ ਭੇਜ ਕੇ ਜੇ ਕਨੈਕਸ਼ਨ ਨਹੀਂ ਸੀ ਮਿਲਦੇ ਬੰਦੇ ਭੇਜ ਸਕਦੇ ਸੀ ਜਿੱਥੇ ਭੇਜੇ ਉਹਨਾਂ ਨੇ। ਜੋ ਵੀ ਬੰਦਾ ਉਸ ਵੇਲੇ ਕੋਈ ਕਿਸੇ ਨੂੰ ਇਨਫਲੂਐਂਸ ਕਰ ਸਕਦਾ ਸੀ ਕੋਈ ਉਸ ਆਦਮੀ ਦੀ ਗੱਲ ਦਾ ਅਸਰ ਹੁੰਦਾ ਸੀ ਉਹਨਾਂ ਨੇ ਹਰ ਤਰ੍ਹਾਂ ਦੀ ਕੋਸ਼ਿਸ਼ ਉਸ ਵੇਲੇ ਕੀਤੀ। ਔਰ ਉਹ ਸਾਰੀ ਰਾਤ ਬੈਠੇ ਰਹੇ। ਔਰ ਉਸ ਆਦਮੀ ਦੇ ਮਨ ਤੇ ਇੰਨਾ ਦਰਦ ਸੀ ਕੋਈ ਕੋਈ ਹੋਰ ਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗ ਸਕਦਾ ਮਤਲਬ ਤੁਹਾਡੇ ਕਹਿਣਾ ਮਤਲਬ ਹੈ ਕਿ ਜਦੋਂ ਇਹ ਕਈ ਚੀਜ਼ਾਂ ਜੋ ਬੇਬਸ ਵੀ ਔਰ ਉਹ ਉੱਠ ਕੇ ਖੜੇ ਹੋ ਜਾਣ ਸੀ ਵੀ ਮੈਂ ਕਿਵੇਂ ਇਹਨੂੰ ਬੰਦ ਕਰਾਂ ਮੈਂ ਤੁਹਾਡੇ ਕਹਿਣਾ ਮਤਲਬ ਹੈ ਕਿ ਜਦੋਂ ਦੰਗੇ ਸ਼ੁਰੂ ਹੋ ਗਏ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨ ਦੀ ਹੋਮ ਮਿਨਿਸਟਰ ਨਾਲ ਗੱਲ ਕਰਨ ਦੀ ਬਿਲਕੁਲ ਬਿਲਕੁਲ ਕੁਝ ਹੋਰ ਸੀਨੀਅਰ ਅਫਸਰਾਂ ਨਾਲ ਆਰਮੀ ਅਫਸਰਾਂ ਨਾਲ ਗੱਲ ਕਰਨ ਦੀ ਜਿੱਥੇ ਕੋਸ਼ਿਸ਼ ਕਰ ਸਕਦੇ ਸੀ ਲੇਕਿਨ ਜਵਾਬ ਨਹੀਂ ਉਹਨਾਂ ਨੂੰ ਉਸ ਹਰ ਬੰਦੇ ਨੂੰ ਹਰ ਪਾਵਰ ਨੂੰ ਉਹਨਾਂ ਨੇ ਟਰਾਈ ਕੀਤਾ ਤੇ ਇਹ ਰੁਕਿਆ ਜਾਵੇ ਪਰ ਉਹਨਾਂ ਦੇ ਟੈਲੀਫੋਨ ਦਾ ਜਾਂ ਉਹਨਾਂ ਦੇ ਮੈਸੇਜ ਦਾ ਜਵਾਬ ਨਹੀਂ ਉਹਨਾਂ ਨੂੰ ਆਗਲੇ ਦਿਨ ਤੱਕ ਨਹੀਂ ਹੋਇਆ ਨਹੀਂ ਆਇਆ ਸੀ ਤੇ ਕੀ ਉਹਨਾਂ ਨੇ ਜਦੋਂ ਜਾਂ ਟੈਲੀਫੋਨ ਵੀ ਵਿੱਚੋਂ ਮਤੋਂ ਬੰਦ ਹੋ ਜਾਂਦਾ ਸੀ ਕਿਉਂ ਹੁੰਦਾ ਸੀ ਇਹ ਤੇ ਉਹ ਹੀ ਜਾਣਦੇ ਆ ਜਾਂ ਗਵਰਨਮੈਂਟ ਜਾਣਦੀ ਹੈ ਜਾਂ ਜੀ ਤੇ ਉਸ ਤੋਂ ਬਾਅਦ ਉਹ ਕਾਫੀ ਪ੍ਰੇਸ਼ਾਨ ਰਹੇ ਕਿ ਉਹਨਾਂ ਨੇ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਇਹ ਦੰਗੇ ਜਾਂ ਜੋ ਹੋ ਰਿਹਾ ਉਹਨੂੰ ਠੱਲ ਪਾਈ ਜਾ ਸਕੇ ਕਿਉਂਕਿ ਬੇਕਸੂਰ ਲੋਕਾਂ ਤੇ ਬਹੁਤ ਜ਼ਿਆਦਾ ਅਣਕਹਿਤ ਅਕਹਿ ਉਸ ਵੇਲੇ ਜ਼ੁਲਮ ਹੋ ਰਿਹਾ ਸੀ ਤਾਂ ਉਹਨਾਂ ਨੇ ਕੀ ਦਿੱਲੀ ਦੀ ਪੁਲਿਸ ਜਾਂ ਦਿੱਲੀ ਦੇ ਲੈਫਟ ਹੈਂਡ ਗਵਰਨਰ ਜਾਂ ਦਿੱਲੀ ਦੇ ਏਰੀਆ ਕਮਾਂਡਰ ਜਿਹੜੇ ਆਰਮੀ ਦੇ ਉਹਨਾਂ ਨਾਲ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਹਰ ਬੰਦੇ ਨਾਲ ਹਰ ਬੰਦੇ ਨਾਲ ਜਿਹੜਾ ਵੀ ਉਸ ਚੀਜ਼ ਨੂੰ ਇਨਫਲੂਐਂਸ ਕਰ ਸਕਦਾ ਸੀ ਰੋਕਣ ਚ ਜੀ ਹਰ ਬੰਦੇ ਨਾਲ ਹਾਂ ਲੇਕਿਨ ਕਿਦਰੋਂ ਉਹਨਾਂ ਨੂੰ ਜਵਾਬ ਇਮੀਡੀਏਟ ਨਹੀਂ ਬਾਅਦ ਚ ਤੇ ਗੱਲਾਂ ਹੁੰਦੀਆਂ ਰਹੀਆਂ ਅਗਲੇ ਦਿਨ ਤੇ ਹੁੰਦੀਆਂ ਰਹੀਆਂ ਜੀ ਪਰ ਉਹ ਇਮੀਡੀਏਟ ਜੋ ਉਹਨਾਂ ਦਾ ਮਨ ਤੜਫ ਰਿਆ ਸੀ ਉਸ ਵੇਲੇ ਇਮੀਡੀਏਟਲੀ ਨਹੀਂ ਉਹ ਕੰਟੈਕਟ ਨਹੀਂ ਕਰ पाए ਕਿਉਂਕਿ ਇਹ ਜਿਹੜਾ ਬੰਦੇ ਭੇਜੇ ਜ਼ਰੂਰ ਉਹਨਾਂ ਨੇ ਮੈਸੇਜ ਭੇਜੇ ਜੋ ਕਰ ਸਕਦੇ ਸੀ ਜੀ ਫਿਰ ਉਹਨਾਂ ਨੇ ਜਿੰਨੀ ਕੋ ਉਹਨਾਂ ਦੀ ਬਾਡੀਗਾਰਡ ਹੁੰਦੀ ਹੈ ਉਹਨਾਂ ਬੰਦਿਆਂ ਨੂੰ ਵੀ ਭੇਜਿਆ ਜਿੱਥੇ ਉਹ ਪਤਾ ਲੱਗਦਾ ਸੀ ਵੀ ਕੁਝ ਕਰ ਸਕਣ ਤੇ ਰੋਕ ਸਕਣ ਪਰ ਕਿਉਂਕਿ ਉਹਨਾਂ ਦੇ ਕੰਟਰੋਲ ਅਜ਼ ਅ ਪ੍ਰੈਜ਼ੀਡੈਂਟ ਉਹ ਡਾਇਰੈਕਟ ਐਗਜ਼ੀਕਿਊਟਿਵ ਪਾਵਰ ਨਹੀਂ ਹੁੰਦੀ ਉਹ ਡਾਇਰੈਕਟ ਆਰਡਰ ਨਹੀਂ ਕਰ ਸਕਦੇ ਜੀ ਤੇ ਕਿਉਂਕਿ ਸ਼ਾਇਦ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਣਾ ਚਾਹਾਂਗਾ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਕਿਉਂਕਿ ਇੱਕ ਰਾਸ਼ਟਰਪਤੀ ਇੱਕ ਸੈਨਾਰਪਤੀ ਵੀ ਹੁੰਦਾ ਹੈ ਉਹ ਸੁਪਰੀਮ ਕਮਾਂਡਰ ਹੁੰਦਾ ਹੈ ਕੀ ਉਸ ਵੇਲੇ ਵੀ ਸਰਕਾਰ ਨੇ ਉਹਨਾਂ ਨੂੰ ਕੌਨਫੀਡੈਂਸ ਵਿੱਚ ਲਿਆ ਸੀ ਆਪਰੇਸ਼ਨ ਕਰਨ ਤੋਂ ਪਹਿਲਾਂ ਨਹੀਂ ਬਿਲਕੁਲ ਨਹੀਂ ਉਹਨਾਂ ਨੂੰ ਪਤਾ ਨਹੀਂ ਤੁਹਾਨੂੰ ਸ਼ਾਇਦ ਯਾਦ ਹੋਵੇ ਕੁਲਦੀਪ ਨૈયਰ ਨੇ ਇੱਕ ਵਾਰੀ ਆਰਟੀਕਲ ਲਿਖਿਆ ਸੀ ਕਿ ਗਿਆਨੀ ਜ਼ੈਲ ਸਿੰਘ ਪੁਲਿਸ ਜਾਣ ਤੋਂ ਰੋਕ ਰਿਹਾ ਗੁਰਦੁਆਰੇ ਚ ਜੀ ਤੁਸੀਂ ਇਮੇਜਿਨ ਕਰੋ ਜੇ ਉਸ ਵੇਲੇ ਉਹਨਾਂ ਨੇ ਪੁਲਿਸ ਨਹੀਂ ਜਾਣ ਦਿੱਤੀ ਤੇ ਫੌਜ ਦਾ ਤਾਂ ਉਹਨਾਂ ਨੇ ਕਿਸ ਤਰ੍ਹਾਂ ਮੰਨਣਾ ਸੀਗਾ ਇਹ ਤਾਂ ਉਹਨਾਂ ਨੂੰ ਪਤਾ ਹੀ ਬਾਅਦ ਚ ਲੱਗਾ ਕਿ ਫੌਜ ਭੇਜ ਦਿੱਤੀ ਤੇ ਐਕਸ਼ਨ ਹੋ ਗਿਆ ਜੀ ਉਹ ਪੇਨਫੁਲ ਸੀ ਉਹਨਾਂ ਲਈ कि जे ओ आदमी पहला एक, एक सिख ਦੇ ਘਰ ਚ ਜਨਮ ਲੈਂਦਾ ਤੇ ਉਹ ਇੱਕ ਪੱਕਾ ਸਿੱਖ ਹੈ ਜੀ ਸਿੱਖ ਤੇ ਧਾਰਮਿਕ ਇੱਕ ਸਿੱਖ ਹੋਣਾ ਜ਼ਰੂਰੀ ਨਹੀਂ ਪਰ ਉਹ ਇੱਕ ਪੱਕਾ ਧਾਰਮਿਕ ਆਦਮੀ ਹੈ ਜੀ ਠੀਕ ਹੈ ਫਿਰ ਇੱਕ ਦੇਸ਼ ਭਗਤ ਹੈ ਜਿਨੇ ਆਜ਼ਾਦੀ ਦੀ ਲੜਾਈ ਲੜੀ ਹੈ ਜੀ ਇੱਕ ਦੇਸ਼ ਭਗਤ ਇੱਕ ਪੱਕਾ ਸਿੱਖ ਧਾਰਮੀ ਆਦਮੀ ਉਹਨੂੰ ਕਿਵੇਂ ਲੱਗੇਗਾ ਇੱਕ ਗੁਰਦੁਆਰਾ ਜਿਸ ਦਾ ਉਹ ਪੁਜਾਰੀ ਹੈ ਜਿੱਥੋਂ ਨੇ ਸਿੱਖੀ ਦੀ ਸਾਰੀ ਸਿੱਖਿਆ ਵੀ ਉਸ ਜਗ੍ਹਾ ਤੋਂ ਲਈ ਜੀ ਘਰਮੰਦਰ ਸਾਹਿਬ ਚੋਂ ਉੱਥੇ ਪ੍ਰਚਾਰਕ ਬਣ ਕੇ ਉੱਥੋਂ ਸਿੱਖਿਆ ਵੀ ਉਸ ਗੁਰਦੁਆਰੇ ਤੇ ਇਹੋ ਜਿਹਾ ਐਕਸ਼ਨ ਉਸ ਆਦਮੀ ਲਈ ਕਿੰਨਾ ਫੇਅਰਫੁਲ ਉਹ ਅਸੀਂ ਦੇਖਿਆ ਉਹਨਾਂ ਦੀਆਂ ਅੱਖਾਂ 'ਚ ਨੀਰ ਕਿ ਉਸ ਗੁਰਦੁਆਰੇ ਤੇ ਅਟੈਕ ਹੋਇਆ ਕਾਰਨ ਕੁਝ ਵੀ ਹੋਵੇ ਉਹ ਨਹੀਂ ਚਾਹੁੰਦੇ ਵੀ ਇਸ ਕਾਰਨ ਨੂੰ ਇਉਂ ਮਟਾਇਆ ਜਾ ਇਹਨੂੰ ਹੋਰ ਤਰੀਕੇ ਨਾਲ ਜੋ ਵੀ ਉੱਥੇ ਗਲਤ ਹੈ ਉਹਨੂੰ ਠੀਕ ਕੀਤਾ ਜਾਵੇ ਉਹ ਉਸ ਦੇ ਅਗੇਂਸਟ ਨਹੀਂ ਸੀ ਕਿ ਉਹ ਠੀਕ ਨਾ ਹੋਵੇ ਉਹ ਜ਼ਰੂਰ ਠੀਕ ਹੋਵੇ ਪਰ ਗੁਰਦੁਆਰੇ 'ਤੇ ਅਟੈਕ ਹੋਵੇ ਉਹ ਕਦੀ ਵੀ ਪਸੰਦ ਨਹੀਂ ਅਸੀਂ ਇਹ ਗੱਲਬਾਤ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪ੍ਰੇਖਕੋ ਬਾਤ ਤੁਹਾਡਾ ਸਭ ਦਾ ਫੇਰ ਸਵਾਗਤ ਹੈ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰੇ ਸੀ ਕਿ ਕਿਸ ਤਰ੍ਹਾਂ ਗਿਆਨੀ ਜੈ ਸਿੰਘ ਫੀਲ ਕਰਦੇ ਸਨ ਇਹਨਾਂ ਦੋ ਵੱਡੇ ਦੁਖਾਂਤਾਂ ਬਾਰੇ ਪਹਿਲਾ ਆਪਰੇਸ਼ਨ ਬਲੂ ਸਟਾਰ ਉਸ ਤੋਂ ਬਾਅਦ ਜਿਹੜੇ 84 ਦੇ ਰਾਇਡਸ ਡਾਕਟਰ ਮੈਂ ਐਸ ਕਰਕੇ ਤੁਹਾਨੂੰ ਇੱਕ ਗੱਲ ਪੁੱਛ ਰਿਹਾ ਹਾਂ ਕਿਉਂਕਿ ਰਾਸ਼ਟਰਪਤੀ ਸਾਡੀ ਫੌਜਾਂ ਦਾ ਇੱਕ ਮੁੱਖ ਸੈਨਾਪਤੀ ਵੀ ਹੈ 84 ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਸ਼ਾਇਦ ਕੌਨਫੀਡੈਂਸ ਨਹੀਂ ਲਿਆ ਗਿਆ ਸੀ ਜਦੋਂ ਫਿਰ 84 ਦੇ ਰੌਇਡਸ ਸ਼ੁਰੂ ਹੋਏ ਕਿਉਂਕਿ ਉਸ ਵੇਲੇ ਵੀ ਰਾਸ਼ਟਰਪਤੀ ਸਨ ਸੈਨਾ ਦੇ ਮੁਖੀ ਸਨ ਤੇ ਉਹ ਐਜ਼ ਜਿਹੜੇ ਸੈਨਾਪਤੀ ਹੋਣ ਦੇ ਨਾਤੇ ਵੀ ਫੌਜ ਨੂੰ ਬੁਲਾ ਸਕਦੇ ਸਨ ਕਿ ਉਸ ਵੇਲੇ ਹਾਲਾਤ ਕੰਟਰੋਲ ਕੀਤੇ ਜਾਣ ਤਾਂ ਕੀ ਉਸ ਵੇਲੇ ਉਹਨਾਂ ਨੂੰ ਇਹ ਨਹੀਂ ਲੱਗਿਆ ਕਿਸੇ ਤੁਹਾਡੇ ਨਾਲ ਉਹਨਾਂ ਨੇ ਫੀਲਿੰਗ ਸ਼ੇਅਰ ਕੀਤੀ ਹੈ ਹੁਣ ਕਿਸੇ ਸਟੇਜ ਤੇ ਕਿ ਸੈਨਾਪਤੀ ਹੋਣ ਦੇ ਬਾਵਜੂਦ ਵੀ ਉਹ ਇਸ ਤਰ੍ਹਾਂ ਦੇ ਜਿਹੜਾ ਇੱਕ ਜ਼ੁਲਮ ਹੋ ਰਿਹਾ ਸੀ ਉਹਨੂੰ ਰੋਕ ਨਹੀਂ पाए ਸੈਨ ਜੋ ਜੇ اے ਸੈਨਾਪਤੀ ਦਾ ਸਿਕ ਸੁਪਰੀਮ ਕਮਾਂਡਰ ਹੈ ਜੀ ਉਹਦੇ ਐਗਜ਼ੀਕਟਿਵ ਆਰਡਰ ਨਹੀਂ ਜਾਂਦੇ ਸੈਨਾ ਨੂੰ ਨਹੀਂ ਤਾਂ ਉਹ ਗੁਰਦੁਆਰੇ 'ਚ ਹੀ ਕਿਉਂ ਜਾਣ ਦਿੰਦੇ ਸੈਨਾ ਨੂੰ ਇਹ ਤਾਂ ਅਸੀਂ ਅੰਡਰਸਟੈਂਡ ਕਰ ਹੀ ਸਕਦੇ ਆ ਨਾ ਜੀ 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 ਤੇ ਫਿਰ ਉਹ ਜੇ ਉਹਨਾਂ ਦੀ ਇਹ ਪਾਵਰ ਹੁੰਦੀ ਤੇ ਫਿਰ ਉਹ ਕਿਉਂ ਨਾ ਸਿੱਧਾ ਬਣਾਉਂਦੇ ਫੌਜ ਨੂੰ ਆਪਣੇ ਆਪ ਕਿਉਂਕਿ ਰਾਸ਼ਟਰਪਤੀ ਦਾ ਸਿੱਧਾ ਐਗਜ਼ੀਕਟਿਵ ਆਰਡਰ ਨਹੀਂ ਹੁੰਦਾ ਤੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਵੇਲੇ ਫੀਲਿੰਗ ਆਈ ਹੈ ਕਿ ਉਹ ساری ਉਮਰ ਇੱਕ ਨਹਿਰੂ ਗਾਂਧੀ ਪਰਿਵਾਰ ਨਾਲ ਕਾਂਗਰਸ ਨਾਲ ਬੜੇ ਵਫਾਦਾਰੀ ਨੇ ਭਾਈ ਤੀਜੀ ਉਹਨਾਂ ਦੀ ਸਮਝਣ ਦੀ ਇਹ ਗੱਲ ਹੈ ਸਾਰੇ ਸਮਝਦੇ ਵੀ ਨਹੀਂ ਕਿ ਉਹ ਇੱਕ ਸਿੱਖੀ ਨਾਲ ਵੀ ਬੜੇ ਵਫਾਦਾਰ ਰਹੇ ਪਰੰਤੂ ਉਹ ਜਿਹੜੀਆਂ ਪਹਿਲੀਆਂ ਦੋ ਵਫਾਦਾਰੀਆਂ ਨੇ ਨਹਿਰੂ ਗਾਂਧੀ ਪਰਿਵਾਰ ਨਾਲ ਉਸ ਤੋਂ ਬਾਅਦ ਕਾਂਗਰਸ ਨਾਲ ਕਿਸੇ ਨਾ ਕਿਤੇ ਉਹਨਾਂ ਨੂੰ ਧੋਖਾ ਦੇ ਗਏ ਜਾਂ ਉਹਨਾਂ ਤੋਂ ਪਿੱਛੇ ਰਹਿ ਗਏ ਤੇ ਜਾਂ ਜਦੋਂ ਇਹ ਦੋ ਵੱਡੇ ਕਾਂਡ ਹੋਏ ਇਹਨਾਂ ਵਿੱਚ ਉਹਨਾਂ ਨੂੰ ਸੈਟ ਬੈਕ ਲੱਗੀ ਹੋਵੇ ਜਾਂ ਉਹਨਾਂ ਨੂੰ ਸਦਮਾ ਲੱਗਿਆ ਹੋਵੇ ਕਿ ਦੇਖੋ ਜਿਹੜੀ ਪਾਰਟੀ ਨਾਲ ਜਿਹਦੇ ਲਈ ਮੈਨੇ ਕੁਰਬਾਨੀ ਕੀਤੀ ਹੈ ساری ਉਮਰ ਵਫਾਦਾਰੀ ਦਿਖਾਈ ਹੈ ਦੋਨੇ ਮੌਕਿਆਂ ਤੇ ਉਹਨਾਂ ਨੂੰ ਉਹਨਾਂ ਨੇ ਕੌਨਫੀਡੈਂਸ ਨਹੀਂ ਲਿਆ ਇਹ ਉਹਨਾਂ ਨੂੰ ਹਰਟ ਤੇ ਹੋਇਆ ਡੈਫੀਨੇਟਲੀ ਉਹ ਇਹ ਉਹਨਾਂ ਨੂੰ ਦਰਦ ਸੀ ਕਿ ਗੁਰਦੁਆਰੇ ਦੇ ਬਲੂ ਸਟਾਰ ਵੇਲੇ ਵੀ ਗੁਰਦੁਆਰੇ ਤੇ ਅਟੈਕ ਹੋਣਾ ਸੀ ਤਾਂ ਉਹਨਾਂ ਨੂੰ ਨਹੀਂ ਕੌਨਫੀਡੈਂਸ ਲਿਆ ਗਿਆ ਇਹ ਤਾਂ ਉਹਨਾਂ ਨੂੰ ਕਸ਼ਟ ਹਮੇਸ਼ਾ ਹੀ ਰਿਹਾ ਜੀ ਔਰ ਸ਼ਾਇਦ ਉਹਨਾਂ ਨੂੰ ਕੌਨਫੀਡੈਂਸ ਲਿਆ ਹੁੰਦਾ ਤੇ ਇਹ ਨਾ ਹੁੰਦਾ ਬਲੂ ਸਟਾਰ ਜੀ ਕੋਈ ਹੋਰ ਮੈਥਡ ਕੱਢਿਆ ਜਾਂਦਾ ਉਹਨਾਂ ਦਾ ਇਹ ਵਿਚਾਰ ਰਿਹਾ ਜੀ 84 ਤਾਂ ਕੋਈ ਚੀਜ਼ ਹੀ ਹੈ ਨਹੀਂ ਜਿਹਦੇ ਚੋ ਸੋਚਣ ਵੀ ਹੈ ਕੋਈ ਮਤਲਬ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਕੀਤਾ ਜਾਊਗਾ ਇਹ ਤਾਂ ਕੋਈ ਗੱਲ ਹੀ ਨਾ ਹੋਈ ਨਾ 84 ਦਾ ਰਾਇਤ ਦਾ ਪ੍ਰੈਜ਼ੈਂਟ ਨੂੰ ਕੋਈ ਪੁੱਛੇਗਾ ਇਹੋ ਜੀ ਚੀਜ਼ ਨਹੀਂ ਨਹੀਂ ਜੀ ਜੀ ਇਹ ਤਾਂ ਮਤਲਬ ਕੁਐਸਚਨ ਹੀ ਨਹੀਂ ਉਰਦਾ ਔਰ ਉਹ ਤਾਂ ਪੇਨਫੁੱਲ ਇਹ ਹੈ ਕਿ ਉਹ ਰੁਕਿਆ ਕਿਉਂ ਨਹੀਂ ਜਲਦੀ ਜੀ 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 ਕਿਉਂ ਹੋਇਆ ਤੇ ਕਿਉਂ ਨਹੀਂ ਰੁਕਿਆ ਇਹ ਪੇਨ ਉਹਨਾਂ ਨੂੰ ਹਮੇਸ਼ਾ ਹੀ ਰਿਹਾ ਔਰ ਉਹ ਮੈਂ ਸਮਝਦੀ ਹਾਂ ਕਿ ਉਹ ਆਦਮੀ ਸਭ ਤੋਂ ਮਿਸ ਅੰਡਰਸਟੂਡ ਧਿਆ ਇਨ ਆਪਣੀ ਕਮਿਊਨਿਟੀ ਚ ਵੀ ਆਪਣੇ ਕੀ ਕਹਾਂਗੇ ਆਪਾਂ ਆਪਣੀ ਕੌਮ ਚ ਹਾਂਜੀ ਤੇ ਉਸ ਪਾਰਟੀ ਚ ਉਸ ਆਦਮੀ ਨੇ ਸਿੱਖੀ ਇਹ ਨਹੀਂ ਕਿ ਉਹ ਸਿੱਖੀ ਲਈ ਸਿੱਖੀ ਨਵਾਈ ਕਿਉਂਕਿ ਉਹ ਬੇਸਿਕਲੀ ਬਹੁਤ ਡਿਵੋਟ ਸਿੱਖ ਸੀ ਧਾਰਮਿਕ ਆਦਮੀ ਸੀ ਜੀ ਉਸ ਉਹ ਗੁਰੂ ਨਾਨਕ ਨੂੰ ਮੰਨਣ ਵਾਲਾ ਨਿਮਰਤਾ ਚ ਬਲੀਵ ਕਰਨ ਵਾਲਾ ਜੀ ਕਿਸੇ ਤੇ ਨਾ ਜ਼ੁਲਮ ਕਰਨ ਵਾਲਾ ਜੋ ਨਾਨਕ ਦਾ ਪਤ ਸੀ ਉਹ ਸਮਝਦਾ ਸੀ ਔਰ ਨਾ ਜ਼ੁਲਮ ਸਹਿਣ ਵਾਲਾ ਗੁਰੂ ਗੋਬਿੰਦ ਸਿੰਘ ਦਾ ਜੋ ਅ ਮਾਰਗ ਸੀ ਜੀ ਜੀ ਉਸ ਤੇ ਚੱਲਣ ਵਾਲਾ ਆਦਮੀ ਜੀ ਕਿਵੇਂ ਹੋ ਸਕਦਾ ਹੈ ਵੀ ਉਹ ਸਿੱਖੀ ਲਈ ਨਾ ਕਰੇ ਉਸ ਆਦਮੀ ਨੂੰ ਇਸ ਗੁਰੂ ਗੋਬਿੰਦ ਸਿੰਘ ਮਾਰਗ ਵੇਲੇ ਕਾਂਗਰਸੀਆਂ ਨੇ ਇਹ ਵੀ ਲੇਬਲ ਕੀਤਾ ਇਹ ਤਾਂ ਚਿੱਟੀ ਪੱਗ ਵਾਲਾ ਕਾਲੀ ਹੈ ਕਾਲੀ ਜੀ ਕੀਤਾ ਨਾ ਜੀ ਤੁਹਾਨੂੰ ਵੀ ਪਤਾ ਹੋਏਗਾ ਜੀ ਉਹਨਾਂ ਨੇ ਇਹ ਇਸ ਕਰਕੇ ਨਹੀਂ ਕਿ ਉਹ ਕਾਂਗਰਸੀ ਐ ਤੇ ਕਿਉਂ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਦਾ ਮਾਰਗ ਜੀ ਉਹਨੇ ਸਟਰੋਂਗ ਸਟੈਪ ਲਿਆ ਕਿ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਐ ਤੇ ਉਸ ਆਦਮੀ ਦੀ ਯਾਦਗਾਰ ਹੋਣੀ ਚਾਹੀਦੀ ਐ ਉਸ ਆਦਮੀ ਨੇ ਉਸ ਵੇਲੇ ਇਹ ਵੀ ਕਿਹਾ ਕਿ ਮੈਂ ਤਾਂ ਇੱਕ ਬੜਾ ਇੰਨਾ ਹੀ ਕਰ ਸਕਦਾ ਐ ਵੀ ਮਾਰਗ ਬਣਾਦਾ ਜੇ ਮੇਰੇ ਚ ਇਨੀ ਹਿੰਮਤ ਹੁੰਦੀ ਵੀ ਮੈਂ ਇੱਥੇ ਹੀਰੇ ਵਿਛਾ ਦਿਆਂ ਉਦਾਂ ਦੇ ਮਾਰਗ ਤੇ ਤੇ ਮੈਂ ਉਹ ਕਰਦਾ ਜੀ ਠੀਕ ਐ ਉਹ ਬਿਲੀਵ ਇਹ ਬਿਲੀਵ ਕਰਨ ਵਾਲਾ ਔਰ ਉਹ ਸਿੱਖਾਂ ਲਈ ਨਾ ਕਰੇ ਇਤਨੀ ਨਾ ਹੋ ਸਕਦਾ ਪਰ ਜੇ ਉਸ ਆਦਮੀ ਨੇ ਉਹਨੂੰ ਮਿਸ ਅੰਡਰਸਟੈਂਡ ਕੀਤਾ ਜਾਂਦਾ ਉਹਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਬਲੂ ਸਟਾਰ ਵਾਲੇ ਉਸ ਆਦਮੀ ਨੇ ਡਿਜ਼ਾਈਨ ਨਹੀਂ ਕੀਤਾ ਨਹੀਂ ਡਿਜ਼ਾਈਨ ਕੀਤਾ ਕੀ ਜਾਂਦਾ ਹੈ ਨਾ ਬਿਲਕੁਲ ਬਹੁਤ ਸਾਰੇ ਸਿਕ ਸਿਰਕਲਾਂ ਵਿੱਚ ਬੜੇ ਡਿਮਾਂਡ ਉੱਠੇ ਸੀ ਕਿ ਉਹਨਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਤਾਂ ਉਹਨਾਂ ਦੇ ਦਿਮਾਗ 'ਤੇ ਇਹ ਗੱਲ ਆਈ ਸੀ ਕਿ ਤੁਹਾਡੇ ਨਾਲ ਉਹਨਾਂ ਨੇ ਇਦਾਂ ਦੀ ਭਾਵਨਾ ਸ਼ੇਅਰ ਕੀਤੀ ਸੀ ਕਿ ਬਲੂ ਸਟਾਰ ਤੋਂ ਇਮੀਡੀਏਟਲੀ ਬਾਅਦ ਡਿਸਕਸ਼ਨ ਹੋਈ ਘਰ ਚ ਵੀ ਹੋਈ ਉਹਨਾਂ ਨੇ ਆਪਣੇ ਐਡਵਾਈਜ਼ਰ ਨਾਲ ਵੀ ਗੱਲ ਕੀਤੀ ਜੀ ਪਰ ਉਸ ਆਦਮੀ ਨੇ ਇੱਕ ਜਲਦਬਾਜ਼ੀ ਨਹੀਂ ਲਈ ਉਸ ਆਦਮੀ ਨੇ ਸੋਚਿਆ ਜੀ ਕਿ ਮੈਂ ਰਿਜ਼ਾਈਨ ਕਰਦਾ ਹਾਂ ਤੇ ਇਹਦਾ ਅਸਰ ਮੇਰੇ ਕੌਮ ਤੇ ਕੀ ਹੋਏਗਾ ਤੇ ਮੇਰੇ ਮੁਲਕ ਤੇ ਕੀ ਹੋਏਗਾ ਦੇਸ਼ ਭਗਤੀ ਦਾ ਕੋਈ ਉਹਦੇ ਚ ਉਹਨਾਂ ਦੇ ਖਿਲਾਫ ਕੋਈ ਕਹਿ ਨਹੀਂ ਸਕਦਾ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜੀ ਐ ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਤੇ ਖੇਲ ਕੇ ਲੜੀ ਜੀ ਸਿੱਖ ਕੌਮ ਲਈ ਜੋ ਆਪਣੇ ਸਿੱਖ ਹੁੰਦਿਆਂ ਹੋਣ ਦੇ ਨਾਤੇ ਜੋ ਕਰਨਾ ਚਾਹੁੰਦੇ ਸੀ ਕਰ ਸਕਦੇ ਸੀ ਉਹਨਾਂ ਨੇ ਕੀਤਾ ਜੀ ਆਪਣੀ ਕਮਿਊਨਿਟੀ ਨੂੰ ਆਪਣੀ ਕੌਮ ਨੂੰ ਨੁਕਸਾਨ ਨਾ ਹੋਏ ਇਹ ਵੀ ਸੋਚਣਾ ਕਿ ਮੇਰੇ ਰਿਜ਼ਾਈਨ ਕਰਨ ਨਾਲ ਮੇਰੀ ਕੌਮ ਤੇ ਕੀ ਅਸਰ ਹੋਏਗਾ ਇਹ ਸੋਚਿਆ ਜੀ ਜੇ ਉਹ ਰਿਜ਼ਾਈਨ ਕਰਦੇ ਸਿੱਖ ਫੌਜ ਵਿੱਚ ਬਗਾਵਤ ਹੁੰਦੀ ਹੋ ਸਕਦੀ ਸੀ ਬਿਲਕੁਲ ਹੋ ਸਕਦੀ ਸੀ ਜੀ ਬਿਲਕੁਲ ਹੋ ਸਕਦੀ ਸੀ ਸਿੱਖਾਂ ਦੀ ਸੁਪਰੀਮ ਕਮਾਂਡਰ ਜਿਹੜਾ ਕਿ ਜੇ ਸਿੱਖ ਦਾ ਸਪਰੀਮ ਕਮਾਂਡਰ ਉਸ ਵੇਲੇ ਰਿਜ਼ਾਈਨ ਕਰਦਾ ਹੈ ਤੇ ਕੀ ਸਿੱਖ ਫੌਜੀ ਉਹਨਾਂ ਤੇ ਕੀ ਉਹਨਾਂ ਤੇ ਅਸਰ ਹੁੰਦਾ ਤੇ ਜੇ ਉਹ ਰਿਵੋਲਟ ਕਰਦੇ ਤੇ ਕੀ ਹਿੰਦੁਸਤਾਨ ਦੀ ਫੌਜ ਉਹਨਾਂ ਨਾਲ ਕਰਦੀ ਜਾਂ ਸਿੱਖ ਕੌਮ ਨਾਲ ਕੀ ਕਰਦੀ ਉਸ ਆਦਮੀ ਨੇ ਸਾਰਾ ਸੋਚਿਆ ਬੈਠ ਕੇ ਦੂਸਰਾ ਮੁਲਕ ਦਾ ਉਹ ਮੁਲਕ ਦੇ ਪ੍ਰਧਾਨ ਰਾਸ਼ਟਰਪਤੀ ਸੀ ਜੀ ਹਿੰਦੁਸਤਾਨ ਦੇ ਰਾਸ਼ਟਰਪਤੀ ਜੇ ਹਿੰਦੁਸਤਾਨ ਦਾ ਰਾਸ਼ਟਰਪਤੀ ਉਸ ਵੇਲੇ ਰਿਜ਼ਾਈਨ ਕਰਦਾ ਹੈ ਜੀ ਤਾਂ ਉਸ ਦਾ ਉਸ ਮੁਲਕ ਤੇ ਕੀ ਅਸਰ ਹੁੰਦਾ ਹੈ ਜੀ 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 ਕੌਮ ਤੇ ਕੀ ਅਸਰ ਹੁੰਦਾ ਹੈ ਮੁਲਕ ਤੇ ਕੀ ਅਸਰ ਹੁੰਦਾ ਹੈ ਇਹ ਦੋ ਵੱਡੇ ਮੁੱਦੇ ਉਸ ਆਦਮੀ ਦੇ ਸਾਹਮਣੇ ਸੀ ਹੂੰ ਕੌਮ ਤੇ ਵੀ ਨੁਕਸਾਨ ਤੇ ਮੁਲਕ ਦਾ ਵੀ ਨੁਕਸਾਨ ਮੁਲਕ ਦੀ ਡਿਸਇੰਟੀਗ੍ਰੇਸ਼ਨ ਹੋ ਸਕਦੀ ਸੀ ਜੇ ਤੁਹਾਡੇ ਮੁਲਕ ਚ ਕਯੋਸ ਖੜਾ ਹੋ ਜਾਏ ਤੁਹਾਡੇ ਰਜਾ ਇੱਕ ਅਸਤੀਫਾ ਦੇਣ ਨਾਲ ਔਰ ਤੁਹਾਡੀ ਕੌਮ ਨੂੰ ਕਟਵੜ ਕੀਤਾ ਜਾ ਕੀਤਾ ਜਾਵੇ ਜੀ ਕਿਉਂਕਿ ਫੌਜ ਵਿੱਚ ਰਿਵੋਲਟ ਹੁੰਦਾ ਤੇ ਕੌਮ ਦਾ ਕੀ ਹਾਲ ਹੁੰਦਾ ਜੀ ਜੋ ਅੱਜ ਸਿੱਖ ਕੌਮ ਪੋਜੀਸ਼ਨਾਂ ਇਸ ਕੰਟਰੀ ਚ ਲੈ ਰਹੀ ਹੈ ਜੋ ਵੀ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਜਰ ਸਾਡੇ ਫੌਜ ਦੇ ਚੀਫ ਵੀ ਬਣ ਰਹੇ ਨੇ ਪ੍ਰਾਈਮ ਮਿਨਿਸਟਰ ਵੀ ਇਸ ਕੰਟਰੀ ਦਾ ਬਣਿਆ ਤੇ ਉਸ ਵੇਲੇ ਅਸੀਂ ਕੰਟਰੀ ਦਾ ਵੀ ਨੁਕਸਾਨ ਉਹ ਕਰ ਦਿੰਦੇ ਤੇ ਤੁਹਾਡੀ ਕੌਮ ਦਾ ਵੀ ਨੁਕਸਾਨ ਉਹ ਕਰ ਦਿੰਦੇ ਮੈਂ ਤੁਹਾਡੇ ਕਹਿੰਦਾ ਮਤਲਬ ਕਿ ਇਹਨਾਂ ਲਾਰਜਰ ਇੰਟਰਸਟ ਲਈ ਉਹਨਾਂ ਨੇ ਸਾਰਾ ਬੈਠ ਕੇ ਸੋਚਿਆ ਫਿਰ ਉਹਨਾਂ ਨੇ ਇਹ ਕਿਹਾ ਕਿ ਮੇਰਾ ਇਸ ਵੇਲੇ استਿਫਾ ਦੇਣਾ ਨਾ ਕੌਮ ਲਈ ਚੰਗਾ ਹੈ ਤੇ ਨਾ ਮੇਰੇ ਮੁਲਕ ਲਈ ਚੰਗਾ ਜੀ ਮੁਲਕ ਲਈ ਉਹਨਾਂ ਨੇ ਆਜ਼ਾਦੀ ਦੀ ਲੜਾਈ ਲੜ ਕੇ ਕੌਮ ਉਹਨਾਂ ਦੀ ਆਪਣੀ ਹੈ ਕਿਵੇਂ ਉਹ ਕਰ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਗਿਆਨੀ ਜੀ ਅੰਮ੍ਰਿਤਸਰ ਵੀ ਗਏ ਚਾਰ ਪੰਜ ਦਿਨ ਬਾਅਦ ਗਏ ਉੱਥੇ ਜਾ ਕੇ ਉਹਨਾਂ ਨੇ ਉਹ ਦੇਖਿਆ ਉਹ ਸਾਰਾ ਜਿਵੇਂ ਅਕਾਲ ਤਖਤ ਸਾਹਿਬ ਜਗ ਘਰਮੰਦਰ ਸਾਹਿਬ ਤੇ ਜਿੱਦਾਂ ਦਾ ਅਟੈਕ ਕੀਤਾ ਗਿਆ ਸੀ ਜਿੱਦਾਂ ਉਹਨਾਂ ਨੂੰ ਡੈਮੇਜ ਕੀਤਾ ਗਿਆ ਸੀ ਤੇ ਕਿਸ ਤਰ੍ਹਾਂ ਦੇ ਉਹਨਾਂ ਨੂੰ ਭਾਵਨਾ ਉਹਨਾਂ ਦੇ ਦਿਲ ਵਿੱਚ ਆਈ ਹੋਣੀ ਹੈ ਮੈਂ ਉਹਨਾਂ ਦੇ ਅੱਖਾਂ ਵਿੱਚ ਬਹੁਤ ਘੱਟ ਜ਼ਿੰਦਗੀ ਚ ਆंसू ਦੇਖਿਆ ਪਰ ਉਹ ਗੁਰਦੁਆਰੇ ਹੋ ਕੇ ਆਏ ਤਾਂ ਉਹਨਾਂ ਦੇ ਅੱਖਾਂ 'ਚ ਅੰਸੂ ਸੀ ਕਿ ਜਿਸ ਨੂੰ ਮੈਂ ਇੰਨਾ ਮੰਨਦਾ ਐ ਉਥੇ ਇੰਨਾ ਡੈਮੇਜ ਹੋ ਗਿਆ ਹੈ ਤਬਾਹੀ ਹੋਈ ਹੈ ਤਬਾਹੀ ਹੋਈ ਹੈ ਉਹ ਬਹੁਤ ਬਹੁਤ ਹੀ ਦਰਦ ਜੀ ਉਸ ਆਦਮੀ ਦੇ ਮਨ 'ਚ ਜੀ ਇੱਕ ਰਿਲੀਜੀਅਸ ਮੈਨ ਹੋਵੇ ਧਾਰਮਿਕ ਆਦਮੀ ਔਰ ਉਸ ਧਰਮ ਤੇ ਜਿੱਥੋਂ ਨੇ ਸਭ ਕੁਝ ਸਿੱਖਿਆ ਲਈ ਐ ਉਸ ਗੁਰਦੁਆਰੇ ਤੇ ਉਹ ਹੋਇਆ ਹੋਵੇ ਉਸ ਲਈ ਉਦੋਂ ਪੇਨਫੁੱਲ ਕੋਈ ਚੀਜ਼ ਨਹੀਂ ਹੋ ਸਕੀ ਆਂਧਿਆ ਉਹਨਾਂ ਨੇ ਗੁਰਦੁਆਰਾ ਦਰਬਾਰ ਸਾਹਿਬ ਦੇ ਰੁਮਾਲੇ ਤਿਆਰ ਕਰਵਾ ਕੇ ਭੇਜੇ ਕਿਉਂਕਿ ਉਸ ਵੇਲੇ ਰੁਮਾਲੇ ਸ਼ਾਇਦ ਘੱਟ ਸੀਗੇ ਤੇ ਉਹਨਾਂ ਨੇ ਉਹ ਸਾਰੇ ਤਿਆਰ ਕਰਵਾਏ ਅੰਮ੍ਰਿਤਸਰ ਭੇਜੇ ਬਹੁਤ ਪੇਨ ਸੀ ਇਹ ਦੋ ਜ਼ਿੰਦਗੀ ਦੇ ਸਭ ਤੋਂ ਪੇਨਫੁੱਲ ਉਹਨਾਂ ਦੀ ਜ਼ਿੰਦਗੀ ਦੇ ਜੋ ਹਾਲਾਤ ਜਾਂ ਜੋ ਵੀ ਇਨਸੀਡੈਂਟ ਕਹਿ ਲਓ ਜੀ ਬਲੂ ਸਟਾਰ ਤੇ ਸਿਕਰਾਈ ਸਿਕਰਾਈ ਏ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਪੇਨਫੁੱਲ ਔਰ ਮੋਸਟ ਅਨ ਅਨਮਸਟ ਅੰਡਰਸਟੂਡ ਆਦਮੀ ਉਹਦੇ ਉਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਸਦਮਾ ਲੱਗਿਆ ਸੀ ਇਹਨਾਂ ਇਨਸੀਡੈਂਟਸ ਤੋਂ ਬਾਅਦ ਤੇ ਕੀ ਇਹ ਕਾਰਨ ਹੋ ਸਕਦਾ ਕਿ ਉਹਨਾਂ ਦੇ ਜਿਹੜੀ ਦੂਰੀ ਸੀ Nehru Gandhi ਪਰਿਵਾਰ ਤੋਂ ਇਹਨਾਂ ਇਨਸੀਡੈਂਟ ਤੋਂ ਬਾਅਦ ਵਧਣੀ ਸ਼ੁਰੂ ਹੋ ਗਈ ਸੀ ਜਾਂ ਇਹਦੇ ਤੇ ਉਹਨਾਂ ਨੇ ਆਪਣਾ ਕਦੇ ਫੀਲਿੰਗਜ਼ ਜ਼ਾਹਰ ਨਹੀਂ ਕੀਤੀਆਂ ਸਨ ਨਹੀਂ ਫੀਲਿੰਗ ਉਹਨਾਂ ਨੇ ਆਪਣੇ ਜ਼ਰੂਰ ਉਹਨਾਂ ਨੇ ਦੱਸਿਆ ਵੀ ਇਹ ਮੈਨੂੰ ਨਹੀਂ ਠੀਕ ਲੱਗਾ ਹਮੇਸ਼ਾ ਉਹਨਾਂ ਨੇ ਕਨਵੇ ਕੀਤਾ ਇੰਦਰਾ ਗਾਂਧੀ ਨੂੰ ਵੀ ਕਨਵੇ ਕੀਤਾ ਹੂੰ ਬਲੂ ਸਟਾਰ ਦਾ ਕਨਵੇ ਕੀਤਾ ਕੀਤਾ ਸੀ ਕੀਤਾ ਸੀ ਬਿਲਕੁਲ ਕੀਤਾ ਹੂੰ ਔਰ ਇਹ ਇਹ ਕੋਈ ਨਹੀਂ ਵੀ ਉਹਨਾਂ ਨੇ ਕਨਵੇ ਨਹੀਂ ਕੀਤਾ ਆਪਣੀਆਂ ਫੀਲਿੰਗਸ ਹਮੇਸ਼ਾ ਕਨਵੇ ਕੀਤੀਆਂ ਇਸ ਤਰ੍ਹਾਂ ਉਹ ਕੋਈ ਕਮਜ਼ੋਰ ਆਦਮੀ ਨਹੀਂ ਸੀ ਵੀ ਉਹ ਆਪਣੀਆਂ ਫੀਲਿੰਗ ਕਨਵੇ ਨਾ ਕਰੇ ਨਹੀਂ ਅੱਛਾ ਹੂੰ ਸੋ ਉਹਨੇ ਉਹਨਾਂ ਨੇ ਆਪਣੀਆਂ ਕਨਵੇ ਕੀਤੀਆਂ ਨਹੀਂ ਕਿਹਾ ਜਾਂਦਾ ਕਿ 84 ਦਾ ਵੀ ਉਹਨਾਂ ਨੇ ਪੂਰਾ ਕਨਵੇ ਕੀਤਾ ਸਰਕਾਰ ਨੂੰ ਵੀ ਇਹ ਬਿਲਕੁਲ ਗਲਤ ਹੋਇਆ ਔਰ ਇਹਨੂੰ ਕਿਉਂ ਨਹੀਂ ਰੋਕਿਆ ਗਿਆ ਕਿਉਂ ਇਹਦੇ ਤੇ ਐਕਸ਼ਨ ਨਹੀਂ ਹੋਇਆ ਟਾਈਮਲੀ ਜੀ ਇਹ ਹਮੇਸ਼ਾ ਇਹੋ ਕਰਦੇ ਰਹੇ ਇਹ ਉਹਨਾਂ ਨੇ ਕਦੀ ਨਹੀਂ ਇਹ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਉਹਨਾਂ ਕਰ ਨਾ ਕਰ ਅਸੀਂ ਇਹ ਗੱਲਬਾਤ ਜਾਰੀ ਰੱਖਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਤੁਹਾਡਾ ਸਭ ਦਾ ਫਿਰ ਸਵਾਗਤ ਹੈ ਆਮ ਇੱਕ ਡੈਮੋਕ੍ਰੇਸੀ ਚ ਇਹ ਪ੍ਰਥਾ ਕਨਵੈਨਸ਼ਨ ਹੈ ਕਿ ਜਦੋਂ ਕੋਈ ਵੱਡਾ ਇਨਸੀਡੈਂਟ ਹੁੰਦਾ ਹੈ ਕੋਈ ਵੱਡਾ ਇਨਸੀਡੈਂਟ ਹੋ ਜਾਂਦਾ ਹੈ ਤਾਂ ਜੇ ਪ੍ਰਾਂਤ ਹੋਵੇ ਸਟੇਟ ਹੋਵੇ ਤਾਂ ਚੀਫ ਮਿਨਿਸਟਰ ਆ ਕੇ ਗਵਰਨਰ ਨੂੰ ਬਰੀਫ ਕਰਦਾ ਹੈ ਤੇ ਜੇ ਦੇਸ਼ ਦੀ ਗੱਲ ਹੋਵੇ ਤਾਂ ਪ੍ਰਧਾਨ ਮੰਤਰੀ ਆ ਕੇ ਰਾਸ਼ਟਰਪਤੀ ਨੂੰ ਬਰੀਫ ਕਰਦਾ ਹੈ ਕਿ ਆ ਹਾਲਾਤ ਮਾੜੇ ਹੋਏ ਨੇ ਅਸੀਂ ਆ ਸਟੈਪਸ ਲਏ ਨੇ ਜਦੋਂ 84 ਦੇ ਅਰੌਇਟਸ ਹੋਏ ਕਿ ਕਿਸੇ ਸਟੇਜ ਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਜੀਬ ਗਾਂਧੀ ਨੇ ਆ ਕੇ ਗਿਆਨੇ ਜੀ ਨੂੰ ਬਰੀਫ ਕੀਤਾ ਕਿ ਕਿੰਨਾ ਇਹ ਰਾਈਟਸ ਕਿਉਂ ਹੋ ਰਹੇ ਨੇ ਇਹਨਾਂ ਰੋਕਣ ਲਈ ਕੀ ਸਟੈਪਸ ਲਏ ਜਾ ਰਹੇ ਨੇ ਕੀ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਤੁਹਾਡੇ ਯਾਰ ਵਿੱਚ ਹੈ ਇਸ ਤਰ੍ਹਾਂ ਦਾ ਨਹੀਂ ਮੈਨੂੰ ਇੰਨਾ ਕੋਈ ਯਾਦ ਨਹੀਂ ਪਰ ਇਮੀਡੀਏਟਲੀ ਵਿਥਿਨ 2-3 ਡੇਸ ਤਾਂ ਨਹੀਂ ਹੋਇਆ ਨਹੀਂ ਹੋਇਆ ਕਿਉਂਕਿ ਇਹ ਇਮੀਡੀਏਟ ਹੋਣਾ ਚਾਹੀਦਾ ਸੀ ਬਾਅਦ ਹੋਇਆ ਤੇ ਮੈਨੂੰ ਕਿਉਂਕਿ ਇਹਨਾਂ ਮੀਟਿੰਗ ਦਾ ਸਾਨੂੰ ਪਤਾ ਵੀ ਨਹੀਂ ਹੁੰਦਾ ਸੀਗਾ ਪਰ ਉਹਨਾਂ ਦੇ ਮਨ 'ਚ ਇਸ ਗੱਲ ਦਾ ਹਮੇਸ਼ਾ ਦੁੱਖ ਰਿਹਾ ਇਹ ਰਾਇਟਸ ਜਿਹੜੇ ਆ ਕਿਉਂ ਹੋਏ ਇਹ ਦੁੱਖ ਹਮੇਸ਼ਾ ਉਹਨਾਂ ਦੇ ਮਨ 'ਚ ਰਿਹਾ ਐ ਇਹ ਤਾਂ ਤੁਸੀਂ ਸ਼ਾਇਦ ਕੰਟਰੋਵਰਸੀ ਵੀ ਪੜ੍ਹੀ ਹੋਣੀ ਹੈ ਅਖਬਾਰਾਂ 'ਚ ਕੋਈ ਓਪਨ ਸੀਗਾ ਜੀ ਕਿ ਰਜੀਵ ਗਾਂਧੀ ਨੇ ਕਿਹਾ ਮੈਂ ਬੜੇ ਪੇੜ ਗਿਰਦਾ ਤਾ ਉਹ ਵੀ ਉਂਝ ਵੀ ਕੇ ਕਨਵੈਨਸ਼ਨ ਤੋੜੀਆਂ ਜਾਂ ਕੁਝ ਬਹੁਤ ਕਨਵੈਨਸ਼ਨ ਤੋੜੀਆਂ ਜੀ ਸੋ ਉਹ ਮੈਂ ਨਹੀਂ ਉਹਦੇ 'ਚ ਨਾ ਮੈਨੂੰ ਉਸ ਕੰਟਰੋਵਰਸੀ ਦੇ ਬਾਰੇ ਆਈ ਡੋਟ ਨੋ ਕਿ ਇੰਨੀਆਂ ਗੱਲਾਂ ਉਹਨਾਂ ਦੀਆਂ ਹੁੰਦੀਆਂ ਸੀ ਜਾਂ ਕਿਸ ਤਰ੍ਹਾਂ ਮੈਂ ਉਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੀ ਜੀ ਕਿਉਂਕਿ ਇਹ ਤਾਂ ਇੱਕ ਮੰਨੀ ਪਰ ਮੰਨੀ ਪਰੰਪਰਾ ਹੈ ਜੀ ਕਿ ਵਿਦਿਨ 12 ਆਵਰਸ 10 ਆਵਰਸ 6 7 7 10 ਆਵਰਸ 24 ਆਵਰਸ ਪ੍ਰਾਈਮ ਮਿਨਿਸਟਰ ਆ ਕੇ ਬਰੀਫ ਕਰਦਾ ਜਰੂਰ ਕਿ ਪ੍ਰੈਜ਼ੀਡੈਂਟ ਨੂੰ ਕਿ ਦੇਸ਼ ਵਿੱਚ ਇਦਾਂ ਦੇ ਹਾਲਾਤ ਹੋ ਗਏ ਨੇ ਅਸੀਂ ਆ ਸਟੈਪਸ ਲਏ ਨੇ ਜਾਂ ਕੀ ਸਟੈਪਸ ਲੈਣੇ ਚਾਹੀਦੇ ਨੇ ਪਰੰਤੂ ਤੁਹਾਡੇ ਯਾਰ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਕਿ Uh, within ले, 48 ले, hours ya uh, 72 later hours later on ha within 72 hours da nahi nahi kuch nahi hoya si kyunki mrs gandhi de uh, cremation to baad amen hoya nahi i don't remember gyanijeet nu de bare halle vi lokan vich shayad galat information hai jehdi theek tang nal auni chaihdi si mainu eh hi hai ki ik te community ne sanu ਕਈ ਚੀਜ਼ਾਂ ਚ ਗਲਤ ਸਮਝਿਆ ਜੀ ਜਿਹੜਾ ਕਿ ਉਹਨਾਂ ਨੇ ਜਾਂ ਤਾਂ ਉਹਨਾਂ ਦਾ ਅਨਾਲਿਸਿਸ ਆਪਣਾ ਤਰੀਕੇ ਦਾ ਜੀ ਠੀਕ ਹੈ ਨਾ ਜੀ ਉਹ ਕਿਸ ਹਰ ਆਦਮੀ ਦਾ ਆਪਣਾ ਵਿਊ ਪੁਆਇੰਟ ਹੈ ਉਹਨੂੰ ਤੁਸੀਂ ਕੋਈ ਨਹੀਂ ਰੋਕ ਸਕਦਾ ਉਹਦੇ ਚ ਮੈਂ ਜ਼ਰੂਰ ਫੀਲ ਕਰਦੀ ਹਾਂ ਤੇ ਪਾਰਟੀ ਨੇ ਪਾਰਟੀ ਨੇ ਮੈਂ ਸਮਝਦੀ ਹਾਂ ਵੀ ਜੋ ਉਸ ਆਦਮੀ ਨੇ ساری ਉਮਰ ਪਾਰਟੀ ਲਈ ਕੀਤਾ ਹੈ ਉਹਦੇ ਚ ਤਾਂ ਕੋਈ ਡਾਊਟ ਨਹੀਂ ਕੋਈ ਭਲੇਖਾ ਹੋਣਾ ਨਹੀਂ ਚਾਹੀਦਾ ਜੀ ਤੇ ਜੇ ਪਾਰਟੀ ਨੇ ਮਿਸ ਅੰਡਰਸਟੈਂਡ ਕੀਤਾ ਤੇ ਉਹ ਵੀ ਗਲਤ ਹੋਇਆ ਤਦ ਲੱਗਦਾ ਕਿ ਪਾਰਟੀ ਨੇ ਉਹਨਾਂ ਨੂੰ ਮਿਸ ਅੰਡਰਸਟੈਂਡ ਕੀਤਾ ਔਰ ਉਹਨਾਂ ਨੂੰ ਅਣਗੋਲਿਆ ਉਹਨਾਂ ਦੀ ਜਿੰਨੀ ਕੰਟਰੀਬਿਊਸ਼ਨ ਸੀ ਉਹਦਾ ਨੂੰ ਉਹਦਾ ਹਾਂ ਸਾਨੂੰ ਉਹਨਾਂ ਨੇ ਤੇ ਸਾਨੂੰ ਨਹੀਂ ਕੁਝ ਕਿਹਾ ਕਿਉਂਕਿ ਉਹ ਆਪ ਵੱਡੇ ਦਿਲ ਦੇ ਆਦਮੀ ਸੀ ਉਹ ਆਪਣੇ ਚੀ ਬਹੁਤ ਸਾਰੀਆਂ ਚੀਜ਼ਾਂ ਰੱਖਦੀ ਸੀ ਪਰ ਅਸੀਂ ਤਾਂ ਜ਼ਰੂਰ ਫੀਲ ਕਰਦੇ ਕਿ ਪਾਰਟੀ ਨੇ ਤੁਹਾਡੇ ਨਾਲ ਇਨਸਾਫ ਨਹੀਂ ਕੀਤਾ ਤੁਸੀਂ ਹੁਣ ਅਧਵਾ ਕਿਵੇਂ ਦੇਖਦੇ ਹੋ ਕਿ ਇੱਕ ਇਨਸਾਨ ਜੋ ਇੱਕ ਬਹੁਤ ਅੱਛਾ ਗੁਰਸਿੱਖ ਇਨਸਾਨ ਸੀ ਇੱਕ ਪਾਰਟੀ ਦਾ ਵਫਾਦਰ ਸਪਾਈ ਸੀ ਇੱਕ ਦੇਸ਼ ਭਗਤ ਸੀ ਤੇ ਜਿੰਨਾ ਦੁਖਾਂਤ ਉਹਨਾਂ ਨੇ ਆਪਣੇ ਅਖੀਲੇ 5 4 7 ਵਰਿਆਂ ਵਿੱਚ ਦੇਖਿਆ ਕਿ ਉਹ ਇਸ ਦੁਖਾਂਤ ਤੋਂ ਜੇ ਸਹੀ ਢੰਗ ਨਾਲ ਇੱਕ ਡੈਮੋਕ੍ਰੇਟੀ ਢੰਗ ਨਾਲ ਸਰਕਾਰ ਚਲਦੀ ਤਾਂ ਉਹ ਬਚ ਸਕਦੇ ਸਨ ਉਹਨਾਂ ਇਹ ਐਕਸ਼ਨ ਜੋ ਹੋਏ ਜਿਹੜੇ ਅੱਜ ਵੀ ਸਾਡੇ ਸਭ ਦੇ ਹਿਰਦੇ ਉਲੰਘਦੇ ਨੇ ਇਹ ਬਚਾਏ ਜਾ ਸਕਦੇ ਸਨ ਕੀ ਉਹਨਾਂ ਨੂੰ ਲੱਗਦਾ ਸੀ ਕਦੇ ਫੀਲਿੰਗ ਉਹਨਾਂ ਨੂੰ ਆਉਂਦੀ ਸੀ ਕਿ ਇਹ ਸਭ ਕੁਝ ਬਚਾਇਆ ਜਾ ਸਕਦਾ ਸੀ ਉਹਨਾਂ ਨੂੰ ਤਾਂ ਹਮੇਸ਼ਾ ਹੀ ਫੀਲਿੰਗ ਰਹੀ ਵੀ ਇਹ ਨਹੀਂ ਹੋਣਾ ਚਾਹੀਦਾ ਪਰ ਹੋਇਆ ਇਹ ਹਿਸਟਰੀ ਦੀਆਂ ਹਿਸਟਰੀ ਇਹ ਕ੍ਰੀਏਟ ਕਰ ਦਿੰਦੀ ਹੈ ਉਹ ਹਾਲਾਤ ਕਿਵੇਂ ਹੁੰਦੇ ਆ ਉਸ ਵੇਲੇ ਉਹਨਾਂ ਨੂੰ ਕੌਣ ਮਿਸਹੈਂਡਲ ਕਰਦਾ ਹੈ ਕਿਵੇਂ ਕੌਣ ਉਹਨੂੰ ਡੀਲ ਕਰਦਾ ਉਹਨੂੰ ਤੁਸੀਂ ਰਿਵਰਸ ਤੇ ਕਰ ਨਹੀਂ ਸਕਦੇ ਪੇਨ ਤਾਂ ਉਹਨਾਂ ਨੂੰ ਰਿਹਾ ਪੇਨ ਰਿਹਾ ਪੇਨ ਉਹਨਾਂ ਜਿੰਨੀ ਦਰ ਜੀਏ ਉਹ ਪੇਨ ਉਹਨਾਂ ਨੂੰ ਰਿਹਾ ਇਹ ਦੋ ਪੇਨ ਤੇ ਉਹਨਾਂ ਦੀ ਜ਼ਿੰਦਗੀ ਚੋਂ ਹਮੇਸ਼ਾ ਹੀ ਰਹੇ ਬਲੂ ਸਟਾਰ ਤੇ 84 ਰਾਈਡਸ ਇਹ ਪੇਨ ਉਹਨਾਂ ਨੂੰ ਹਮੇਸ਼ਾ ਹੀ ਰਿਹਾ ਮਰਦੇ ਦਮ ਤੱਕ ਰਿਹਾ ਜੀ ਕਰੈਕਸ਼ਨ ਕਰਨੀ ਕਿਸੇ ਦੇ ਵਾਸ ਨਹੀਂ ਹੁੰਦੀ ਨਾ ਉਹਨਾਂ ਦੇ ਵਾਸ ਸੀ ਵੀ ਇਹਨੂੰ ਉਹ ਸਾਰੇ ਸਮੇਂ ਨੂੰ ਵਾਪਸ ਕੋਈ ਨਹੀਂ ਸਮੇਂ ਦਾ ਚੱਕਰ ਨੂੰ ਵਾਪਸ ਲਿਆ ਸਕਿਆ ਜ਼ਿੰਦ ਜੀ ਮੈਂ ਕਹਿੰਨੀ ਆ ਵੱਡੇ ਵੱਡੇ ਅਵਤਾਰ ਨਹੀਂ ਸਮਾਂ ਵਾਪਸ ਲਿਆ ਸਕੇ ਤੇ ਉਹ ਤੇ ਇੱਕ ਇਨਸਾਨ ਸੀਗੇ ਜੀ ਫਿਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਹ ਮਿਸ ਅੰਡਰਸਟੂਡ ਰਹੇ ਅਖੀਰ ਮੈਂ ਕਿ ਅੱਜ ਵੀ ਕਹਿੰਨੀ ਹਾਂ ਮਿਸ ਅੰਡਰਸਟੂਡ ਨੇ ਕਦੇ ਤੇ ਤਾਂ ਹੀ ਨਹੀਂ ਮੈਂ ਕਹਿੰਨੀ ਹਾਂ ਮੈਂ ਕਮਿਊਨਿਟੀ ਨੇ ਇਹਨੂੰ ਮਿਸ ਅੰਡਰਸਟੂਡ ਕੀਤਾ ਜਿਸ ਆਦਮੀ ਨੇ ਆਪਣੀ ਕਮਿਊਨਿਟੀ ਲਈ ਸਭ ਤੋਂ ਵੱਧ ਸੋਚਿਆ ਔਰ ਉਸ ਕਮਿਊਨਿਟੀ ਨੂੰ ਬਚਾਉਣ ਲਈ ਵੀ ਆਪਣੇ ਆਪ ਨੂੰ ਇਹ ਲੋਕੀ ਸਮੇਂ ਦੇ ਉਹ ਰਿਜ਼ਾਈਨ ਕਰਦਾ ਉਸ ਆਦਮੀ ਨੇ ਉਸ ਕਮਿਊਨਿਟੀ ਨੂੰ ਬਚਾਉਣ ਲਈ ਸਭ ਕੁਝ ਕੀਤਾ ਕੀਤਾ ਹਾਂ ਮੈਂ ਮੈਂ ਤਾਂ ਕਹਿੰਨੀ ਉਹ ਮਿਸ ਅੰਡਰਸਟੂਡ ਰਏ ਪਾਰਟੀ ਨੇ ਤਾਂ ਮਿਸ ਅੰਡਰਸਟੈਂਡ ਕੀਤਾ ਹੀ ਉਤੇ ਕਮਿਊਨਿਟੀ ਨੇ ਮਿਸ ਅੰਡਰਸਟੈਂਡ ਕੀਤਾ ਵਿਚ ਇਸ ਮੇਰਾ ਖਿਆਲ ਹੈ ਸਾਡੇ ਲਈ ਵੀ ਪੇਨਫੁਲ ਉਸ ਆਦਮੀ ਲਈ ਤਾਂ ਕਿੰਨਾ ਪੇਨ ਹੋਏਗਾ ਕਿਉਂਕਿ ਉਹ ਆਦਮੀ ਇਨ ਰਿਲੀਜੀਅਸ ਇਨਾ ਹਿਊਮਨ ਜੀ ਬਹੁਤ ਹਿਊਮਨ ਹਿਊਮਨ ਮੈਂ ਸਭ ਤੋਂ ਕਹਨੀ ਹੈ ਵੀ ਰਿਲੀਜੀਅਸ ਹੋਣਾ ਵਨ ਥਿੰਗ ਹਿਊਮਨ ਕਿਸੇ ਨੂੰ ਪੇਨ ਦੇ ਕੇ ਰਾਜੀ ਨਹੀਂ ਕਿਸੇ ਨੂੰ ਉਹ ਛੋਟੀ ਛੋਟੀ ਗੱਲ ਲਈ ਮਾੜੇ ਮੋٹے ਆਪਣੇ EMPLOYE ਨੂੰ ਕਿਸੇ ਨੂੰ ਤਕਲੀਫ ਹੋਵੇ ਉਹ ਤਕਲੀਫ ਹੋ ਜਾਂਦੀ ਸੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ PIN ਨੂੰ ਕੋਈ ਤਕਲੀਫ ਹੋਵੇ ਉਹਨਾਂ ਨੂੰ ਤਕਲੀਫ ਹੁੰਦੀ ਸੀ ਤੇ ਜਿਸ ਜਿਸ ਕਮਿਊਨਿਟੀ ਚ ਉਹ ਪੜਿਆ ਜਿਸ ਕਮਿਊਨਿਟੀ ਜਮਿਆ ਜਿੱਥੇ ਉਹਨੇ ਰਿਲੀਜੀਅਨ ਨੂੰ ਪੜਿਆ ਅੰਡਰਸਟੈਂਡ ਕੀਤਾ ਜੀ ਉੱਥੇ ਉਹ ਮਿਸਨ ਉਹ ਤੋਂ ਵੱਧ ਪੈਨ ਉਸ ਆਦਮੀ ਲਈ ਕੀ ਹੋਇਆ ਤੁਸੀਂ ਤੁਹਾਡੇ ਵੀ ਖਿਆਲ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਕਿ 84 ਦਾ ਬਰਾ ਸ਼ਾਇਦ ਜ਼ਿੰਦਗੀ ਦਾ ਉਹਨਾਂ ਦੇ ਸਭ ਤੋਂ ਦੁੱਖਾਂ ਦਾ ਭਰਿਆ ਦੁੱਖਾਂ ਦਾ ਭਰਿਆ ਦੋ ਇਨਸੀਡੈਂਸ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖਦਾਇਕ ਇਨਸੀਡੈਂਸ ਲਾਈਫ 'ਚ ਹੋਏ ਜਿਹੜੇ ਉਸ ਆਦਮੀ ਨੂੰ ਦੇਖਣੇ ਪਏ ਚੱਲਣੇ ਪਏ ਉਬਲੂ ਸਟਾਰ ਤੇ ਬਾਕੀ ਚੀਜ਼ਾਂ ਜ਼ਿੰਦਗੀ 'ਚ ਕੁਝ ਨਹੀਂ ਉਹਨਾਂ ਨੇ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਉਹ ਇੱਕ ਸ਼ਾ ਉਤਸ਼ਾਹ ਤੇ ਜੋਸ਼ ਨਾਲ ਲੜੀ ਆਪਣੇ ਦੇਸ਼ ਲਈ ਲੜੀ ਉਹਨਾਂ ਲਈ ਇੱਕ ਜੋਸ਼ ਸੀ ਉਹਨਾਂ ਲਈ ਇੱਕ ਅਚੀਵਮੈਂਟ ਸੀ ਇਹ ਉਹਨਾਂ ਦੀਆਂ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਲਾਈਫ ਦੀਆਂ ਮਾੜੀਆਂ ਘਟਨਾਵਾਂ ਹੋਈਆਂ ਮਤਲਬ ਇੱਕ ਇੱਕ ਸੁਪਰੀਮ ਕਮਾਂਡਰ ਹੁੰਦੇ ਹੋਏ ਵੀ ਉਹ ਆਪਣੇ ਆਪ ਨੂੰ ਹੈਲਪਲੈਸ ਤੁਸੀਂ ਸਾਡੀ ਕੰਟਰੀ ਦਾ ਕਨਸਟੀਟਿਊਸ਼ਨ ਐਸਾ ਹੈ ਸੁਪਰੀਮ ਕਮਾਂਡਰ ਹੈ ਪ੍ਰੈਜ਼ੀਡੈਂਟ ਜੀ ਪਰ ਉਹ ਹੈਲਪਲੈਸ ਉਹਦੀ ਐਗਜ਼ੀਕਟਿਵ ਆਰਡਰ ਜਿਹੜੇ ਆ ਉਹ ਗਵਰਨਮੈਂਟ ਦੇ ਆ ਉਹ ਸੁਪਰੀਮ ਕਮਾਂਡਰ ਦੇ ਇਹ ਇਹ ਕੰਟਰੀ ਦਾ ਕਨਸਟੀਟਿਊਸ਼ਨ ਇਸ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਗਿਆਨੀ ਜ਼ੈਲ ਸਿੰਘ ਹੋਰਾਂ ਬਾਰੇ ਜੋ ਲੋਕਾਂ ਵਿੱਚ ਹੱਲੇ ਵੀ ਉਹ ਗਲਫਹਿਮੀਆਂ ਸਨ ਉਹ ਦੂਰ ਕੀਤੀਆਂ ਔਰ ਤੁਸੀਂ ਦੱਸਿਆ ਕਿ ਉਹ ਕਿਦਾਂ ਉਹ ਉਹਨਾਂ ਨੂੰ ਸਦਮਾ ਲੱਗਿਆ ਸੀ ਇਹ ਦੋ ਵੱਡੇ ਇਨਸੀਡੈਂਟਾਂ ਦਾ ਕਿਦਾਂ ਉਹਨਾਂ ਨੇ ਸਾਇਲੈਂਟਲੀ ਇਹ ਸਫਰ ਕੀਤਾ ਔਰ ਕਮਿਊਨਿਟੀ ਲਈ ਸ਼ਾਇਦ ਇਹ ਸੋਚ ਕੇ ਕਿ ਕਮਿਊਨਿਟੀ ਔਰ ਸਿੱਖ ਕੌਮ ਤੇ ਜਿਆਦਾ ਨੁਕਸਾਨ ਨਾ ਹੋਵੇ ਉਹ ਆਪਣੀ ਥੋਦੇ ਤੇ ਬਣੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਵਰਗੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਬੇਟੀ ਗੁਰਦੀਪ ਕੌਰ ਨੇ ਕਈ ਅਹਿਮ ਖੁਲਾਸੇ ਵੀ ਕੀਤੇ ਨੇ ਗਿਆਨੀ ਜੈਲ ਸਿੰਘ ਦੀ ਬੇਟੀ ਦੇ ਮੁਤਾਬਕ ਉਹਨਾਂ ਦੇ ਪਿਤਾ ਨੇ ਭਰਪੂਰ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ 1984 ਦੇ ਕਤਲੇਆਮ ਨੂੰ ਰੋਕਿਆ ਜਾ ਸਕੇ ਪਰ ਉਹਨਾਂ ਦੀ ਵਾਹ ਨਾ ਚਲ ਸકી ਉਹਨਾਂ ਦੀ ਕਿਸੇ ਨੇ ਸੁਣੀ ਨਾ ਉਹਨਾਂ ਦਾ ਕਿਸੇ ਨੇ ਫੋਨ ਅਟੈਂਡ ਨਹੀਂ ਕੀਤਾ ਇਥੋਂ ਤੱਕ ਕਿ ਪਹਿਲੇ 48 ਤੋਂ 72 ਘੰਟਿਆਂ ਦੌਰਾਨ ਪ੍ਰਧਾਨ ਮੰਤਰੀ ਸਮੇਤ ਕੋਈ ਵੀ ਸੀਨੀਅਰ ਅਧਿਕਾਰੀ ਰਾਸ਼ਟਰਪਤੀ ਨੂੰ ਹਾਲਾਤਾਂ ਦੀ ਜਾਣਕਾਰੀ ਦੇਣ ਤਲੇ ਨਹੀਂ ਪੁੱਜਿਆ ਜਦਕਿ ਅਜਿਹਾ ਕਰਨਾ ਜ਼ਰੂਰੀ ਰਵਾਇਤ ਹੈ ਅਤੇ ਭਾਰਤੀ ਲੋਕਤੰਤਰ ਦੀ ਪ੍ਰਕਿਰਿਆ ਦੀ ਇਹ ਵੱਡੀ ਤਾਕਤ ਵੀ ਮੰਨੀ ਜਾਂਦੀ ਹੈ ਸੋ ਸਿੱਖ ਕਤਲ ਹੁੰਦੇ ਰਹੇ ਜਦਾਦਾਂ ਲੁੱਟੀਆਂ ਜਾਂਦੀਆਂ ਰਹੀਆਂ ਪੂਰੀ ਦਿੱਲੀ ਦੇ ਵਿੱਚ ਸਿੱਖਾਂ ਲਈ ਕਬਰਸਤਾਨ ਬਣ ਗਿਆ ਬਸ ਬੇਬਸਰ ਹੈ ਰਾਸ਼ਟਰਪਤੀ ਬਿਲਕਦੇ ਰਹੇ ਸਿੱਖ ਸਾਡੀ ਖਾਸ ਵਿਚਾਰ ਚਰਚਾ ਸਾਡੇ ਨਾਲ ਦੋ ਖਾਸ ਮਹਿਮਾਨ ਜੁੜੇ ਹੋਏ ਨੇ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਰਦਾਰ ਤਰਲੋਚਨ ਸਿੰਘ ਜੀ ਜੁੜੇ ਹੋਏ ਨੇ ਸਾਬਕਾ ਰਾਜ ਸਭਾ ਮੈਂਬਰ ਨੇ ਔਰ ਐਕਸਪ੍ਰੈਸ ਕਤਰੈ ਨੇ ਰਾਸ਼ਪਤੀ ਦਿਵਸ ਉਹ ਸਵੇਲੇ ਦੇ ਬਹੁਤ ਸਾਰੇ ਬਹੁਤ ਸਾਰੀਆਂ ਗੱਲਾਂ ਇਹਨਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਸਾਨੂੰ ਗੁਰਦੀਪ ਕੌਰ ਨੇ ਦੱਸਿਆ ਨੇ ਕਿੰਨੇ ਕੁ ਤੱਤ ਸੱਚਾਈ ਭਰੇ ਨੇ ਔਰ ਨਾਲ ਹੀ ਸਾਡੇ ਨਾਲ ਹਰਚਰਨ ਸਿੰਘ ਜੀ ਮੌਜੂਦ ਨੇ ਡਾਇਰੈਕਟਰ ਨੇ ਇੰਡੀਅਨ ਐਕਸਪ੍ਰੈਸ ਦੇ ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਤਰਲੋਚਨ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਪਿੱਛੇ ਜਾਵਾਂਗਾ ਜਿਆਦਾ ਪਿੱਛੇ ਨਹੀਂ ਜਾਵਾਂਗਾ ਕਿਉਂਕਿ ਅਸੀਂ ਡਿਟੇਲ ਦੇ ਵਿੱਚ ਇੰਟਰਵਿਊ ਵੀ ਦੇਖ ਲਈ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਨੂੰ ਪ੍ਰੋਸੈਸ ਦੇ ਵਿੱਚ ਲਿਆ ਗਿਆ ਸੀ ਨਹੀਂ ਲਿਆ ਗਿਆ ਸੀ ਇਹ ਸਭ ਜਾਣਦੇ ਜੋ ਇਹ ਕਈ ਵਾਰੀ ਤੁਹਾਡੀ ਚੈਨਲ ਤੇ ਮੈਂ ਬੋਲ ਚੁੱਕਾ ਕਈ ਵਾਰੀ ਮੈਂ ਲਿਖ ਚੁੱਕਾ ਆਰਗਿਆਨੀ ਰੈਲ ਸਿੰਘ ਜੀ ਨੇ ਆਪਣੀ ਜਿਹੜੀ ਕਿਤਾਬ ਲਿਖੀ ਯੁੱਧ ਵਿੱਚ ਲਿਖ ਚੁੱਕੇ ਹੁਣ ਡਾਕਟਰ ਗੁਰਦੀਪ ਕੌਰ ਕਿਉਂਕਿ ਇਹ ਹਰ ਵਕਤ ਉਹਨਾਂ ਨਾਲ ਅਫੀਸ਼ੀਅਲੀ ਰਹਿੰਦੇ ਸੀ ਅਫੀਸ਼ੀਅਲ ਹੋਸਟਲ ਡਿਕਲੇਅਰ ਕੀਤਾ ਸੀ ਭਾਰਤ ਸਰਕਾਰ ਨੇ ਕਿ ਗਿਆਨੀ ਜੀ ਨੂੰ ਜੋ ਅਸ਼ੋਰੈਂਸ ਇੰਦਰਾ ਗਾਂਧੀ ਜੀ ਨੇ ਦਿੱਤੀ ਸੀ ਕਿ ਮੈਂ ਫੌਜ ਨਹੀਂ ਭੇਜਾਂਗੀ ਕੇਵਲ ਡਰਾਵਾਂਗੀ ਠੀਕ ਹੈ ਤਾਂ ਕਿ ਅੰਦਰੋਂ ਮੈਂ ਲੋਕਾਂ ਨੂੰ ਬਾਹਰ ਕੱਢ ਸਕਾਂ ਨਹੀਂ ਇਹ 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 ਪਤਾ ਸੀ ਗਿਆਨੀ ਜੀ ਨੂੰ ਗਿਆਨੀ ਨੂੰ ਲੋਕ ਆ ਕੇ ਕਹਿੰਦੇ ਸੀ ਜੀ ਫੌਜ ਨੇ ਘੇਰਾ ਪਾਇਆ ਫੌਜ ਫਿਰ ਰਹੀ ਹੈ इवन ਫੌਜ ਨੂੰ ਗਈ ਹੈ ਸਵੇਰੇ ਇੱਕ ਦਿਨ ਪਹਿਲਾਂ ਤੱਕ ਵੀ ਗਿਆਨੀ ਜੀ ਨੂੰ ਅਸ਼ੋਰੈਂਸ ਸੀ ਕਿ ਫੌਜ ਨਹੀਂ ਜਾਏਗੀ ਸੋ ਜਦੋਂ ਭੇਜੀ ਗਈ ਉਹਨਾਂ ਨੂੰ ਪੁੱਛੇ ਬਿਨਾ ਨਾ ਉਹਨਾਂ ਨੂੰ ਕੋਈ ਤਲਾਸ਼ ਸੀ ਨਾ ਉਹਨੂੰ ਦਿੱਤੀ ਗਈ ਸੋ ਇਹ ਤਾਂ ਪ੍ਰਤੱਖ ਸਚਾਈ ਹੈ ਕਿ ਗਿਆਨੀ ਜੀ ਵਾ ਟੋਟਲੀ ਇਗਨੋਰਡ ਕਿ ਇਹ ਜਿਹੜਾ ਦਰਬਾਰ ਸਾਹਿਬ ਤੇ ਫੌਜ ਦਾ ਹਮਲਾ ਉਹਨੂੰ ਬਿਨਾ ਕਰ ਕਾਰਨ ਕੀ ਮੰਨਦਾ ਤੁਸੀਂ ਦਾ ਔਰ ਦੂਸਰਾ ਉਸ ਵਕਤ ਇਸ ਲਈ ਬੜੀ ਬਹਿਸ ਹੁਣ ਨਵੀਂ ਸ਼ੁਰੂ ਹੋਗੀ ਉਹ ਇਸ ਕਰਕੇ ਕਿ ਜਿਹੜਾ ਇੰਦਰਾ ਗਾਂਧੀ ਜੀ ਨੇ ਲੋਕਾਂ ਦੇ ਸਾਹਮਣੇ ਪੁੱਟ ਕੀਤਾ ਕਿ ਹਾਲਾਤ ਯਕ ਲਖਤ ਇੰਨੀ ਟਰਨ ਕਰ ਗਏ ਸਨ ਕਿ ਪਾਕਿਸਤਾਨ ਨਾਲ ਅੰਦਰੋਂ ਜਿਹੜੇ ਲੋਕ ਖੜਕੂ ਸਨ ਉਹਨਾਂ ਦਾ ਕੁਸਬੰਧ ਜੁੜ ਗਿਆ ਦੇਸ਼ ਦੀ ਸੁਰੱਖਿਆ ਨੂੰ ਖਤਰਾ ਸੀ ਇਸ ਕਰ ਸਾਨੂੰ ਆਨਨ ਫਾਨਨ ਮੁਕਤਮਾ ਕਰਨਾ ਪਿਆ ਉਹ ਸਾਰੀ ਥਿਉਰੀ ਹੁਣ ਗਲਤ ਹੋ ਗਈ ਜਦੋਂ ਕਿ ਬ੍ਰਿਟਨ ਤੋਂ ਇਹ ਗੱਲ ਨਿਕਲ ਆਈ ਕਿ 4 ਮਹੀਨੇ ਪਹਿਲਾਂ ਭਾਰਤ ਸਰਕਾਰ ਇੰਗਲੈਂਡ ਸਰਕਾਰ ਤੋਂ ਮਦਦ ਮੰਗ ਰਹੀ ਸੀ ਕਿ ਅਸੀਂ ਦਰਬਾਰ ਸਾਹਿਬ ਅੰਦਰ ਫੌਜ ਕਿਵੇਂ ਭੇਜੀਏ ਪੂਰੀ ਪਲੈਨਿੰਗ ਪਹਿਲਾਂ ਹੀ ਹੋ ਚੁੱਕੀ ਸੀ ਸੋ ਇਹ ਪਲੈਨਿੰਗ ਬੜੀ ਦੇਰ ਤੋਂ ਚੱਲ ਰਹੀ ਸੀ ਸੋ ਮੈਂ ਇਸ ਬਾਰੇ ਪਿਛੇ ਬਿਆਨ ਵੀ ਦਿੱਤਾ ਬੜਾ ਅਖਬਾਰਾਂ 'ਚ ਆ ਗਿਆ ਕਿ ਇਹ ਇੰਦਰਾ ਗਾਂਧੀ ਜੀ ਪੋਲਿਟੀਕਲ ਸੋਲੂਸ਼ਨ ਨਹੀਂ ਸੀ ਚਾਹੁੰਦੇ ਜੇ ਸੋਲੂਸ਼ਨ ਚਾਹੁੰਦੇ ਤਾਂ ਲੌਂਗਵਾਲ ਸਰ ਬਾਦਲ ਕਈ ਵਾਰ ਦਿੱਲੀ ਆਏ ਇਹ ਫੈਸਲਾ ਹੋ ਸਕਦਾ ਸੀ ਪਰ ਉਹਨਾਂ ਨਾਲ ਬਾਤ ਨਹੀਂ ਕੀਤੀ ਕਿ ਸਿੱਖਾਂ ਨੂੰ ਜਿਹੜਾ ਟੀਚ ਲੈਸਨ ਦੀ ਥਿਊਰੀ ਸੀ ਉਹ ਉਹਦੇ ਤਹਿਤ ਇਹ ਹਮਲਾ ਕੀਤਾ ਗਿਆ ਜਾਣਬੁੱਝ ਕੇ ਫਾਰ ਪੋਲਿਟੀਕਲ ਗੇਨ ਤਾਂ ਕਿ ਇੰਦਰਾ ਜੀ ਜਿਨ੍ਹਾਂ ਨੇ ਬੰਗਲਾਦੇਸ਼ ਜਿੱਤਿਆ ਉਹਨਾਂ ਨੂੰ ਸੀ ਕਿ ਬੜੇ ਦਿਰ ਤੋਂ ਬਾਅਦ ਕੋਈ ਫਿਰ ਐਸਾ ਵਾਕਿਆ ਹੋਵੇ ਕਿ ਸਾਰੇ ਮੁਲਕ ਵਿੱਚ ਇਹਨਾਂ ਦੀ ਵਾਹ ਵਾਹ ਹੋਵੇ ਤੇ ਵੋਟ ਬੈਂਕ ਪਾਲਿਸੀ ਦੇ ਤਹਿਤ ਇਹ ਸਿੱਖਾਂ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਉਹ ਨਿਸ਼ਾਨੇ 'ਚ ਬੜਾ ਦੁਖਦਈ ਹੈ ਕਿ ਸਾਡਾ ਜਿਹੜਾ ਦਰਬਾਰ ਸਾਹਿਬ ਅਕਾਲ ਤਖਤ ਉਸ ਤੇ ਫੌਜ ਜਾਵੇ ਟੈਂਕ ਜਾਣ ਇਹ ਦੁਖਦਈ ਘਟਣਾ ਹੋਵੇ ਬਿਲਕੁਲ ਬਿਲਕੁਲ ਇਸ ਤੋਂ ਅੱਗੇ ਵੱਧਣ ਤੋਂ ਪਹਿਲਾਂ ਮੈਂ ਦਰਸ਼ਕਾਂ ਦੇ ਲਈ ਇੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਨਾ ਚਾਹਣਾ ਇੱਕ ਆਥਰ ਨੇ ਡਾਕਟਰ ਜਨਕ ਰਾਜ ਜੈ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਕਮਿਸ਼ਨਸ ਐਂਡ ਓਮਿਸ਼ਨਸ ਬਾਈ ਇੰਡੀਅਨ ਪ੍ਰੈਜ਼ੀਡੈਂਟਸ ਉਸ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸੰਵਿਧਾਨ ਦੇ ਆਰਟੀਕਲ ਨੰਬਰ 78 ਦੇ ਵਿੱਚ 78 ਦੇ ਵਿੱਚ ਭਾਰਤੀ ਲੋਕਤੰਤਰ ਦੀ ਇਹ ਪ੍ਰਕਿਰਿਆ ਕਿ অপারেশন ਬਲੂ ਸਟਾਰ ਵਰਗਾ ਕੋਈ ਵੀ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਫਰਜ਼ ਹੈ ਕਿ ਉਹ ਇਸ ਨੂੰ ਰਾਸ਼ਟਰਪਤੀ ਦੇ ਧਿਆਨ ਦੇ ਵਿੱਚ ਲਿਆਵੇ ਜੋ ਕਿ ਬਿਲਕੁਲ ਨਹੀਂ ਲਿਆਂਦਾ ਗਿਆ ਇਹ ਤੱਥ ਪ੍ਰਤੱਖ ਹੋ ਚੁੱਕੇ ਨੇ ਪਹਿਲਾਂ ਵੀ ਔਰ ਉਸ ਤੋਂ ਬਾਅਦ ਉਹ ਆਪਣੀ ਕਿਤਾਬ ਦੇ ਵਿੱਚ ਅੱਗੇ ਲਿਖਦਾ ਕਿ ਦਾ ਆਪਰੇਸ਼ਨ ਬਲੂ ਸਟਾਰ ਵਿਦਆਊਟ ਦਾ ਕੰਸੈਂਟ ਐਡਵਾਈਸ ਐਂਡ ਨੋਲਜ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ who belong to the state of Punjab and to Sikh religion was launched on 5 June 1984 in the Golden Temple complex Amritsar safa ki kisi tarike de nal koi sala mashwara nahi kita gaya main harcharan singh ji tode to janana chahna spasht sawal ki desh da rashtrapati sikh na hunda ta operation blue star udde nal discuss kita janda vekho mera ek gal hai ki tusi do galla hone aankhiyan kitab da reference dekh ke vi aankhe sada trilochana singh ne apne sare vichar dasse ne ਪਹਿਲੀ ਗੱਲ ਤਾਂ ਮੈਂ ਸਤ ਰੋਚਨ ਦੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂ ਕਈਆਂ ਆਰਟੀਕਲ ਇਹਨਾਂ ਵੀ ਲਿਖੇ ਨੇ ਮੈਂ ਵੀ ਲਿਖੇ ਨੇ ਇਹਨਾਂ ਦੇ ਕਈਆਂ ਟੀਵੀ ਚੈਨਲਾਂ ਤੇ ਵੀ ਇਹੀ ਗੱਲ ਆਖੀ ਹੈ ਅੱਜ ਨਾਲ ਇਸ ਗੱਲ ਨੂੰ ਰੀਟ੍ਰੇਟ ਕੀਤਾ ਦੁਬਾਰਾ ਦੱਸੀ ਹੈ ਹਮ ਇੱਕ ਗੱਲ ਬੜੀ ਸਾਫ਼ ਹੈ ਤੁਹਾਡਾ ਸਵਾਲ ਨੂੰ ਮੈਂ ਪਿੱਛੇ ਛੱਡਦਾ ਸਵਾਲ ਇਹ ਹੈਗਾ ਕਿ ਸਿੱਖ ਕੌਮ ਨਾਲ ਇਹ ਸਾਰਾ ਕੁਝ ਕਿਉਂ ਕੀਤਾ ਗਿਆ ਤੁਸੀਂ ਇਹ ਕੋਈ ਨਹੀਂ ਵੇਖਦੇ ਹੈਗੇ ਕਿ ਗਿਆਨੀ ਜੀ ਹੋਮਨਿਸਟਰ 2 ਸਾਲ ਸੀਗੇ ਹਮ ਔਰ ਉਸ ਤੋਂ ਬਾਅਦ ਰਾਸ਼ਟਰਪਤੀ ਬਣੇ 1982 ਤੋਂ ਲੈ ਕੇ 1987 ਤੱਕ ਠੀਕ ਉਸ ਦੌਰਾਨ ਕਿੰਨੀਆਂ ਵਾਰਤਾਵਾਂ ਹੁੰਦੀਆਂ ਰਹੀਆਂ ਹਮ ਸਰ ਤਰਲੋਚਨ ਸਿੰਘ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਬੜਾ ਚੰਗਾ ਖੂਬਸੂਰਤ ਲਿਖਿਆ ਸੀ ਕਿ ਤਿੰਨ ਮਹਰਤੀ ਸਿੱਖ ਹਮ ਯਾਨੀ ਜ਼ੈਲ ਸਿੰਘ ਸਾਰ ਦਰਬਾਰਾ ਸੇ ਤੇ ਹਰਕਿਸ਼ਨ ਸੁਰਜੀਤ ਪਰ ਇਹ ਗਲ ਠੀਕ ਹੈ ਜੀ ਇਹ ਤਿੰਨ ਬੰਦਿਆਂ ਦੇ ਹੁੰਦਿਆਂ ਵੀ ਪੰਜਾਬ ਦਾ ਕੋਈ ਮਸਲਾ ਹੱਲ ਨਾ ਹੋ ਸਕਿਆ ਹਮ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੇ ਜ਼ੋਰ ਨਹੀਂ ਲਾਇਆ ਹੋਣਾ ਕਿਸੇ ਨੇ ਮਿਹਨਤ ਨਹੀਂ ਕੀਤੀ ਹੋਣੀ ਪਰ ਇੱਕ ਗੱਲ ਸਮਝ ਲਈਏ ਕੇਂਦਰਾ ਗਾਂਧੀ ਵਰਗੀ ਸਿਰਜ਼ੋਰ ਪ੍ਰਾਈਮ ਮਿਨਿਸਟਰ ਹਮ ਜਿਹਦੇ ਕੋਲ ਇੰਨੀ ਬਰੂਟ ਮジョਰਿਟੀ ਸੀ ਉਹ ਕਿਸੇ ਦੀ ਪ੍ਰਵਾਹ ਵਾਕਈ ਨਹੀਂ ਸੀ ਕਰਦੀ ਤੁਸੀਂ ਵੇਖੋ ਕਿਤਾਬਾਂ ਸਾਰੀਆਂ ਪੜ੍ਹ ਕੇ ਜਦੋਂ ਕੈਬਨਿਟ ਮਿਨਿਸਟਰ ਦੇ ਪੰਜ ਮਨਿਸਟਰਾਂ ਨੇ ਫੈਸਲਾ ਕਰ ਲਿਆ ਕਿ ਸਾਡੀ ਗੱਲਬਾਤ ਸਿਰੇ ਲੱਗਣ ਲੱਗੀ ਲਾਈਨਾਂ ਦਾ ਫਰਕ ਰਹਿ ਗਿਆ ਇਹ ਗੱਲ ਮੈਨੂੰ ਸਰ ਸੁਰਜੀਤ ਸਿੰਘ ਬਰਨਾਲਾ ਨੇ ਆਪਣੀ ਰਿਕਾਰਡਿੰਗ ਚ ਮੈਨੂੰ ਆਪ ਦੱਸੀ ਹੈ ਪਰ ਮੇਰੇ ਰਿਕਾਰਡ ਕੀਤੀ ਹੈ ਅਖੀਰ ਕਹਿਣ ਲੱਗੇ ਜਿਵੇਂ ਸੌਰੀ ਇੰਦਰਾ ਗਾਂਧੀ ਮੰਦੀ ਨਹੀਂ ਸਰ ਸਵਰਨ ਸਿੰਘ ਨੇ ਕਿਹਾ ਜਦੋਂ ਉਹਨਾਂ ਨੂੰ ਲਾਇਆ ਗਿਆ ਇਸ ਕੰਮ ਦੇ ਵਿੱਚ ਕਿ ਜੀ ਇੰਦਰਾ ਗਾਂਧੀ ਮੰਦੀ ਨਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਸਮੁੱਚੇ ਤੌਰ ਤੇ ਜੇ ਆਪਾਂ ਵੇਖੀਏ ਤੇ ਨਜ਼ਰ ਆਉਂਦਾ ਹੈ ਕਿੰਦਰਾ ਗਾਂਧੀ ਬੜੀ ਜ਼ਿੱਦੀ ਔਰ ਉਸ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਸੀ ਉਦੀ ਬੈਕਗ੍ਰਾਉਂਡ ਬੜੀ ਲੰਬੀ ਹੈ ਗੱਲਬਾਤ ਬੜੀ ਲੰਬੀ ਹੋ ਜਾਏਗੀ ਹਰਚ ਇੱਥੇ ਇੱਥੇ ਮੈਂ ਇੱਕ ਐਡ-ਆਨ ਕਰਨਾ ਚਾਹਨਾ ਦੋਹਾਂ ਗੈਸ ਤੋਂ ਪੁੱਛਣਾ ਚਾਹਨਾ ਕਿ ਤੁਹਾਨੂੰ ਲੱਗਦਾ ਹੈ ਕਿ ਇੰਦਰਾ ਗਾਂਧੀ ਨੂੰ ਇਹ ਸੀਗਾ ਕਿ ਗਿਆਨੀ ਜੀ ਇੱਕ ਰਾਸ਼ਟਰਪਤੀ ਜਿਹੜੇ ਉਹ ਸਿੱਖ ਨੇ ਜੇਕਰ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਮੈਂ ਕੋਈ ਆਪਰੇਸ਼ਨ ਬਲੂ ਸਟਾਰ ਵਰਗਾ ਇੱਕ ਸਾਾਕਾ ਜੇ ਉਹਨਾਂ ਨਾਲ ਡਿਸਕਸ ਕਰਦੇ ਆ ਤਾਂ ਸਿੱਖ ਭਾਵਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਜਾਂ ਫਿਰ ਜਿਹੜਾ ਆਪਰੇਸ਼ਨ ਬਲੂ ਸਟਾਰ ਦੀ ਜਿਹੜੀ ਖੂਫੀਆ ਉਹ ਖੂਫੀਆ ਨਹੀਂ ਰਹੇਗਾ ਨਾ ਗਿਆਨੀ ਜੀ ਇਹ ਸਭ ਕੁਝ ਕਰਨ ਦੇਣਗੇ ਇਹ ਵੀ ਤੁਹਾਨੂੰ ਲੱਗਦਾ ਮੈਂ ਇਹ ਸਮਝਦਾ ਲੁਕੋ ਇੱਕ ਗੱਲ ਵੀ ਆਪਾਂ ਕਰੀਏ ਕਿ ਹੁਣ ਅੱਜਕੱਲ ਬੜੀ ਕਮੈਂਟਰੀ ਆ ਰਹੀ ਹੈ ਆਫਟਰ ਇਤਿਹਾਸ ਲਿਖਿਆ ਬਾਅਦ ਇਹ ਜਾਂਦਾ ਹਮ ਇੰਦਰਾਜੀ ਦਾ ਰਜੀਵ ગાંધી ਦੋਨਾਂ ਦੇ ਵਕਤ ਦੇ ਬੜੇ ਇਨਸੀਡੈਂਟ ਬੜਾ ਕੁਝ ਹੁਣ ਆ ਰਿਹਾ ਹੈ ਇਹ ਜੀ ਕਲੀਅਰ ਆ ਰਿਹਾ ਹੈ ਕਿ ਇਹ ਇਹਨਾਂ ਨੇ ਰਾਸ਼ਟਰਪਤੀ ਵੈਸੇ ਵੀ ਕਾਨੂੰਨੀ ਤੌਰ ਤੇ ਰਾਸ਼ਟਰਪਤੀ ਨੂੰ ਕੋਈ ਐਗਜ਼ੀਕਟਿਵ ਪਾਵਰ ਨਹੀਂ ਹੋਣੀ ਇਹ ਤੇ ਇੰਦਰਾ ਜੀ ਨੇ ਤਾਂ ਜਦੋਂ ਦੁਬਾਰਾ ਆਏ ਸੀ ਉਹਨਾਂ ਨੇ ਇੱਕ ਕਨਸਟੀਟਿਊਸ਼ਨ ਅਮੈਂਡ ਵੀ ਕਰਤਾ ਸੀ ਜਿਹਦੇ ਚ ਹੋਰ ਜਿਹੜੀ ਮਾੜੀ-ਮੁੱਟੀ ਸੀ ਉਹ ਵੀ ਕਟਾ ਦਿੱਤੀ ਸੋ ਕੋਈ ਵੀ ਹੁੰਦਾ ਇੰਦਰਾ ਜੀ ਦਾ ਉਹ ਰਜੀਵ ਗਾਂਧੀ ਦਾ ਜਿਸ ਤਰ੍ਹਾਂ ਵੇ ਆਫ ਵਰਕਿੰਗ ਸੀ ਉਹਦੇ ਚ ਕੋਈ ਰਾਸ਼ਟਰਪਤੀ ਦੀ ਹੋਂਦ ਨੂੰ ਜਾਂ ਉਹਦੀ ਐਡਵਾਈਸ ਨੂੰ ਉਹਨਾਂ ਨੇ ਕਦੇ ਮੁੱਲ ਨਹੀਂ ਪਾਇਆ ਮਤਲਬ ਕਹਿ ਸਕਦੇ ਹੋ ਕਿ ਇੱਕ ਇੱਕ ਸੰਵਿਧਾਨ ਦੀ ਉਲੰਘਣਾ ਵੀ ਹੈ ਕਿਉਂਕਿ 78 ਆਰਟੀਕਲ ਬਿਲਕੁਲ ਸੰਵਿਧਾਨ ਦੀ ਲੰਘਣਾ ਜੇ ਜਾਓ ਤੇ ਬੜੇ ਐਸੇ ਇਨਸੀਡੈਂਟ ਹਨ ਜੇ ਕਦੇ ਉਸਤੇ ਬਜਾਈਏ ਵੀ ਕਿੰਨੀ ਵਾਰੀ ਇਗਨੋਰ ਹੋਏ ਇੱਕ ਵਾਰੀ ਤੇ ਰਜੀਵ ਜੀ ਨੇ ਜਦੋਂ ਇੱਕ ਸਵਾਲ ਕੀਤਾ ਜਰਨਲਿਸਟ ਨੇ ਕਿਉਂਕਿ ਸਾਡੇ ਇੱਕ ਪਰੰਪਰਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਦੇਸ਼ ਤੋਂ ਬਾਹਰ ਜਾਵੇ ਤੇ ਬਾਹਰੋਂ ਆਵੇ ਤਾਂ ਉਹ ਰਾਸ਼ਟਰਪਤੀ ਨੂੰ ਮਿਲ ਕੇ ਜਾਂਦਾ ਤੇ ਆ ਕੇ ਪਹਿਲਾਂ ਰਿਪੋਰਟ ਦਿੰਦਾ ਤੇ ਭਾਈ ਅੱਡੇ ਤੇ ਉਹਨੇ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਹੁਣ ਰੂਸ ਦੇ ਪ੍ਰਧਾਨ ਮੰਤਰੀ ਨੂੰ ਮਿਲਾਏ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਾਏ ਅਮਰੀਕਾ ਦੇ ਮਿਲਾਏ ਤੇ ਕਿਉਂ ਆਪਣੇ ਰਾਸ਼ਟਰਪਤੀ ਨੂੰ ਮਿਲ ਕੇ ਦਸੋਗੇ ਕਹਿੰਦੇ ਨਹੀਂ ਮੈਂ ਇਹ ਜਿਹੜੀਆਂ ਪਰੰਪਰਾਵਾਂ ਨੂੰ ਮੈਂ ਉਹਨੂੰ ਖਤਮ ਕਰਤੀਆਂ ਸੋ ਇਟ ਮੀਨ ਕਿ ਉਹ ਉਹਨੇ ਆਪ ਹੀ ਕਿਹਾ ਕਿ ਕੋਈ ਲੋਡ ਨਹੀਂ ਪ੍ਰਧਾਨ ਮੰਤਰੀ ਜਿਹੜਾ ਉਹ ਐਗਜ਼ੀਕਟਿਵ ਹੈਡ ਹੈ ਉਹ ਕਰੇਗਾ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਇਹ ਕੋਈ ਹੋਰ ਰਾਸ਼ਟਰਪਤੀ ਹੁੰਦਾ ਤੇ ਸ਼ਾਇਦ ਲਾ ਡਿਫਰੈਂਟ ਹੁੰਦੇ ਕਿਉਂਕਿ ਪ੍ਰਧਾਨ ਮੰਤਰੀ ਜਦੋਂ ਵਿਜ਼ਿੱਦ ਹੋਵੇ ਕਰਨਾ ਚਾਹੇ ਨਾਲੇ ਇਹ ਤੁਸੀਂ ਹੁਣ ਕਿਤਾਬਾਂ ਜਿਹੜੋਂ ਪੜ ਰਹੇ ਹੋ ਕਿ ਇੰਡੀਅਨ ਕੈਬਨਿਟ ਦਾ ਵੀ ਕੋਈ ਡਿਸੀਜਨ ਨਹੀਂ ਹਾਂ ਸਵਾਲ ਤੇ ਕੈਬਨਿਟ ਚ ਹਰ ਛੋਟੀ ਮੋਟੀ ਗੱਲ ਡਿਸਕਸ ਹੁੰਦੀ ਹੈ ਜਿਹੜਾ ਬਲੂ ਸਟਾਰ ਹੈ ਡਿਸਕਸ ਨਹੀਂ ਹੋਇਆ ਇਹ ਕਦੇ આજ ਤੱਕ ਰਕਾਰਤ ਨਹੀਂ ਹੈ ਮੈਂ ਇਥੇ ਇੱਕ ਗੱਲ ਹੋਰ ਥੋੜੀ ਐਡ ਕਰਨਾ ਚਾਹੁੰਦਾ ਜੀ ਮੈਂ ਇਸ ਤੇ ਬੜੀ ਰਿਸਰਚ ਕੀਤੀ ਹੈ ਬੜੇ ਲੋਕਾਂ ਦੀ ਇੰਟਰਵਿਊ ਲਈ ਹੈ ਇਹ ਗੱਲ ਬਿਲਕੁਲ ਠੀਕ ਹੈ ਕਿ ਜਦੋਂ ਮਨਿਸਟਰਾਂ ਨੇ ਫੈਸਲਾ ਕਰ ਲਿਆ ਕਿ ਆਪਾਂ ਇਹਨਾਂ ਟਰਮਸ ਤੇ ਅਕਾਲੀ ਦਲ ਨਾਲ ਇਹ ਆਪਣਾ ਮੋਰਚਾ ਵਾਪਸ ਲੈ ਲੈਣਗੇ ਤੇ ਕੰਮ ਬੰਦ ਹੋ ਜਾਏਗਾ ਜਦੋਂ ਇਹ ਗੱਲ ਸਿਰੇ ਲੱਗਣ ਲੱਗੀ ਗੱਲ ਫੇਰ ਟੁੱਟ ਜਾਂਦੀ ਸੀ ਮੈਂ ਇਸ ਗੱਲ ਤੇ ਬੜਾ ਹੈਰਾਨ ਆ ਕਿ ਇਹ ਤਿੰਨ ਸਰਦਾਰ ਸਰ ਬੂਟਾ ਸਿੰਘ ਇੱਕ ਯਾਨੀ ਸਾ ਦਰਬਾਰਾ ਸਿੰਘ ਹਰਕਿਸ਼ਨ ਸੁਰਜੀਤ ਜਿਹੜੇ ਸਰਕਾਰ ਦੇ ਬੜੇ ਨੇੜੇ ਸਨ ਇਹ ਸਰਕਾਰ ਨੂੰ ਕੁਝ ਨਾ ਕਰਾ ਸਕੇ ਇਸ ਤੋਂ ਆਪਾਂ ਨਜ਼ਰ ਨਹੀਂ ਆਉਂਦਾ ਕਿ ਉਹ ਕਿੰਨੇ ਸਰ ਸਰਵਰ ਸਿੰਘ ਦੀ ਮੈਂ ਗੱਲ ਲਈ ਕੀਤੀ ਹੈ ਤੁਹਾਨੂੰ ਹਿੰਟ ਮਿਲਦੀ ਸੀ ਮੇਰਾ ਮਤਲਬ ਕਹਿੰਦਾ ਹੈ ਕਿ ਉਹ ਕੁਝ ਕਰਨੋਂ ਤਿਆਰ ਹੀ ਨਹੀਂ ਸੀ ਹੁਣ ਦੂਜੀ ਗੱਲ ਸਾਧ ਰੋਜਸ ਨੇ ਹੁਣੇ ਗੱਲ ਆਖੀ ਹੈ ਅਖਬਾਰਾਂ 'ਚ ਖਬਰਾਂ ਆਈਆਂ ਕਿ ਲੰਡਨ ਦੇ ਆਰ ਕਾਇਜ਼ੂ ਜਿਹੜੇ ਦਸਤਾਵੇਜ਼ ਖੋਲੇ ਗਏ ਨੇ ਉਹਨਾਂ ਚ ਕਿਹਾ ਗਿਆ ਕਿ ਉਹਨਾਂ ਨੇ 에ਅਰ ਫੋਰਸ ਦੇ ਬੰਦੇ ਆਏ ਉਹਨਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਪੂਰੀ ਸਟੱਡੀ ਕੀਤੀ ਸਕਰਟੀਨਾਈਜ਼ ਕੀਤਾ ਹੁਣ ਇੱਕ ਹੋਰ ਖਬਰ ਆਈ ਹੈ ਚਾਰ ਦਿਨ ਪਹਿਲਾਂ ਕੇਂਦਰਾ ਗਾਂਧੀ ਨੇ ਇਹ ਫੈਸਲਾ ਕਰ ਲਿਆ ਸੀ ਕਿ ਉੱਥੋਂ ਕਮਾਂਡੋ ਭੇਜ ਕੇ ਉੱਥੋਂ ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਚੁੱਕ ਕੇ ਮਾਰ ਦਿੱਤਾ ਜਾਵੇ ਜੋਮਰਜੀ ਕੀਤਾ ਜਾਵੇ ਸਰਾ ਤੋਂ ਸਰਾ ਤੋਂ ਸੀ ਉਸ ਤੋਂ ਬਾਅਦ ਗੁਰਦਾਰ ਲੰਗਰ ਲੰਗਰ ਦੀ ਛੱਤ ਤੋਂ ਸੀ ਇਹ ਫਰਵਰੀ ਦੀ ਗੱਲ ਹੈਗੀ ਜਦੋਂ ਸੰਜੀ ਟਰੰਪ ਜਾ ਚੁੱਕੇ ਸੀ ਅਕਾਲ ਤਖਸੈ ਵੀ ਤੇ دیਵਾਨ ਲਾਉਂਦੇ ਸੀ ਆ ਕੇ ਗੁਰੂ ਰਾਮਦਾਸ ਲੰਗਰ ਦੇ ਉੱਤੇ ਹੁਣ ਸਵਾਲ ਇਸ ਗੱਲ ਦਾ ਹੈ ਜੇ ਕਿਤੇ ਉਹਨਾਂ ਉਹ ਕੰਮ ਕੀਤਾ ਹੁੰਦਾ ਮਾੜਾ ਕੰਮ ਤਾਂ ਉਹ ਵੀ ਸੀ ਸਵਾਲ ਹੈ ਫੌਜ ਭੇਜਣੀ ਪੁਲਿਸ ਭੇਜਣੀ ਅਟੈਕ ਕਰਵਾਉਣਾ ਦੇਖੋ ਆਪਾਂ ਵੇਖੀਏ 1947 ਤੋਂ ਲੈ ਕੇ 1984 ਤੱਕ ਸਾਡੇ 37 ਸਾਲ ਗੁਜ਼ਰੇ ਨੇ 37 ਸਾਲ ਦੇ ਵਿੱਚ ਕਿਸੇ ਇੱਕ ਧਾਰਮਿਕ ਸਥਾਨ ਤੇ ਵੀ ਫੌਜ ਗਈ ਹੈ ਪੰਜਾਬ ਵਿੱਚ ਇਹ ਦਰਬਾਰ ਸਾਹਿਬ ਤੇਨ ਵਾਰੀ ਪੁਲਿਸ ਗਈ ਇੱਕ ਵਾਰੀ ਪੀਮ ਸੰਸਚਰ ਸਾਹਿਬ ਵੇਲੇ ਗਈ ਇੱਕ ਵਾਰੀ ਗੋਪੀ ਚੰਦ ਭਾਰਗਵ ਵੇਲੇ ਗਈ ਇਹਦਾ ਮਤਲਬ ਇਹ ਹੈ ਕਿ ਇੱਕ ਕਮੇਟੀ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੀ ਜਾਂਦੇ ਪਏ ਹੋ ਜਦੋਂ ਕਮੇਟੀ ਦਬਾਉਂਦੇ ਨਾ ਤਾਂ ਅਲਟੀਮੇਟਲੀ ਕਮੇਟੀ ਦੇ ਕੁਝ ਬੰਦੇ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ ਤਸ਼ੱਦਦ ਕੀਤਾ ਜਾਂਦਾ ਹੈ ਤਾਂ ਉਹ ਟੈਰਰਿਸਟ ਨੂੰ ਜਨਮ ਦਿੰਦੇ ਨੇ ਇੰਦਰਾ ਗਾਂਧੀ ਸਮਝੀ ਕਿ ਇਹ ਸ਼ਾਇਦ ਲਾਅ ਐਂਡ ਆਰਡਰ ਪ੍ਰੋਬਲਮ ਹੈ ਉਸ ਕਮੇਟੀ ਨੂੰ ਇਹ ਨਾ ਪਤਾ ਲੱਗਾ ਇਹ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਸੀ ਇਹ ਤਾਂ ਇੱਕ ਰਾਜਨੀਤਿਕ ਮਸਲਾ ਸੀ ਇਹਦਾ ਹੱਲ ਇੱਕ ਰਾਜਨੀਤਿਕ ਰੇਲ ਹੋਣਾ ਸੀ ਇਹਦਾ ਹੱਲ ਉਥੇ ਪੁਲਿਸ ਜਾਂ ਫੌਜ ਭੇਜ ਕੇ ਨਹੀਂ ਹੋਣਾ ਸੀ ਮਾਫ ਕਰਨਾ ਤੁਹਾਡਾ ਸਵਾਲ ਅਗਲਾ ਬਾਅਦ ਆਉਣਾ ਕਿ ਨਹੀਂ ਆਉਣਾ ਜੇ ਤੁਸੀਂ ਫੌਜ ਭੇਜੀਏ ਤਾਂ ਰਿਜ਼ਲਟ ਕੀ ਨਿਕਲੇ ਉਸ ਤੋਂ ਬਾਅਦ ਸਿੱਖ ਮਾਰੇ ਗਏ ਯਾਤਰੂ ਮਾਰੇ ਗਏ ਮੁਲਾਜ਼ਮ ਮਾਰੇ ਗਏ ਟੈਰਰਿਜ਼ਮ ਹੋਰ ਵਧਿਆ ਅਗਲੇ 8 ਸਾਲ ਉਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਹਰਜਪ੍ਰੀਤ ਸਿੰਘ ਜੀ ਆਪਣੀ ਜਾਨ ਵੀ ਦੇਣੀ ਪੈਗੀ ਜਨਰਲ ਵੈਦਿਆ ਵੀ ਮਾਰਿਆ ਗਿਆ ਮਾਫ ਕਰਨਾ ਆਪਾਂ ਕਿਹੜੀਆਂ ਗੱਲਾਂ ਕਰਦੇ ਪਿਆ ਆਪਾਂ ਉਹ ਬੀਬੀ ਇੰਨੀ ਸਰਜ਼ੋਰ ਸੀਗੀ ਉਹ ਕਿਸੇ ਦੀ ਗੱਲ ਸੁਣਦੀ ਨਹੀਂ ਸੀ ਉਹ ਸਾਹਤ ਰੋਚਨ ਸਿੰਘ ਦੀ ਗੱਲ ਬਿਲਕੁਲ ਠੀਕ ਹੈ ਇੱਥੇ ਰਾਸ਼ਟਰਪਤੀ ਪਾਵੇਂ ਤੁਸੀਂ ਹੁੰਦੇ ਪਾਵੇਂ ਮੈਂ ਹੁੰਦਾ ਪਾਵੇਂ ਕੋਈ ਹੋਰ ਹੁੰਦਾ ਉਹਨੇ ਕਿਸੇ ਦੀ ਗੱਲ ਨਹੀਂ ਸੀ ਸੁਣਨੀ ਠੀਕ ਹੈ ਉਹਨੇ ਵੋਟ ਪਾਲੀ ਸੀ ਸਾਰੀ ਉਹ ਤਾਂ ਇਲੈਕਸ਼ਨ ਜਿੱਤਨੀ ਚਾਹੁੰਦੀ ਸੀ ਉਹਨੇ ਵੇਖਿਆ ਸੀ ਬੰਗਲਾਦੇਸ਼ ਦੀ ਵਾਰ ਤੇ ਕਿ ਮੈਂ ਹਿੰਦੁਸਤਾਨ ਦੀ ਮжоਰਿਟੀ ਆਪਣੇ ਨਾਲ ਆਪਣੀ ਕਮਿਊਨਿਟੀ ਨੂੰ ਆਪਣੇ ਨਾਲ ਕਿਵੇਂ ਕਰ ਸਕਦੀਆਂ ਜੇ ਮੈਂ ਕਰ ਸਕਦੀਆਂ ਮੈਂ ਕੋਈ ਹੋਰ ਜਾ ਕੰਮ ਕਰਾਂ ਉਸ ਤੋਂ ਬਾਅਦ ਇਲੈਕਸ਼ਨ ਜਿੱਤ ਲਵਾਂ ਪਰ ਜੀਬ ਗੰਦੀ ਦੀ ਹਮਾਕਤ ਵੇਖੋ ਉਸ ਤੋਂ ਬਾਅਦ ਉਹਨੇ ਕੀ ਕੀਤਾ ਇਹ ਅਗਲਾ ਤੁਹਾਡਾ ਸਵਾਲਾ ਚ ਆਉਣਾ ਹੈ ਆਪੋ ਦਾ ਜਵਾਬ ਉਸ ਵੇਲੇ ਦਿਆਂਗੇ ਜੀ 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 ਇੱਕ ਛੋਟਾ ਜਿਹਾ ਬ੍ਰੇਕ ਲੈ ਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਜਦੋਂ ਆਵਾਂਗੇ ਤਾਂ ਸਾਡੇ ਨਾਲ ਅਸੀਂ ਇਸ ਮੁੱਦੇ ਤੇ ਚਰਚਾ ਕਰਾਂਗੇ ਜਿੰਨਾਂ ਗੁਰਦੀਪ ਕੌਰ ਜੀ ਨੇ ਕਿਹਾ ਕਿ ਜਦੋਂ 1984 ਸਿੱਖ ਕਤਲੇਆਮ ਹੁੰਦਾ ਰਿਹਾ ਤਾਂ ਪੂਰੀ ਕੋਸ਼ਿਸ਼ ਕੀਤੀ ਰਾਸ਼ਟਰਪਤੀ ਨੇ ਕਿ ਕਿਸੇ ਤਰ੍ਹਾਂ ਇਸ ਕਤਲੇਆਮ ਤੇ ਠੱਲ ਪਾਈ ਜਾ ਸਕੇ ਪਰ ਉਹਨਾਂ ਦੀ ਇੱਕ ਦਾ ਚੱਲ ਸਕੀ ਇੱਕ ਵਾਹ ਨਾ ਚੱਲੀ ਉਹਨਾਂ ਦੀ ਇੱਥੋਂ ਤੱਕ ਕਿ ਉਹਨ ਬ੍ਰੇਕ ਤੋਂ ਬਾਅਦ ਅਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੀ ਖਾਸ ਪੇਸ਼ਕਸ਼ ਜਾਰੀ ਆ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀ ਆਪਰੇਸ਼ਨ ਬਲੂ ਸਟਾਰ ਦੀ ਔਰ ਹੁਣ ਗੱਲ ਕਰਾਂਗੇ ਇੱਕ ਦੂਜੇ ਵੱਡੇ ਤਸ਼ੱਦਦ ਦੀ ਜਿਹੜੇ ਸਿੱਖ ਕੌਮ ਨੂੰ ਦਿੱਤਾ ਗਿਆ ਜਿਸ ਦਾ ਸੇਖ ਜਿਸ ਦਾ ਦਰਦ ਤਾ ਉਮਰ ਸੇ ਕੌਮ ਚੇਲਦੀ ਰਹੇਗੀ ਔਰ ਗੱਲ ਕਰ ਰਹੇ ਹਾਂ 1984 ਸਿੱਖਤ ਲਿਆਮ ਦੀ ਤਰਲੋਚਨ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਜਿਸ ਤਰ੍ਹਾਂ ਗੁਰਦੀਪ ਕੌਰ ਨੇ ਕਿਹਾ ਕਿ ਜਦੋਂ 1984 ਸੇ ਕਤਲੇਆਮ ਹੋਇਆ ਔਰ ਉਸ ਵਕਤ ਹਾਲਾਤ ਅਜਿਹੇ ਵਿਗੜ ਚੁਕੇ ਸਨ ਕਿ ਰਾਸ਼ਟਰਪਤੀ ਦੀ ਗੱਡੀ ਤੇ ਵੀ ਹਮਲਾ ਕੀਤਾ ਗਿਆ ਉਹਨਾਂ ਦੀ ਗੱਡੀ ਤੇ ਵੀ ਅੱਗ ਲੱਗੇ ਹੋਏ ਕੱਪੜੇ ਸੁੱਟੇ ਗਏ ਇਸ ਗੱਲ ਦਾ ਕਦੇ ਜ਼ਿਕਰ ਵੀ ਨਹੀਂ ਆਇਆ ਹੁਣ ਜ਼ਿਕਰ ਸਾਹਮਣੇ ਆਇਆ ਔਰ ਇਹ ਵੀ ਕਿਹਾ ਗਿਆ ਕਿ ਕੋਈ ਐਫਆਈਆਰ ਨਹੀਂ ਉਸ ਵਕਤ ਦਰਜ ਹੋਈ ਕੋਈ ਜਾਂਚ ਨਹੀਂ ਹੋਈ ਇਸ ਮਾਮਲੇ ਦੀ ਜੇਕਰ ਰਾਸ਼ਟਰਪਤੀ ਹੀ ਉਸ ਵੇਲੇ ਸੁਰੱਖਿਅਤ ਨਹੀਂ ਸੀ ਆਮ ਲੋਕਾਂ ਦੇ ਹਾਲਾਤ ਤਾਂ ਸੀ ਸਮਝ ਹੀ ਸਕਦੇ ਆ ਔਰ ਵਾਰ-ਵਾਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਕਿਸੇ ਤਰ੍ਹਾਂ ਇਸ ਕਤਲੇਆਮ ਨੂੰ ਰੋਕਿਆ ਜਾਏ ਪਰ ਕਿਸੇ ਤਰ੍ਹਾਂ ਤਾਂ ਉਹਨਾਂ ਨੂੰ ਕੋਈ ਰਿਸਪ ਦੀ ਬੜੀ ਤਸੱਲੀ ਹੋਈ ਹੈ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਇਹ ਜਦੋਂ ਬਿਆਨ ਦਿੱਤਾ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜੀ ਨੇ ਜਦੋਂ ਰਾਤ ਨੂੰ 8 ਵਜੇ ਇਤਲਾਹ ਮਿਲੀ ਕਿ ਕਤਲੇਆਮ ਸ਼ੁਰੂ ਹੋ ਗਿਆ ਸ਼ਹਿਰ ਵਿੱਚ ਤਾਂ ਉਹਨਾਂ ਨੇ ਬੜਾ ਕੋਸ਼ਿਸ਼ ਕੀਤੀ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਪਰ ਉਹਨੂੰ ਕੋਈ ਟੈਲੀਫੋਨ ਤੇ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਰਾਸ਼ਟਰਪਤੀ ਜੀ ਨੇ ਦੂਸਰੇ ਦਿਨ ਹੋਮ ਮਿਨਿਸਟਰ ਨੂੰ ਕੀਤੀ ਫੌਜ ਮਾਰੇ ਗੱਲ ਕੀਤੀ ਪਰ ਫੌਜ بجائے ਦਿੱਲੀ ਛੌਨੀ ਤੋਂ ਮੰਗਾਨ ਦੇ ਮੇਰਠ ਤੋਂ ਭੇਜੀ ਗਈ ਇਹ ਸਾਰੀਆਂ ਗੱਲਾਂ ਮੈਂ ਕਹੀਆਂ ਤਮੈਨੂੰ ਸਵਾਲ ਕੀਤੇ ਗਏ ਗਿਆਨੀ ਜੀ ਤੇ ਚਲੇ ਗਏ ਰਜੀਵ ਚਲਾ ਗਿਆ ਤਾਂ ਤੁਹਾਨੂੰ ਤੁਸੀਂ ਇਹ ਹੁਣ ਕਿਉਂ ਗਲਤ ਬੋਲ ਰਹੇ ਹੋ ਇੱਕ ਗਲਤ ਤਰੀਕੇ ਨਾਲ ਹੁਣ ਕਹਿ ਰਹੇ ਮੈਨੂੰ ਇਸ ਗੱਲ ਦੀ ਬੜੀ ਹੈ ਕਿ ਗਿਆਨੀ ਰੈਲ ਸਿੰਘ ਜੀ ਦੀ ਲੜਕੀ ਡਾਕਟਰ ਗੁਰਦੀਪ ਕੌਰ ਨੇ ਅੱਜ ਸਚਾਈ ਸਭ ਦੇ ਸਾਹਮਣੇ ਲੈ ਕੇ ਦੱਸ ਦਿੱਤੀ ਕਿ ਰਾਸ਼ਟਰਪਤੀ ਜਿਨਨੇ ਰਜੀਵ ગાંધી ਜੀ ਨੂੰ ਸ਼ਾਮ ਨੂੰ 6:00 ਵਜੇ ਉਸ ਤੋਂ ਆਕੇ ਪ੍ਰਧਾਨ ਮੰਤਰੀ ਬਣਾਇਆ 2 ਘੰਟੇ ਬਾਅਦ ਹੀ ਉਹ ਰਾਸ਼ਟਰਪਤੀ ਜੀ ਦਾ ਉਹਨਾਂ ਟੈਲੀਫੋਨ ਨਹੀਂ ਸੁਣਿਆ ਉਸ ਤੋਂ ਬਾਅਦ ਇੰਨੇ ਇੱਕ ਹੋਰ ਬੜੀ ਵੱਡੀ ਗੱਲ ਕਹੀ ਕਿ ਰਾਤ ਨੂੰ ਰਾਸ਼ਟਰਪਤੀ ਦੇ ਟੈਲੀਫੋਨ ਚੱਲਨੇ ਬੰਦ ਹੋ ਗਏ ਇਹ ਇੱਕ ਬਹੁਤ ਵੱਡਾ ਇੱਕ ਹੋਰ ਇਲਜ਼ਾਮ ਹੈ ਕਿ ਰਾਸ਼ਟਰਪਤੀ ਨੂੰ ਡਾਰਕਨੈਸ ਜ ਰੱਖਣ ਦਾ ਇੱਕ ਹੋਰ ਉਪਰਾਲ ਹੋਇਆ ਤੀਸਰਾ ਉਹਨਾਂ ਨੇ ਦੱਸਿਆ ਮਤਲਬ ਜਾਣ ਪੁੱਛ ਕੇ ਉਹਨਾਂ ਦੇ ਫੋਨ ਖਰਾਬ ਕੀਤੇ ਕਿ ਕੀ ਤੀਸਰਾ ਉਹਨਾਂ ਨੇ ਨਵੀਂ ਗੱਲ ਦੱਸਦੀ ਕਿ ਜਿਹੜਾ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਜਿਵੇਂ ਤੁਸੀਂ ਵੀ ਦਰਪੜ ਕੇ ਸੁਣਾਇਆ ਕਿ ਰਿਪੋਰਟ ਆਉਣੀ ਸੀ ਕਹਿੰਦੇ ਕੋਈ ਵੀ ਕਈ ਦਿਨ ਦਿਨ ਚਾਰ ਦਿਨ ਰਾਸ਼ਟਰਪਤੀ ਜੀ ਨੂੰ ਦਿੱਲੀ ਵਾਲਾ ਲਗਭਗ 78 ਘੰਟੇ ਬਾਅਦ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ। ਦੂਸਰਾ ਉਹਨਾਂ ਨੇ ਇਹ ਬੜਾ ਵਧੀਆ ਕਿਹਾ ਕਿ ਰਾਸ਼ਟਰਪਤੀ ਜੀ ਨੂੰ ਕਿੰਨਾ ਦੁੱਖ ਸੀ ਔਰ ਉਹ ਦੁੱਖ ساری ਉਮਰ ਉਹਨਾਂ ਦੇ ਮਰਮ ਦਮ ਤੱਕ ਇਹ ਰਿਹਾ ਕਿ ਮੇਰੇ ਹੁੰਦਿਆਂ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਹੋਇਆ। ਸੋ ਗੁਰਾਟੂ ਗੁਰਦੀਪ ਕੌਰ ਨੇ ਇਤਿਹਾਸ ਨੂੰ ਮੈਸਮਨਾ ਬਹੁਤ ਵੱਡੀ ਦੇਣ ਦਿੱਤੀ ਹੈ ਕਿਉਂਕਿ ਗਿਆਨੀ ਜੀ ਬਾਰੇ ਬੜੀਆਂ ਗਲਫਹਿਮੀਆਂ ਵੀ ਹੋ ਰਹੀਆਂ। ਉਹਨਾਂ ਨੇ ਉਹ ਠੀਕ ਹੈ ਉਹਨਾਂ ਦੀ ਲੜਕੀ ਹੈ ਪੰਜ ਅਜ ਉਹਨਾਂ ਨੇ ਸੱਚ ਬੋਲ ਕੇ ਇਤਿਹਾਸ ਨੂੰ ਠੀਕ ਰੂਪ ਦਿੱਤਾ ਕਿਉਂਕਿ ਇਤਿਹਾਸ ਲਿਖਿਆ ਜਾਂਦਾ ਨਸਲਾਂ ਕੋਲ ਤੇ ਗੁਰਦੀਪ ਕੌਰ ਨੇ ਜੋ ਬੀਤਿਆ ਉਹਨੇ ਇਨਵਰਮੈਟਮ ਦੱਸ ਕੇ ਬਹੁਤ ਅੱਛਾ ਕੀਤਾ ਪਰ ਇਹ ਜਿਹੜੀ ਗੱਲ ਮੈਂ ਕਈ ਦਿਨ ਤੋਂ ਕਹਿ ਰਿਹਾ ਸੀ ਕਿ ਜੋ ਦਿੱਲੀ ਵਿੱਚ ਦੰਗੇ ਜਿਹਨੂੰ ਕਹਿੰਦੇ ਆ ਕਤਲੇਆਮ ਸੀ ਦੰਗਾ ਨਹੀਂ ਸੀ ਉਹ ਕੇਵਲ ਸਿੱਖਾਂ ਨੂੰ ਮਾਰਨ ਲਈ ਰੂਲਿੰਗ ਪਾਰਟੀ ਜਿਹੜੀ ਕਾਂਗਰਸੀ ਸੀ ਉਨੇ ਇੱਕ ਸਾਜ਼ਿਸ਼ ਕਰਕੇ ਇਹ ਦਿੱਲੀ ਧਰਾਇਆ ਪਰ ਹਰਜੋਨ ਸਿੰਘ ਜੀ ਮੈਂ ਇੱਥੇ ਤੋਂ ਰੋਕਣਾ ਚਾਹਨਾ ਪਰ ਪਿੱਛੇ ਜੇ ਹੁਣੇ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਆਇਆ ਕਿ ਸਰਕਾਰ ਨੇ ਹਰ ਸੰਭਵ ਯਤਨ ਕੀਤਾ ਕਿ ਕਿਸੇ ਤਰ੍ਹਾਂ ਇਸ ਕਤਲੇਆਮ ਨੂੰ ਰੋਕਿਆ ਜਾਏ ਉਹ ਬਿਆਨ ਤੇ ਹੁਣ ਆ ਜਿਹੜਾ ਸੱਚ ਸਾਡੇ ਸਾਹਮਣੇ ਆਇਆ ਇਹ ਦੋਵੇਂ ਆਪਣੇ ਆਪ ਤੋਂ ਵਿਚੋਕ ਮੈਂ ਕਿਉਂਕਿ ਵਿਟਨੈਸ ਹਾਂ ਕਿਉਂਕਿ ਮੈਂ ਵੀ ਰਾਸ਼ਟਰਪਤੀ ਭਵਨ 'ਚ ਕੰਮ ਕਰਦਾ ਸੀ ਉਸ ਵਕਤ ਔਰ ਮੈਂ ਵਿਟਨੈਸ ਹਾਂ ਜਿਹੜਾ ਗੁਜਰਾਤ ਜਦੋਂ ਹੋਏ ਕਿਉਂਕਿ ਮੈਂ ਉਦੋਂ ਮਾਈਨੋਰਿਟੀ ਕਮਿਸ਼ਨ 'ਚ ਸੀ ਤੇ ਮੈਂ ਇਨਕੁਆਇਰੀ ਕਰਨ ਗਿਆ ਸੀ ਮੈਂ ਦੋਨਾਂ ਦਾ ਇੱਕ ਵਾਰੀ ਇਹ ਦੱਸਿਆ ਦਿੱਲੀ ਵਿੱਚ ਪੁਲਿਸ ਦੀ ਗੋਲੀ ਨਾਲ ਇੱਕ ਰਾਈਟਰ ਮਰਿਆ ਬਿਲਕੁਲ ਅਹਮਦਾਬਾਦ ਵਿੱਚ ਪੁਲਿਸ ਗੋਲੀ ਨਾਲ 137 ਮਰੇ ਤੇ ਜੇ ਸਰਕਾਰ ਉੱਥੇ ਐਕਟਿਵ ਸੀ ਤਾਂ ਇਹੋ ਮਰਗੇ ਦਿੱਲੀ ਜੇ ਸਰਕਾਰ ਐਕਟਿਵ ਹੁੰਦੀ ਤਾਂ ਪੁਲਿਸ ਐਕਟਿਵ ਕਰਦੀ ਇੱਕ ਅਜ ਨਵੀਂ ਬੜੀ ਵੱਡੀ ਗੱਲ ਛੱਪੀ ਹੈ ਉਹ ਪੀਟੀਸੀ ਨੂੰ ਮੈਂ ਕਹਾਂਗਾ ਕਿ ਉਹਨੂੰ ਖਚਾਪੋ ਕਿ ਜਿਹੜੇ ਦਿੱਲੀ 3000 ਤੋਂ ਵੱਧ ਸਿੱਖ ਮਰੇ ਵਿਚਾਰੇ ਬੇਗੁਨਾਹ ਉਹਨਾਂ ਦਾ ਕੋਈ ਪੋਸਟਮਾਰਟਮ ਨਹੀਂ ਉਹਨਾਂ ਦਾ ਕਿਸੇ ਥਾਣੇ 'ਚ ਰਿਕਾਰਡ ਨਹੀਂ ਬਣਨਾ ਰੂਲ ਹੁੰਦਾ ਕਿ ਜਦੋਂ ਕੋਈ ਬੰਦਾ ਅਨਨੈਚੁਰਲ ਡੈਥ ਹੋਵੇ ਤਾਂ ਪੁਲਿਸ ਉਹਦਾ ਨਕਸ਼ਾ ਬਣਾਉਂਦੀ ਹੈ ਫੋਟੋ ਰੱਖਦੀ ਹੈ ਔਰ ਇਹ ਵੀ ਅੱਜ ਨਵੀਂ ਗੱਲ ਆਈ ਹੈ ਕਿ ਉਹਨੂੰ ਸੰਸਕਾਰ ਵੀ ਨਹੀਂ ਕੀਤਾ ਗਿਆ ਸਾਰਿਆਂ ਨੂੰ ਬਾਹਰ ਗੁਰਗਾਉਂ ਤੋਂ ਅੱਗੇ ਲ ਜਾ ਕੇ ਇਹਦੀ ਅਰਵਲੀ ਦੀ ਪਹਾੜੀਆਂ ਉੱਥੇ ਰੱਖ ਕੇ ਸੰਸਕਾਰ ਕੀਤਾ ਗਿਆ ਸੋ ਇਹ ਇਸ ਤੋਂ ਬਾਅਦ ਜ਼ੁਲਮ ਜਿਹੜਾ ਰੋਜ਼ ਨਵੀਂ ਗੱਲ ਆ ਰਹੀ ਹੈ ਮੈਂ ਤਾਂ ਸਮਝਦਾ ਕਿ ਇਹ ਇਤਨੀ ਵੱਡੀ ਸਾਜਿਸ਼ ਚੱਖਾਂ ਨੂੰ ਕਿ ਇੱਕ ਪੋਲਿਟੀਕਲ ਐਕਸ਼ਨ ਸੀਗਾ ਇਹ ਔਰ ਕਾਂਗਰਸ ਲੀਡਰਾਂ ਦੇ ਨਾਮ ਵੀ ਆ ਰਹੇ ਤੁਸੀਂ ਵੀ ਰੋਜ਼ ਦੰਦਿਓ ਅੱਜ ਵੀ ਮਜਾਹਰਾ ਕੀਤਾ ਗਿਆ ਦਿੱਲੀ ਵਿੱਚ ਤੇ ਰਾਹੁਲ ਗਾਂਧੀ ਜੀ ਦਾ ਆਪ ਮੰਨ ਗਿਆ ਹੁਣ ਕਿ ਜੀ ਹਾਂ ਕਾਂਗਰਸ ਹੀ ਲੀਡਰ ਹਨ ਸੋ ਇਹ ਜੋ ਅੱਜ ਦੀ ਸਾਡੀ ਬੈਸ ਹੈ ਡਾਟਰ ਗੁਰਦੀਪ ਕੌਰ ਦੇ ਬਿਆਨ ਦੀ ਇਹ ਸਾਰੀ ਗੱਲ ਦਾ ਹੁਣ ਪ੍ਰੂਫ ਮਿਲ ਗਿਆ ਕਿ ਜਾਣ ਬੁੱਝ ਕੇ ਕੀਤਾ ਗਿਆ ਜਾਣ ਬੁੱਝ ਕੇ ਕਾਰਵਾਈ ਨਹੀਂ ਕੀਤੀ ਗਈ ਔਰ ਬੇਗੁਨਾਹ ਸਿੱਖ ਮਾਰੇ ਗਏ ਜੀ ਹਰਚਰਨ ਸਿੰਘ ਜੀ ਮੈਂ ਥੋੜਾ ਤੋਂ ਜਾਨਣਾ ਚਾਹਨਾ ਫੌਜ ਮੁਖੀ ਵੀ ਹੁੰਦਾ ਰਾਸ਼ਟਰਪਤੀ ਉਹ ਇੱਕ ਗੁਰਦੀਪ ਕੌਰ ਦੀ ਗੱਲਾਂ 'ਚ ਆਇਆ ਕਿ ਉਹ ਚਾਹਦੇ ਸਨ ਕਿ ਫੌਜ ਸਾਰੀ ਆ ਜਾਵੇ ਇਮੀਡੀਏਟ ਐਕਸ਼ਨ ਲਿਆ ਜਾਵੇ ਜਿਹੜਾ ਕਤਲੇਆਮ ਹੋ ਰਿਹਾ ਉਸ ਨੂੰ ਰੋਕਿਆ ਜਾਏ ਪਰ 48 ਤੋਂ ਲੈ ਕੇ 78 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਪ੍ਰਧਾਨ ਮੰਤਰੀ ਨੇ ਵੀ ਜਵਾਬ ਦੇ ਹੀ ਹੁੰਦੇ ਪ੍ਰਧਾਨ ਮੰਤਰੀ ਵੀ ਡਿਸਕਸ ਕਰ ਪਰ ਕੋਈ ਵੀ ਉਹਨਾਂ ਦੇ ਨਾਲ ਡਿਸਕਸ ਨਹੀਂ ਕੀਤਾ ਗਿਆ ਪ੍ਰਧਾਨ ਮੰਤਰੀ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਸੋ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਸੀ ਕਿ ਰਾਸ਼ਟਰਪਤੀ ਨੂੰ ਧੋਖੇ ਦੇ ਵਿੱਚ ਰੱਖਿਆ ਜਾਏ ਰਾਸ਼ਟਰਪਤੀ ਨੂੰ ਨੇਰੇ ਦੇ ਵਿੱਚ ਰੱਖਿਆ ਜਾਏ ਤੇ ਆਪਣੇ ਕੰਮ ਕੀਤੇ ਜਾਣੇ ਸਾਰੇ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਤੇ ਬਿਲਕੁਲ ਗਣੀ ਵਿੱਚ ਸੀ ਸਾਜੇ ਸੀ ਰਜੀਵ ਗਾਂਧੀ ਦੀ ਬਿਲਕੁਲ ਹੀ ਉਹ ਚਾਹਦਾ ਸੀਗਾ ਕਿ ਮੈਂ ਹੁਣ ਪ੍ਰਾਈਮ ਮਿੰਿਸਟਰ ਤਾਂ ਬਣ ਹੀ ਗਿਆ ਸਾਰੀਆਂ ਕਨਵੈਨਸ਼ਨਾਂ ਤੋੜ ਕੇ ਮੈਨੂੰ ਬਣਾ ਦਿੱਤਾ ਗਿਆ ਪ੍ਰਾਈਮ ਮਿੰਿਸਟਰ ਤਾਂ ਹੁਣ ਇਸ ਤੋਂ ਬਾਅਦ ਜੇ ਸਿੱਖਾਂ ਦੀ ਨਸਲ ਕੁਸ਼ੀ ਕਰਾਂ ਜਿਹੜੇ ਲੋਕ ਰਾਈਟ ਕਹਿੰਦੇ ਨੇ ਮੈਨੂੰ ਬੜੀ ਤਕਲੀਫ ਹੁੰਦੀ ਹੈ ਰਾਈਟ ਤਾਂ ਤਾਂ ਹੁੰਦੇ ਨੇ ਜੇ ਅਸੀਂ ਦੋ ਪਿਆਰ ਦੇ ਝਗੜਦੇ ਹੋਈਏ ਉੱਥੇ ਕਿਹੜਾ ਸਿੱਖ ਝਗੜਿਆ ਜੀ ਸਤ ਰੋਚਨ ਸਿੰਘ ਹੁਣ ਇੱਕ ਗੱਲ ਕੀਤੀ ਹੈ ਕਿ ਆਰਮੀ ਨੂੰ ਨਹੀਂ ਬੁਲਾਇਆ ਗਿਆ ਆਰਮੀ ਮੇਰਟ ਤੋਂ ਬੁਲਾਏਗੀ ਦਿੱਲੀੋਂ ਨਾ ਬੁਲਾਏਗੀ ਤੁਸੀਂ ਇਮੇਜਿਨ ਕਰੋ ਮੁਲਾਜ਼ਮ ਦਿੱਲੀ ਪੁਲਿਸ ਦੇ ਸੀ ਉਹਨਾਂ ਸਾਰਿਆਂ ਨੂੰ ਲਾਈਨ ਚ ਲਾਜਾ ਗਿਆ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨਹੀਂ ਪਤਾ ਇਹ ਵੀ ਚੀਜ਼ਾਂ ਸਾਹਮਣੇ ਆਈਆਂ ਨੇ ਇੱਕ ਗੱਲ ਹੋਰ ਬੜੀ ਚੰਗੀ ਹੈ ਦੇਖੋ ਗੱਲ ਇਹ ਜਿਹੜਾ ਇਤਿਹਾਸ ਹੁੰਦਾ ਹੈ ਲੋਕ ਸਵਾਲ ਕਰਦੇ ਨੇ ਸਾਤਰ ਲੋਚਨ ਸਿੰਘ ਤੇ ਮੇਰੇ ਤੇ ਤੁਹਾਡੇ ਤੇ ਜਿਹਨਾਂ ਨੇ ਲਿਖਿਆ ਪੜਿਆ ਰਿਕਾਰਡਿੰਗ ਕੀਤੀ ਹੈ ਕਿ ਤੁਸੀਂ 12 ਸਾਲ ਬਾਅਦ ਬੋਲਦੇ ਹੋ 20 ਸਾਲਾਂ ਬਾਅਦ ਬੋਲਦੇ ਹੋ ਉਹ ਪਲੇ ਲੋਕੋ ਇਤਿਹਾਸ ਤਾਂ 100 100 ਸਾਲ ਬਾਅਦ ਵੀ ਲਿਖਿਆ ਜਾਂਦਾ ਹੈ ਅੱਜ ਵੀ ਵਰਲਡ ਵਾਰ 1 ਤੇ ਵਰਲਡ ਵਾਰ 2 ਦੀਆਂ ਗੱਲਾਂ ਹੁੰਦੀਆਂ ਪਈਆਂ ਨੇ ਸੋ ਇਸ ਗੱਲ ਦਾ ਕੋਈ ਵਹਿਮ ਨਾ ਕਰੀਏ ਤੇ ਨਾ ਵੀਰ ਜੀ ਤੁਹੇ ਕਰੋਗੇ 39 ਸਾਲਾਂ ਬਾਅਦ ਕੋਈ ਟਾਈਮਸ ਟੀਵੀ ਪੁੱਛਦਾ ਜਾਂ ਕੋਈ ਪੁੱਛਦਾ ਪੁੱਛੀ ਜਾਣ ਸਵਾਲ ਇਹ ਜਦੋਂ ਜਦੋਂ ਤੱਥ ਆਉਣਗੇ ਅੱਜ ਕਿਸੇ ਨੂੰ ਪਤਾ ਸੀਗਾ ਕਿ ਲੰਡਨ ਦੀ 에어 ਫੋਰਸ ਦੇ ਬੰਦੇ ਇੰਦਰਾ ਗਾਂਧੀ ਨੇ ਕਹਿ ਕੇ ਜਾ ਕੇ ਸਰਵੇ ਕਰੋ ਇਹ ਇਤਿਹਾਸ ਦਾ ਹਿੱਸਾ ਬਣ ਗਿਆ ਹੈ ਹੁਣ ਤੁਹਾਡੀ ਦੂਜੀ ਗੱਲ ਇਹ ਹੈ ਮੈਂ ਤਾਂ ਗੁਰਬਾਣੀ ਦੀ ਇੱਕ ਲਾਈਨ ਕੋਟ ਕਰਨ ਲੱਗਾ ਜੀ ਇਹ 767 15 ਤੇ ਗੁਰੂ ਨਾਨਕ ਸਾਹਿਬ ਦਾ ਸੂਈ ਛਾਂ ਤੇ ਚਾਇਆ ਉਹ ਲਿਖਦੇ ਕਿ ਮਾਨਵ ਪਰਦੇਸੀ ਜੇ ਥੀ ਇਹ ਸਭ ਦੇਸ਼ ਪਰਾਇਆ ਕਿਸ ਪੈ ਖੋਲੋ ਘੰਟੜੀ ਦੁਖੀ ਪਰਾਇਆ ਗੱਲ ਹੈ ਬਿਲਕੁਲ ਹਾਲਾ ਤੇ ਹੈ ਕਿ 1984 ਜੂਨਰ ਸਾਡੇ ਨਾਲ ਇਹ ਕੁਝ ਹੋਇਆ ਕਿਆਨੀ ਜ਼ੈਲ ਸਿੰਘ ਪ੍ਰੈਜ਼ੀਡੈਂਟ ਕੁਝ ਕਰ ਨਾ ਸਕੇ ਬੀਇੰਗ ਦੀ ਕਮਾਂਡਰ ਗੁਰਦੀਪ ਕਰਨ ਠੀਕ ਆਖਿਆ ਕਰਨਾ ਤਾਂ ਪ੍ਰਾਈਮ ਮਿਨਿਸਟਰ ਨੂੰ ਹੁੰਦਾ ਰਾਸ਼ਟਰਪਤੀ ਕਿਨੂੰ ਸਿੱਧਾ ਹੁਕਮ ਦੇ ਸਕਦਾ ਸੀ ਸਵਾਲ ਇਹ ਹੈਗਾ ਕਿ ਸਾਡੀ ਇੱਕ ਰਵਾਇਤ ਹੈ ਤੇ ਪੰਜਾਬੀਆਂ ਚ ਖਾਸ ਕਰਕੇ ਕਿ ਜਿਉਂ ਦੀ ਦੀ ਗੱਲ ਕਰੀ ਦੀਏ ਤੇ ਜਿਹੜਾ ਬੰਦਾ ਗੁਜ਼ਰ ਗਿਆ ਉਹਦੀ ਚੰਗੀ ਗੱਲ ਹੀ ਕਰੀ ਦੀ ਦੂਜੀ ਗੱਲ ਨਹੀਂ ਕਰੀ ਦੀ ਇਸ ਕਰਕੇ ਜਿੰਨਾ ਗਿਆਨ ਦੇ ਜੂ ਤੱਕ ਦੁੱਖ ਹੋਇਆ ਉਹ ਹਰ ਸਿੱਖ ਨੂੰ ਹੋਇਆ ਸੀ ਗਿਆਨੀ ਜੀ ਨੂੰ ਹੋਇਆ ਬੜੀ ਚੰਗੀ ਗੱਲ ਹੈ ਹੁਣਾ ਚਾਹੀਦਾ ਸੀ ਉਹ ਤਾਂ ਮਿਸ਼ਨਰੀ ਸੀ ਉਥੋਂ ਦੇ ਪੜ੍ਹਿਆ ਹੋਇਆ ਸੀ ਗੱਲ ਇਹ ਹੈ ਕਿ ਵਰਲਡ ਵਾਰ 2 ਦੇ ਵਿੱਚ ਆਇਜ਼ਨ ਹਾਵਰ ਕਮਾਂਡਰ ਇਨ ਚੀਫ ਸੀ ਉਹ ਵੀ ਰੋਇਆ ਸੀ ਯਾਦ ਕਰੋ ਜਨਰਲ ਮਿੰਟ ਗੋਮਰੀ ਯੂਕੇ ਦਾ ਉਹ ਵੀ ਰੋਇਆ ਸੀ ਮੇਰਾ ਮਤਲਬ ਇਤਿਹਾਸ ਦੇ ਤੱਥ ਨੇ ਇਹਨੂੰ ਇਹ ਗੱਲ ਉਸ ਪਾਸੇ ਲੈਣਾ ਚਾਹੀਦਾ ਹੁਣ ਸਵਾਲ ਇਹ ਹੈ ਕਿ ਗਿਆਨੀ ਜਦੋਂ ਤੁਸੀਂ ਰੱਖੋ ਡਾਰਕ ਵਿੱਚ 84 ਦੀ ਨਵੰਬਰ ਦੀ ਗੱਲ ਕਰ ਲਓ ਇਸ ਨਸ਼ਲ ਕੁਸ਼ੀ ਦੌਰਾਨ ਵਿੱਚ ਸਰਦਾਰਤ ਲੋਚਨ ਸਿੰਘ ਜੀ ਵੀ ਉਸ ਵੇਲੇ ਪ੍ਰੈਸ ਸੈਕਟਰੀ ਤੇ ਉੱਥੇ ਹੀ ਸੀਗੇ ਸਾਡੀ ਕੋਈ ਗੱਲ ਨਾ ਸੁਣੇ ਬੰਦੇ ਤੇ ਬੰਦੇ ਮਰਦੇ ਜਾਣ ਜੀ 5000 ਬੰਦਾ ਮਰੇ ਤੁਸੀਂ ਭਾਵੇਂ 2733 ਬੰਦੇ ਦੀ ਲਿਸਟ ਆਪਣੀ ਦੇ ਜਾਓ ਕੋਈ ਗੱਲ ਨਹੀਂ ਉਹ ਸਵਾਲ ਹੈ ਐਫ ਆਈ ਆਰਾਂ ਦਰਜ ਨਹੀਂ ਹੋਈਆਂ ਉਹ ਜ਼ੁਲਮ ਸਾਈ ਦਾ ਐਫ ਆਈ ਆਰ ਦਰਜ ਨਾ ਹੋਈ ਹੋਵੇ ਮੈਂ ਇਹ ਕਹਿੰਦਾ ਜਿੱਥੇ ਅਸੀਂ ਫੇਲ ਹੋਇਆ ਬਤੌਰੇ ਸਿੱਖ ਮਾਫ ਕਰਨਾ ਗਿਆਨੀ ਜੀ ਦੀ ਆਤਮਾ ਨੂੰ ਮੈਂ ਮਾਫੀ ਮੰਗਦਾ ਉਹਨਾਂ ਕੋਲੋਂ ਉਸ ਪਰਿਵਾਰ ਤੋਂ ਵੀ ਆਫਟਰ ਆਲ ਉਸ ਤੋਂ ਬਾਅਦ ਵੀ ਇਹ ਤਾਂ ਕੋਈ ਇਨਸ਼ੋਰ ਕਰਦਾ ਕਿ ਉਹਨਾਂ ਗਰੀਬਾਂ ਦੀ ਕੋਈ ਐਫਆਰ ਵੀ ਦਰਜ ਹੋਈਆਂ ਅਸੀਂ ਕੁਝ ਵੀ ਨਾ ਕੀਤਾ ਕਿਸੇ ਲੰਗਰ ਲੰਗਰ ਤਾਂ ਅਸੀਂ ਲਾ ਛੱਡੇ ਚਾਰ ਡੇੜੇ ਸੰਭਾਲ ਤਲ ਤਾਂ ਵੀ ਸਾਡਾ ਉਸ ਤੋਂ ਬਾਅਦ ਰੁਲਿਆ ਮੈਂ ਕਿਸ ਨੂੰ ਬਲੇਮ ਨਹੀਂ ਕਰਦਾ ਮੈਂ ਇਹ ਕਹਿੰਦਾ ਕਿ ਉਸ ਤੋਂ ਬਾਅਦ ਅਸੀਂ ਕਿਹੜਾ ਕੰਮ ਨੂੰ ਸੰਭਾਲਿਆ ਕਿਸੇ ਨੇ ਮੈਨੂੰ ਤਾਂ ਤਕਲੀਫ ਉਸ ਗੱਲ ਦੀ ਹੈ ਸਵਾਲ ਇਸ ਗੱਲ ਹੈ ਕਿ ਗਿਆਨੀ ਨੂੰ ਵਾਕਈ ਡਾਰਕ ਰੱਖਿਆ ਗਿਆ ਪਰ ਉਸ ਤੋਂ ਬਾਅਦ ਕੀ ਕੀਤਾ ਗਿਆ ਨਹੀਂ ਚਲੋ ਉਹ ਵੀ ਕੋਈ ਗੱਲ ਨਹੀਂ ਮੇਰੇ ਕੋਲ ਗੱਲ ਬੜੀ ਉੱਪਰ ਕਿ ਆ ਗਈ ਕਿ ਜਿਹੜੀ ਅਸੀਂ ਬਹਿਸ ਸ਼ੁਰੂ ਕੀਤੀ ਸੀ ਕਈ ਦਿਨਾਂ ਤੋਂ ਇਹ ਬਹਿਸ ਸ਼ੁਰੂ ਹੋਈ ਰਾਹੁਲ ਗਾਂਧੀ ਜੀ ਦੀ ਇੰਟਰਵਿਊ ਤੋਂ ਬਾਅਦ ਵਰਨਾ ਕੋਈ ਕਹੀ ਨਹੀਂ ਸੀ ਉਹਨਾਂ ਨੇ ਗੱਲ ਕਹੇ ਤੇ ਜੀ ਦਿੱਲੀ ਵਿੱਚ ਤੋਂ ਬੜਾ ਸ਼ਾਂਤ ਹੋ ਗਿਆ ਸਰਕਾਰ ਦਾ ਕੋਈ ਇਸ ਵਿੱਚ ਕਸੂਰ ਨਹੀਂ ਹੈ ਇੱਕ ਮਿੰਟ ਤੁਹਾਡੇ ਲੋਕਣ ਲੱਗੇ ਇੱਕ ਹੋਰ ਗੱਲ ਰਹਿ ਗਈ ਵਿੱਚੋਂ ਜੀ ਜੈਪੁਰ ਦੇ ਵਿੱਚ ਇਸੇ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਸੰਬੋਧਨ ਕਰਦੇ ਆ ਕਿ ਜਦ ਮੈਂ ਲੰਗਣਾ ਤੇ ਮuje ਮੈਂ ਇੱਕ ਦਾਦੀ ਯਾਦ ਆਤੀ ਹੈ ਮuje ਬੜੀ ਤਕਲੀਫ ਹੁੰਦੀ ਹੈ ਕਿ ਮੇਰੀ ਦਾਦੀ ਨੂੰ ਮਾਰ ਦਿੱਤਾ ਗਿਆ ਉਹ ਭਲਿਆ ਲੋਕਾ ਰੱਬ ਤੇਰੀ ਲੰਬੀ ਉਮਰ ਕਰੇ ਅਸੀਂ ਸਭ ਕੁਝ ਨਹੀਂ ਕਹਿੰਦੇ ਸਵਾਲ ਇਹ ਹੈ ਕਿ ਜਿਹੜੇ 5000 6000 ਸਿੱਖ ਮਾਰੇ ਗਏ ਸੀ ਉਹਨਾਂ ਦੀਆਂ ਮਾਵਾਂ ਵੀ ਸੀ ਉਹ ਵੀ ਕਿਸੇ ਦੀਆਂ ਦਾਦੀਆਂ ਸੀ ਉਹ ਵੀ ਕਿਸੇ ਦੀਆਂ ਭੈਣਾਂ ਸੀ ਉਹ ਕਿਸੇ ਦੀਆਂ ਧੀਆਂ ਸੀ ਜਿਹੜੇ ਬੰਦੇ ਮਾਰ ਦਿੱਤੇ ਗਏ ਉਹ ਗਰੀਬ ਰੁੱਲਦੇ ਰਹਿ ਓਏ ਤੈਨੂੰ ਆਪਣੀ ਦਾਦੀ ਦਾ ਬੜਾ ਅਫਸੋਸ ਹੈ 6000 ਅਗਲੀ ਗੱਲ ਠੀਕ ਹੈ ਸਾਲ ਤੋਂ ਰੋਟੇ ਸੀ ਮੈਂਬਰ ਪਾਰਲੀਮੈਂਟ ਵੀ ਰਹਨੇ ਮੈਂ ਇੱਕ ਗੱਲ ਪੁੱਛਦਾ ਜਦੋਂ ਨਵੰਬਰ 84 ਚ ਇੱਕ ਖੂਨੀ ਸਾਾਕਾ ਹੋਇਆ ਸਾਡੇ ਸਿੱਖਾਂ ਨਾਲ ਉਸ ਤੋਂ 4 ਜਹਾੜਿਆਂ ਬਾਅਦ ਬੁਪਾਲ ਗੈਸ ਟ੍ਰੈਜੇਡੀ ਹੋ ਗਈ ਬੁਪਾਲ ਗੈਸ ਟ੍ਰੈਜੇਡੀ ਤਾਂ ਸਾਰੇ ਮੈਂਬਰ ਪਾਰਲੀਮੈਂਟ ਸ਼ੁਕਰਸਤ ਲੋਚਸੀ ਮੈਂਬਰ ਪਾਰਲੀਮੈਂਟ ਨਹੀਂ ਸੀ ਉਸ ਦਿਨ ਸਾਰੇ ਖੜੇ ਹੋ ਕੇ ਉਹਨਾਂ ਨੇ ਬੜੀ ਦਿਵੰਗਤ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਸਤੇ ਬੜੀਆਂ ਅਰਦਾਸਾਂ ਕੀਤੀਆਂ ਸਿੱਖਾਂ ਦਾ ਨਹੀਂ ਹੋਈ ਸਿੱਖਾਂ ਵਾਸਤੇ 5000 ਬੰਦੇ ਦਿੱਲੀ ਸ਼ਹਿਰ ਚ ਮਾਰੇ ਗਏ ਕਿਸ ਨੇ ਕੀਤੀ ਕੜੀਆਂ ਆਪਾਂ ਗੱਲਾਂ ਕਰਦੇ ਹਾਂ ਬਿਲਕੁਲ ਇਹ ਮਾਤਾ ਇਨਸਾਫ ਦੀ ਆਪਾਂ ਉਮੀਦ ਕਰਦੇ ਆਏ ਸੀ ਤਲੋਚਨ ਸਿੰਘ ਮੈਂ ਮੈਂ ਇੱਕ ਹੋਰ ਅਹਿਮ ਗੱਲ ਵੀ ਤੁਹਾਡੇ ਤੋਂ ਜਾਨਣਾ ਚਾਹਣਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੇ ਪ੍ਰਭਜੋਤ ਸਿੰਘ ਜੀ ਹੋਰਾਂ ਨੇ ਪੁੱਛਿਆ ਕਿ ਰਾਸ਼ਟਰਪਤੀ ਦੇ ਮਨ ਦੇ ਵਿੱਚ ਕਦੇ ਇਹ ਖਿਆਲ ਆਇਆ ਸੀ ਕਿ ਹੁਣ ਮੈਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਿਸ ਰਾਸ਼ਟਰਪਤੀ ਨੂੰ ਇੰਨੇ ਵੱਡੇ ਦੋ ਕਾਂਡ ਕਰਨ ਤੋਂ ਬਾਅਦ ਹਨੇਰੇ ਦੇ ਵਿੱਚ ਰੱਖਿਆ ਹੋਵੇ ਮਜਬੂਰ ਹੋ ਗਏ ਬੇਵੱਸ ਹੋ ਗਏ ਕਿ ਹੁਣ ਮੈਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਪਰ ਉਹਨਾਂ ਨੇ ਦੂਰ ਦੀ ਸੋਚੀ ਇਸ ਗੱਲ ਤੋਂ ਕਿੰਨਾ ਮੈਂ ਸਮਝਦਾ ਹਾਂ ਕਿ ਡਾਕਟਰ ਗੁਰਦੀਪ ਕ ਗਿਆਨੀ ਜੀ ਦੇ ਬਿਆਫ ਤੇ ਬਿਆਨ ਦੇ ਕੇ ਬਹੁਤ ਅੱਛਾ ਕੀਤਾ ਕਿਉਂਕਿ ਹਿਸਟਰੀ ਗਿਆਨੀ ਜੀ ਬੜੇ ਮਿਸ ਅੰਡਰਸਟੂਡ ਰਹੇ ਨਾ ਚਲੀ ਸਿੱਖਾਂ ਨੂੰ ਉਸ ਕਹਤੇ ਹੋਣੀ ਸੀ ਹੋਣੀ ਸੀ ਕਿ ਇੱਕ ਬੈਠਾ ਹੋਵੇ ਔਰ ਦੋ ਵਾਕਿਆ ਹੋ ਜਾਣ ਪਰ ਮੈਂ ਡਾਟ ਗੁਰਦੀਪ ਕੌਰ ਦੀ ਭਾਵਨਾਵਾਂ ਜੋ ਅੱਜ ਉਹਨਾਂ ਨੇ ਪਹਿਲੀ ਵਾਰ ਮੇਰੇ ਕਾ ਜਦਦਾ ਹੋਇਆ ਰਿਟਾਇਰ ਹੋਏ ਗਿਆਨੀ ਜੀ ਇਹ ਉਹਨਾਂ ਨੇ ਦੱਸ ਕੇ ਬੜਾ ਅੱਛਾ ਕੀਤਾ ਹੈ ਇੱਕ ਕੌਮ ਨੂੰ ਇੱਕ ਸੰਦੇਸ਼ ਦਿੱਤਾ ਸੋ ਇਹ ਬੜਾ ਅੱਛਾ ਹੈ ਕਿ ਉਹਨਾਂ ਅਸੀਂ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹਾਂ ਕਿਉਂਕਿ ਇਹ ਗੱਲਾਂ ਆਉਣੀਆਂ ਚਾਹੀਦੀਆਂ ਔਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਗੁਰਦੀਪ ਕੌਰ ਕੋਲ ਬੜਾ ਕੁਝ ਹੋਰ ਵੀ ਮਸਾਲਾ ਕਿਉਂਕਿ ਹਮੇਸ਼ਾ ਗਿਆਨੀ ਜੀ ਦੇ ਨਾਲ ਰਹੇ ਠੀਕ ਉਹ ਬਹੁਤ ਅੱਛਾ ਕੀਤਾ ਅੱਜ ਪੀਟੀਸੀ ਨੇ ਕਿ ਪਹਿਲੀ ਵਾਰ ਉਹਨਾਂ ਨੂੰ ਬੁਲਾਇਆ ਮੈਂ ਤੁਹਾਨੂੰ ਦੱਸ ਦੇਣਾ ਪੀਟੀਸੀ ਵਾਲਿਓ ਕਿ ਗੁਰਦੀਪ ਕੌਰ ਤੋਂ ਤੁਸੀਂ ਇਹ ਅੱਜ ਇਹ ਬਿਆਨ ਦਵਾ ਕੇ ਜਿੱਥੇ ਸਾਰੀ ਸਾਜਿਸ਼ ਸਿੱਖਾਂ ਨੂੰ ਮਾਰਨ ਦੀ ਵੀ ਨਜ਼ਰ ਆ ਗਈ ਦਰਬਾਰ ਸਾਹਿਬ ਤੇ ਫੌਜ ਜਾਣ ਦੀ ਵੀ ਨਜ਼ਰ ਆ ਗਈ ਔਰ ਗਿਆਨੀ ਦਾ ਪੱਕਾ ਆ ਗਿਆ ਇਹ ਪੀਟੀਸੀ ਨੇ ਬਹੁਤ ਹੀ ਅੱਛਾ ਕੀਤਾ ਔਰ ਸਾਰਾ ਦੇਸ਼ ਇਹ ਸੁਣ ਰਿਹਾ ਹੈ ਵਿਦੇਸ਼ਾਂ 'ਚ ਸੁਣ ਰਹੇ ਨੇ ਇਹਦਾ ਪੂਰਾ ਅਸਰ ਹੋਏਗਾ ਜੀ ਹਰਚੰਦ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਅਸਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਜੀ ਡਾਕਟਰ ਗੁਰਦੀਪ ਕੌਰ ਸਾਡੀ ਭੈਣ ਨੇ ਵੀ ਕਹੀ ਹੈ ਸਤਿਰੋਚਨ ਸਿੰਘ ਜੀ ਨੇ ਵੀ ਕਹੀ ਹੈ ਕਿ ਗਿਆਨੀ ਜੀ ਅਸਤੀਫਾ ਦੇ ਦਿੰਦੇ ਜਾਂ ਨਾ ਦੇਣ ਦੇਖੋ ਗੱਲ ਹੈ ਇਹ ਇੱਕ ਇਤਿਹਾਸ ਦਾ ਹਿੱਸਾ ਹੈ ਕਿ ਜੂਨ 84 ਦਸਾਕੇ ਹੋਣ ਤੋਂ ਬਾਅਦ ਜਿਹੜੀ ਸਿੱਖ ਕੌਮ ਦੀ ਬਹਿਰਮਤੀ ਹੋਏ ਕੋਈ ਇਮਾਰਤ ਨਹੀਂ ਛਿਟਾਈ ਗਈ ਹੈ ਇਮਾਰਤ ਹਟਾਈ ਸੀ ਸਵਾਲ ਹੈ ਇੱਕ ਸਿੱਖਾਂ ਦੀ ਅਣਖ ਨੂੰ ਵੀ ਚੈਲੰਜ ਕੀਤਾ ਗਿਆ ਸੀ ਉਹ ਸਿੱਖ ਦੀ ਅਣਖ ਨੂੰ ਵੀ ਜਿਹੜਾ ਕਿ ਜਿਹੜਾ ਸਿੱਖ ਦਰਬਾਰ ਸਾਹਿਬ ਤੇ ਮੱਥਾ ਰੋ ਕੇ ਸਜਦਾ ਕਰਦਾ ਤੇ ਅਰਦਾਸਾਂ ਕਰਕੇ ਦੁਆਵਾਂ ਮੰਗਦਾ ਉਥੋਂ ਦੀਆਂ ਸਵਾਲ ਹੈਗਾ ਕਿ ਗਿਆਨੀ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਇਹ ਤਾਂ ਅੱਜ ਗੱਲ ਕਰਨੀ ਬੜੀ ਵਿਅਰਥ ਹੈ ਸੱਚ ਹੈ ਬਤੌਰੇ ਸਿੱਖ ਮੇਰਾ ਜ਼ਾਤੀ ਵੀ ਹੋਇਆ ਇਹਦਾ ਕੋਈ ਨਾ ਤੁਹਾਡੀ ਚੈਨਲ ਨਾਲ ਤਾਲਕ ਹੈ ਨਾ ਸਤਲੋਜ ਨਾਲ ਦੇ ਵਿਊਜ਼ ਨਾਲ ਤਾਲਕ ਹੈ ਜਦੋਂ ਸਾਡੀ ਆਪਣੇ ਘਰ 'ਚ ਇੱਜ਼ਤ ਨਾ ਰਵੇ ਤਾਂ ਮੇਰਾ ਖਿਆਲ ਆਦਮੀ ਪਾਸੇ ਹੋ ਜਾਵੇ ਉਸ ਦਾੜੇ ਨਾ ਹੋਵੇ ਕਿਤੇ ਫੌਜ ਬਗਾਵਤ ਨਾ ਹੋਵੇ ਸਿੱਖ ਉੱਠਣਾ ਪੈਂਟ ਸਮਾ ਪਾ ਕੇ ਬਿਲਕੁਲ ਐਲਾਨ ਕਰਕੇ ਜੇ ਕਿਤੇ ਗਿਆਨੀ ਜੀ ਕਰ ਜਾਂਦੇ ਯਾਦ ਰੱਖਿਆ ਜੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਂਦਾ ਬੜੇ ਪਿਆਰ ਨਾਲ ਸਤਿਕਾਰ ਨਾਲ ਮੈਂ ਨਹੀਂ ਕਹਿੰਦਾ ਕੁਛ ਜੜੇ ਸ਼ਾਮ ਨੂੰ ਆ ਕੇ ਡਿਜ਼ਾਈਨ ਕਰ ਛੱਡਦੇ ਠੀਕ ਹੈ ਇਹ ਮੇਰਾ ਥੀਓ ਹੈ ਬਿਲਕੁਲ ਸਾਥੀ ਥੀਓ ਹੈ ਠੀਕ ਹੈ ਨਹੀਂ ਹੋ ਸਕਿਆ ਸਵਾਲ ਹੈ ਕਿ ਜਿਹੜੀਆਂ ਗੱਲਾਂ ਸਾਨੂੰ ਪਤਾ ਹੈ ਅਸੀਂ ਉਹਨਾਂ ਗੱਲਾਂ ਦੇ ਬਿਨਾ ਤੇ ਬੋਲਦੇ ਆ ਜਿਹੜੀਆਂ ਗੱਲਾਂ ਬੀਬੀ ਗੁਰਦੀਪ ਕੌਰ ਤੇ ਗਿਆਨੀ ਜੀ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਹੋ ਸਕਦਾ ਉਹਨਾਂ ਦਾ ਫੈਸਲਾ ਜ਼ਿਆਦਾ ਠੀਕ ਹੋਵੇ ਹੋ ਸਕਦਾ ਆਪਾਂ ਇਹ ਗੱਲ ਇਮੋਸ਼ਨਲ ਅਪ ਕਰਦੇ ਹੋਈ ਠੀਕ ਹੈ ਠੀਕ ਹੈ ਕਰੋਚਨ ਸਿੰਘ ਜੀ ਮੈਂ ਮੈਂ ਇੱਕ ਇੱਕ ਗੱਲ ਹੋਰ ਇਹਦੇ ਵਿੱਚ ਐਡ ਆਨ ਕਰਨਾ ਚਾਹਨਾ ਹੁਣ ਜਿਹੜੀ ਮੰਗ ਲਗਾਤਾਰ ਉੱਠਦੀ ਆ ਰਹੀ ਹੈ ਕਿਤਨਾ ਕਿਤੇ ਜਿਵੇਂ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਕੁਝ ਕਾਂਗਰਸੀ ਸ਼ਾਮ ਜਾਰੀ ਹੈ ਕਿ ਉਹਨਾਂ ਦੇ ਨਾਮ ਜਨਤਕ ਕੀਤੇ ਜਾਣ ਜਿਹੜਾ ਅੱਧਾ ਅਧੂਰਾ ਸੱਚ ਬੋਲਿਆ ਉਹ ਸੱਚ ਨੂੰ ਪੂਰਾ ਕੀਤਾ ਜਾਏ ਬਿਲਕੁਲ ਨਾਮ ਆਲਰੇਡੀ ਲੋਕਾਂ ਦੀ ਨਜ਼ਰਾਂ 'ਚ ਹਨ ਠੀਕ ਹੈ ਨਾਮ ਆਲਰੇਡੀ ਆ ਰਹੇ ਨੇ ਜਿਹੜੇ ਲੋਕਾਂ ਦੇ ਮੁਕਦਮੇ ਚੱਲ ਰਹੇ ਨੇ ਉਹ ਤਾਂ ਸਾਹਮਣੇ ਹੀ ਅਸੀਂ ਇਸ ਚੀਜ਼ ਨੂੰ ਸਿਆਸਤ ਨਾਲ ਜੋੜ ਕੇ ਦੇਖ ਸਕਦੇ ਕਿ ਲੋਕ ਕਹਿ ਰਹੇ ਨੇ ਕਿ ਇਲੈਕਸ਼ਨ ਆ ਰਹੇ ਨੇ ਇਸ ਕਰਕੇ ਇਹ ਸਭ ਕੁਝ ਕੀਤਾ ਜਾ ਰਿਹਾ ਪਰ ਨਹੀਂ ਇਤਿਹਾਸ ਆਪਣੇ ਆਪ ਨੂੰ ਖੰਗਾੜ ਰਿਹਾ ਹੈ ਸਿਆਸਤ ਨਾਲ ਤਾਂ ਕੋਈ ਸਬੰਧ ਨਹੀਂ ਸੱਚਾਈ ਨਾਲ ਸਬੰਧ ਹੈ ਔਰ ਇਤਿਹਾਸ ਤੇ ਸੱਚਾਈ ਜਾਣੀ ਚਾਹੀਦੀ ਹੈ ਜਦੋਂ ਇਹ ਪਤਾ ਹੀ ਲੱਗ ਗਿਆ ਸਭ ਨੂੰ ਵੇਖੋ ਜਿੰਨੇ ਹੁਣ ਕਿਤਾਬਾਂ ਆ ਰਹੀਆਂ ਤੁਸੀਂ ਆਪ ਇਹਦੇ ਵਿੱਚ ਬੜੇ ਬੜੇ ਅੱਛੇ ਜਿਹੇ ਲੋਕਾਂ ਦੇ ਆਏ ਆਈਕਿ ਗੁਜਰਾਲ ਸਾਹਿਬ ਆਪ ਕਰ ਗਏ ਕੁਲਦੀਪ ਨੱਜਰ ਕਰ ਗਿਆ ਕੁਸ਼ਵੰਤ ਸਿੰਘ ਨੇ ਲਿਖਿਆ ਕਿਸ਼ਵਰ ਨੇ ਲਿਖਿਆ ਸੂਰੀ ਸਾਹਿਬ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਉਹਨਾਂ ਦਾ ਹੁਣ ਲੰਡਨ ਤੋਂ ਬਿਆਨ ਆਇਆ ਉਹ ਸਾਰੇ ਸਾਬਤ ਕਰਦੇ ਹਨ ਕਿ ਜਾਣ ਬੁੱਝ ਕੇ ਇਹ ਕੀਤਾ ਗਿਆ ਸੋ ਇਤਿਹਾਸ ਮੁੜ ਕੇ ਉਹਨੂੰ ਸੱਚਾ ਹੋ ਲੱਗਾ ਮੈਂ ਸਮਝਦਾ ਜਿਹੜੀ ਹੁਣ ਬਹਿਸ ਹੋਈ ਹੈ ਇਹ ਗੱਲ ਪ੍ਰੂਵ ਹੋ ਗਈ ਕਿ ਦਿੱਲੀ ਵਿੱਚ ਇਹ ਸਾਜ਼ਿਸ਼ ਹੋਈ ਰੂਲਿੰਗ ਪਾਰਟੀ ਨੇ ਖੁਦ ਲੋਕ ਮਰਵਾਏ ਔਰ ਬੇਗਿੰਦ ਮਾਰੇ ਗਏ ਔਰ ਕੋਈ ਪੁਲਸ ਨੇ ਲੋਕਾਂ ਨੂੰ ਬਚਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਔਰ ਕਾਂਗਰਸੀ ਜਿਹੜੇ ਲੀਡਰ ਦੋਸ਼ੀ ਨੇ ਉਹ ਹਲਾਵੀ ਖੁੱਲੇ ਫਿਰਦੇ ਨੇ ਉਹਨਾਂ ਨੂੰ ਕੋਈ ਜਿਹੜੀ ਸਜ਼ਾ ਨਹੀਂ ਪ੍ਰੋਟੈਕਸ਼ਨ ਸਰਕਾਰ ਦੇ ਰਹੀ ਹੈ सीबीआई ਦੇ ਰਹੀ ਹੈ ਔਰ ਮੇਰੀ ਤੇ ਕਪੀਲ ਹੈ ਕਿ ਜਿਵੇਂ ਗੁਜਰਾਤ ਸੁਪਰੀਮ ਕੋਰਟ ਨੇ ਖੁਦ ਮੋਨੀਟਰ ਕੀਤੀ ਹੈ ਐਸਆਈਟੀ ਦੀ ਜਦ ਤੱਕ ਸੁਪਰੀਮ ਕੋਰਟ ਐਸਆਈਟੀ ਨਹੀਂ ਬਣਾਉਂਦੀ ਸਾਨੂੰ ਹੋਰ ਕੋਈ ਫਾਇਦਾ ਨਹੀਂ ਕਿ ਦਿੱਲੀ ਸਰਕਾਰ ਬਣਾ ਦੇਵੇ ਦਿੱਲੀ ਸਰਕਾਰ ਕੋਲ ਤਾਂ ਪੁਲਿਸ ਹੈ ਹੀ ਨਹੀਂ ਆਪਣੀ ਅੰਡਰ ਐਸਆਈਟੀ ਤਾਂ ਸੁਪਰੀਮ ਕੋਰਟ ਬਣਾਵੇ ਅਸੀਂ ਤਾਂ ਫਿਰ ਜਦੋਂ ਐਸਆਈਟੀ ਕੋਲ ਕਲੀਨ ਚਿੱਟ ਦੇਤੀ ਸਾਡਾ ਸਵਾਲ ਫਿਰ ਖੜਾ ਹੋ ਜਾਣਾ ਉਹ ਫਿਰ ਫਾਇਦਾ ਕੀ ਹੋਣਾ ਨਾਉ ਕਮੇਟੀਆਂ ਬਣ ਚੁੱਕੀਆਂ ਮੈਂ ਪਾਰਲੀਮੈਂਟ 'ਚੋ ਪੇਸ਼ ਕੀਤੀਆਂ ਮੈਂ ਇਹ ਦੱਸਿਆ ਕਿ ਜਿਹੜੇ ਪੁਲਿਸ ਅਫਸਰ ਦੋਸ਼ੀ ਕਰਾਰ ਦਿੱਤੇ ਗਏ ਉਹਨਾਂ ਨੂੰ ਵੀ ਕੁਝ ਨਹੀਂ ਹੋਇਆ ਇੱਕ ਪੁਲਿਸ ਅਫਸਰ ਨੂੰ ਤੇ ਕਾਂਗਰਸ ਟਿਕਟ ਐਮ ਐਲ ਏ ਦਿੱਤਾ ਗਿਆ ਸੋ ਇਹ ਗੱਲਾਂ ਜਿਹੜੀਆਂ ਸਾਰੀਆਂ ਹੋ ਚੁੱਕੀਆਂ ਸਾਨੂੰ ਜਦ ਤੱਕ ਸੁਪਰੀਮ ਕੋਰਟ ਖੁਦ ਇਸ ਤੇ ਦੁਬਾਰਾ ਨਹੀਂ ਕਰਦੀ ਔਰ ਜਿਹੜੀ ਮਾਫੀ ਨਾਮਾ ਕੋਈ ਇੱਕ ਨਿਊਜੂਅਲ ਨਹੀਂ ਮਾਫੀ ਨਾਮਾ ਪਾਰਲੀਮੈਂਟ ਚ ਹੁੰਦਾ ਹੈ ਜਿਵੇਂ ਸਰਦਾਰ ਚਰਨ ਸਿੰਘ ਨੇ ਕਿਹਾ ਪਾਰਲੀਮੈਂਟ ਵਿੱਚ ਮਤਾ ਪੇਸ਼ ਹੋਵੇ ਦੋਨੋਂ ਹਾਊਸ ਮਾਫੀ ਮੰਗਣ ਤੇ ਉੱਠ ਕੇ ਸਾਇਲੈਂਸ ਕਰਨ ਇਹ ਜਿਹੜੀ ਹੈ ਮਿਨੀਮਮ ਹੈ ਇਸ ਨਾਲ ਦੇਸ਼ ਨੂੰ ਜੇ ਰੀਕਤਾ ਦਾ ਵਿਸ਼ਵਾਸ ਹੋਏਗਾ ਸਿਕਨੋਮੀ ਟਾਰਟ ਮਿਲੇਗੀ ਔਰ ਅਸੀਂ ਇਸ ਗੱਲ ਤੇ ਫਿਰ ਅਟਬਦਿੱਦਾ ਕਿ ਨਿੱਕੇ ਮੋਟੇ ਬੰਦੇ ਰੋਕ ਕਹੀਏ ਸਾਨੂੰ ਕੋਈ ਨਹੀਂ ਇਹ ਦੇਸ਼ ਦੀ ਇੱਜ਼ਤ ਦਾ ਸਵਾਲ ਹੈ ਦੇਸ਼ ਸਮਝੇ ਕਿ ਜੋ ਸਿਕਾ ਨਾਲ ਜੀਤਿਆ ਇਹ ਬਦਰਾਮੀ ਦੇਸ਼ ਇੱਥੇ ਇੱਕ ਗੱਲ ਹੋ ਰਹੀ ਹੈ ਜੀ ਕਿ 2012 ਜੁਲਾਈ ਦੇ ਵਿੱਚ ਜਸਟਿਸ ਸ਼ਾਹ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਗੱਲ ਕਹੀ ਉਹਨੇ ਕਿਹਾ ਕਿ ਵੀ ਦਿਨ 3 ਮੰਥਸ ਜਾਂ 6 ਮੰਥਸ ਇਹ ਸਾਰੇ ਫੈਸਲੇ ਨਵੰਬਰ 84 ਲੈ ਕੇ ਜਿੰਨੇ ਰਿਲੇਟਡ ਕੇਸ ਹੈ ਦਾ ਫੈਸਲਾ ਹੋਣਾ ਚਾਹੀਦਾ ਅੱਜ 2014 ਹੋ ਗਿਆ ਤੁਹਾਨੂੰ ਯਾਦ ਹੋਵੇਗਾ ਜਸਜੀਤ ਸਿੰਘ ਦੀ ਸਟੇਟਮੈਂਟ ਸੀਗੀ ਦੂਜੀ ਗੱਲ ਆਪਾਂ ਰਾਹੁਲ ਗਾਂਧੀ ਦੀ ਗੱਲ ਕੀਤੀ ਹੈ ਰਾਹੁਲ ਗਾਂਧੀ ਐਮਚੋਰ ਹੈ ਮਾਫ ਕਰਨਾ ਸ਼ਬਦ ਮੈਂ ਨਹੀਂ ਕਹਿਣਾ ਚਾਹੁੰਦਾ ਮੁਲਕ ਦਾ ਸੰਭਾਵੀ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਵੱਲੋਂ ਸ਼ਾਇਦ ਮਨੋਨੀਤ ਹੋ ਰਿਹਾ ਹੈ ਕਿ ਇਹ ਬਚਪਨਾ ਵਾਲੀ ਗੱਲ ਕਰਦਾ ਪਿਆ ਦੋ ਪਲੇ ਲੋਕਾਂ 'ਚ ਕੁਝ ਕਾਂਗਰਸ ਇਨਵਾਲਡ ਨੇ ਉਹ ਸਾਰੇ ਜਾਣ ਨੂੰ ਪਤਾ ਕੜੇ ਇਨਵਾਲਡ ਨੇ ਪਹਿਲੀ ਗੱਲ ਕੇਸ ਸਬਜੁਡਿਸ ਹੈ ਅਧਾ ਪਚਾਦਾ ਬਾਕੀ ਸਿਰਫ ਹੈਰਾਨ ਹੋਵੋਗੇ 2733 ਬੰਦਿਆਂ ਬਾਅਦ ਸਿਰਫ 400 ਤੇ 13 ਐਫਆਈਆਰ ਦਰਜ ਹੋਈਆਂ ਨੇ ਜਦੋਂ ਕਿ ਤੁਹਾਡਾ ਮਕਾਨ ਦੀ ਇੱਟ ਕੋਈ ਪੰਨ ਜਾਵੇ ਤਾਂ ਤਾਂ ਵੀ ਐਫਆਈਆਰ ਦੋ ਜਾਂਦੀ ਹੈ ਤਾਂ ਬੰਦਾ ਮਰਨਾ ਤਾਂ ਪ੍ਰੋਡ ਐਕਸੀਡੈਂਟ ਹੋ ਜਾਏ ਪ੍ਰੋਡ ਐਕਸੀਡੈਂਟ ਸਵਾਲ ਇਹ ਹੈਗਾ ਕਿ ਇਹ ਤਾਂ ਇਮਚਿਓਰਲੀ ਗੱਲਾਂ ਕਰਦੇ ਹੈਗੇ ਗੱਲ ਇਹ ਹੈ ਕਿ ਸਾਡੀਆਂ ਪਾਵਨਾ ਉਹਨਾਂ ਨੂੰ ਇਹ ਰੋਜ਼ ਜਗਾਉਂਦੇ ਪਿਆ ਨੇ ਇਹ ਸਾਨੂੰ ਰੋਜ਼ ਇੱਕ ਨਵਾਂ ਮੁੱਦਾ ਦਿੰਦੇ ਪਾਉਂਦੇ ਨੇ ਠੀਕ ਹੈ ਠੀਕ ਇਹਦੇ ਚ ਸਿਆਸਤ ਦੀ ਗੱਲ ਤਾਂ ਕਾਦੀ ਹੈ ਮੁੱਦੇ ਸਾਨੂੰ ਇਹੀ ਰੋਜ਼ ਦੇ ਹੀ ਜਾਂਦੇ ਨੇ ਮੈਨੂੰ ਮਾਸਟਰ ਤਾਰਾ ਸਿੰਘ ਦੀ ਗੱਲ ਯਾਦ ਆ ਗਈ ਸੀ ਬੜੇ ਛੋਟੇ-ਛੋਟੇ ਸੀ ਕਹਿੰਦੇ ਵੀ ਸੰਤ ਕਾਂਗਰਸ ਇਹ ਮੁੱਦਾ ਦੇ ਛੱਡ ਦੇ ਸਭ ਨੇ ਆਪਣੇ ਮੁੱਦੇ ਬਣਾਉਣ ਦੀ ਲੋੜ ਹੀ ਕੋਈ ਨਹੀਂ ਨਹੀਂ ਰਾਹੁਲ ਗਾਂਝ ਨੇ ਦਿੱਤਾ ਪਰ ਇਹ ਵੀ ਹੈ ਕਿ ਉਹ ਲੋਕ ਹੁਣ ਐਫ ਆਈ ਆਰ ਕਿਉਂ ਨਹੀਂ ਕਰਾਉਂਦੇ ਕਿਉਂਕਿ ਜਿਨ੍ਹਾਂ ਦੀ ਐਫ ਆਈ ਆਰ ਨੋਟ ਨਹੀਂ ਕੀਤੀਆਂ ਗਿਆ ਹੁਣ ਵੀ ਤਾਂ ਉੱਠ ਕੇ ਸਾਹਮਣੇ ਆ ਸਕਦੇ ਨੇ ਨਹੀਂ ਜੀ ਵਿਚਾਰੇ ਕਿਵੇਂ ਆਉਣ ਦੇਖੋ ਤੁਸੀਂ ਗੱਲ ਇੱਕ ਸਮਝੋ ਲੋਕਾਂ ਦਾ ਦੁੱਖ ਬਹੁਤ ਲੋਗ ਇਹ ਤੋਂ ਚਲੇ ਗਏ ਬਹੁਤ ਮਰ ਗਏ ਬਹੁਤ ਵਿਚਾਰੇ ਆਪਣਾ ਇਹ ਸਮਝ ਕੇ ਕਿ ਅਸੀਂ ਬੇਯਾਤਰੇ ਆ ਹੋਣਾ ਕੁਝ ਨਹੀਂ ਲੋਕ ਚੁੱਪ ਹੋ ਗਏ ਆਫਟਰਲ ਇੰਨਾ 28 ਨਤੀਸਾਨ ਕੌਣ ਬਰਦਾਸ਼ਤ ਕਰ ਸਕਦਾ ਵੇਖੋ ਇਹਦਾ ਆਈ ਵਿਟਨੈਸ ਉਸ ਵਕਤ ਹੀ ਹੁੰਦਾ ਹੈ ਇਹੀ ਸਾਨੂੰ ਦੁੱਖ ਹੈ ਮੈਂ ਇਸੇ ਗੱਲ ਤੇ ਤੁਹਾਨੂੰ ਵਾਪਸ ਲੈ ਕੇ ਆ ਰਿਹਾ ਵੀ ਜਿਹੜੇ ਤੁਸੀਂ ਐਸਆਈਟੀ ਦੀ ਡਿਮਾਂਡ ਕਰ ਰਹੇ ਹੋ ਕਿ ਸੁਪਰੀਮ ਕੋਰਟ ਦੇ ਅੰਡਰ ਬਣਾਈ ਜਾਵੇ ਫਿਰ ਤੁਹਾਨੂੰ ਲੱਗਦਾ ਕਿ ਐਸਆਈਟੀ ਦੀ ਟੀਮ ਕੁਝ ਕਰ ਸਕਦੀ ਦੇਖੋ ਕੁਝ ਨਹੀਂ ਨਿਕਲਣਾ ਗੱਲ ਉਹ ਹੋਵੇ ਮਾਫ ਕਰਿਓ ਇਹ ਹਟ ਕੇ ਮੈਂ ਕਰਨਗਾ ਮੈਂ ਪਾਰਲੀਮੈਂਟ ਚ ਕਹੀ ਸੀ ਜੋ ਸਾਊਥ ਅਫਰੀਕਾ ਨੇ ਕੀਤਾ ਹੈ ਟਰੂਥ ਐਂਡ ਰੀਕਾਂਸਿਲੀਏਸ਼ਨ ਲਗਭਗ 30 ਸਾਲ ਤੱਕ ਲੋਚਨ ਸਿੰਘ ਜੀ ਹੋਗੇ ਰਹੇ ਸਾਡੀ ਜੁਡੀਸ਼ਰੀ ਜੱਜ ਸਾਡੇ ਇਹ ਜਿਹੜੇ ਦੋਸ਼ੀ ਨੇ ਉਹ ਕੇ ਦੋਸ਼ ਕਬੂਲ ਕਰਨ ਬਿਲਕੁਲ ਬڑے ਲੀਡਰ ਹੈ ਚਾਹੇ ਉਹ ਗਵਰਨਰ ਹੈ ਚਾਹੇ ਉਹ ਪੁਲਿਸ ਕਮਿਸ਼ਨਰ ਹੈ ਜਾਇਓ ਐਮਪੀ ਇਹ ਜੀ ਇੱਕ ਗੱਲ ਸੁਣੋ ਇੱਕ ਗੱਲ ਸੁਣੋ ਬੜਾ ਚਾਹੁੰਦਾ ਛੋਟਾ ਜਿਹਾ ਮੈਂ ਐਡ-ਆਨ ਕਰਨਾ ਚਾਹ ਰਿਹਾ ਛੋਟਾ ਜਿਹਾ ਕੇਟੀਐਸ ਤੁਲਸੀ ਦੇ ਨਾਲ ਥੋੜੇ ਸਮੇਂ ਪਹਿਲਾਂ ਮੈਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਿੱਥੇ ਇਹ ਲੋਕ ਜਿਹੜੇ ਮੁਲਜ਼ਮ ਨੇ ਜਾਂ ਸਰਕਾਰ ਦੋਸ਼ੀ ਹੈ ਉਹਨਾਂ 'ਕੋ ਦੋਸ਼ ਸਾਡੇ ਉਹਨਾਂ ਵਕੀਲਾਂ ਦੇ ਵਿੱਚ ਵੀ ਹੈ ਜਿਹੜੇ ਲਗਭਗ 30 ਸਾਲ ਤੋਂ ਕੇਸ ਲੜਦੇ ਆ ਰਹੇ ਨੇ ਹੁਣ ਉਹ ਕਹਿ ਰਹੇ ਨੇ ਕਿ ਐਸਆਈਟੀ ਬਣੇਗੀ ਤਾਂ ਕੁਝ ਹੋਏਗਾ ਨਹੀਂ ਤਾਂ ਇਹਨਾਂ ਦਾ ਕੁਝ ਨਹੀਂ ਹੋਣਾ ਤੁਹਾਨੂੰ ਲੱਗਦਾ ਕਿ ਵਕਈ ਚੰਗੇ ਵਕੀਲਾਂ ਦੀ ਘਾਟ ਕਰਕੇ ਵੀ ਸਾਡੇ ਕੇਸ ਜਿਹੜੇ ਮੈਂ ਜਵਾਬ ਦਿੰਦਾ ਮੈਂ ਤੁਹਾਨੂੰ ਜੀ ਇਹ ਗੱਲ ਬ ਸਾਰੇ ਲੋਕਾਂ ਨੇ ਗੱਲ ਬੜੀ ਵਧੀਆ ਕੀਤੀ ਹੈ ਕਿ ਨੌ ਕਮਿਸ਼ਨ ਤਾਂ ਅੱਗੇ ਬੈਠ ਚੁੱਕੇ ਨੇ ਨਾਨਾ ਬੋਦੀ ਕਿਸ਼ਨ ਜੈਨ ਕਮਿਸ਼ਨ ਬੈਨਰਜੀ ਕਮਿਸ਼ਨ ਸਾਰੇ ਕਮਿਸ਼ਨ ਬੈਠ ਚੁੱਕੇ ਨੇ ਅੱਜ ਕਿਹੜੀ ਨਵੀਂ ਗੱਲ ਬਣੀ ਹੈ ਯਾਦ ਰੱਖਿਆ ਜੇ ਜਿਹੜਾ ਬੱਚਾ ਉਸ ਦਿਨ 1 ਸਾਲ ਦਾ ਸੀ 1984 ਦੇ ਵਿੱਚ ਇਸ ਨਸਲਕੁਸ਼ੀ ਦੇ ਦੌਰਾਨ ਨਵੰਬਰ ਵਿੱਚ ਅੱਜ ਉਹ ਬੰਦਾ 30 ਸਾਲ ਹੋ ਗਿਆ ਮੈਨੂੰ ਇੰਨੇ ਉਹ ਬੰਦੇ ਮਿਲੇ ਨੇ ਜਿਹੜੇ ਅੱਜ ਕੁੱਲੀ ਨੇ ਰੇਲਵੇ ਸਟੇਸ਼ਨਾਂ ਤੇ ਨizamuddin ਤੇ ਬਾਕੀ ਸਟੇਸ਼ਨਾਂ ਤੇ ਉਹ ਜ਼ੁਲਮ ਸਹਿੰਦਾ ਨਹੀਂ ਤੁਲਸੀ ਜੀ ਠੀਕ ਹੈ ਤੁਸੀਂ ਠੀਕ ਹੈ ਕੀ ਜੀ ਗੱਲ ਨੂੰ ਠੀਕ ਹੈ ਕੀ ਜੀ ਗੱਲ ਆਪਾਂ ਕਿੰਨੇ ਕੇਸ ਸਾਡੇ ਵਕੀਲ ਇਹਨੂੰ ਕਾਮਯਾਬ ਕਰ ਸਕੈ ਨੇ ਖਿਮਾ ਕਰਨਾ ਮੈਂ ਮਾਫ ਕਰਨਾ ਮੈਂ ਕਿਸੇ ਵਕੀਲ ਸ਼ਾਇਦ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਸਵਾਲ ਇਹ ਆਏਗਾ ਕਿ ਅੱਜ ਤੱਕ ਸਿਰਫ 60 ਬੰਦੇ ਆ ਕੇ 61 ਬੰਦੇ ਨੂੰ ਸਿਰਫ ਸਜ਼ਾ ਮਿਲੀ ਛੋਟੀ ਮੋਟੀ ਇੱਕ ਬੰਦੇ ਨੂੰ ਫਾਂਸੀ ਨਹੀਂ ਅੱਜ ਤੱਕ ਮਿਲੀ ਅੱਜ ਆਪਾਂ ਦਵਿੰਦਰਪਾਲ ਸਿੰਘ ਪੁੱਲਰ ਵਾਸਤੇ ਉਹਨੂੰ ਤਾਂ ਕਹਿੰਦੇ ਆ ਕਿ 9 ਬੰਦੇ ਮਾਰੇ ਸ਼ਾਇਦ ਉਹ ਸਾਜ਼ਿਸ਼ ਇਨਵੋਲਡ ਸੀਗਾ ਉਹ ਜ਼ੁਲਮ ਸਾਈ ਦਾ ਜਿਹੜੇ ਸ਼ਰਿਆ ਮਾਰਦੇ ਪੈ ਰਹੇ ਨੇ ਉਹ ਤਾਂ ਬਜ਼ਾਰਾਂ 'ਚ ਫਿਰਦੇ ਪੈ ਰਹੇ ਨੇ ਇੱਕ ਬੰਦੇ ਨੂੰ ਫਾਂਸੀ ਤਾਂ ਮਿਲੀ ਉਹ ਕਿਸੇ ਨੂੰ ساری ਉਮਰ ਕੈਦੀ ਦੇ ਛੱਡਦੇ ਉਹਨਾਂ ਨੂੰ ਕਾਂਗਰਸ ਦਿੱਕਤਾਂ ਨਾਲ ਨਿਵਾਜਦੇ ਨਹੀਂ ਜਿਵੇਂ ਫਿਰ ਫਿਰ ਤਰੋਚੇ ਸਿੰਘ ਜੀ ਇਸ ਦਾ ਤਾਂ ਸੇਮ ਹੈ ਤੋਂ ਤੁਸੀਂ ਕਿ ਵਾਕਈ ਸਾਡੇ ਚੰਗੇ ਵਕੀਲਾਂ ਦੀ ਘਾਟ ਰਹੀ ਹੈ ਇਸ ਪੂਰੇ ਮਾਮਲੇ ਵਿੱਚ ਐਕਚੁਅਲੀ ਦੇਖੋ ਇਹ ਜਿਹੜੀ ਤੁਲਸੀ ਸਾਹਿਬ ਬਹੁਤ ਵੱਡੇ ਵਕੀਲ ਹਨ ਉਹਨਾਂ ਦੇ ਕਮੈਂਟ ਨੂੰ ਵਾ ਕੋਈ ਉੱਤੇ ਕਮੈਂਟਰੀ ਨਹੀਂ ਕਰਦਾ ਬਾਦਲ ਸਿੰਘ ਸਾਹਿਬ ਨੇ ਬਹੁਤ ਚੀ ਗੱਲ ਕਹੀ ਹੈ ਵੀ ਜਿਹੜੇ ਕੇਸ ਪੈ ਜੇ ਇਹ ਤਾਂ ਪਹਿਲਾਂ ਫੈਸਲਾ ਕਰੋ ਐਸਆਈਟੀ ਤੋਂ ਬਾਅਦ ਦੀ ਗੱਲ ਹੈ ਬਾਦਲ ਸਾਹਿਬ ਕਹਿੰਦੇ ਪਹਿਲਾਂ ਇਹਨਾਂ ਵਰਮਦੋਂ ਚਲੂ ਹੋ ਜੋ ਭਾਈਨ ਕਿ ਲਗਭਗ ਅਸੀਂ 10 ਸਾਲ ਹੋਰ ਪਿੱਛੇ ਚਲੇ ਜਾਗੇ ਜਿਹੜੀ ਗੱਲ ਜਿਹੜਾ ਮੁੱਦਮ ਸਾਹਮਣੇ ਖੜੇ ਸਾਡੇ ਉਹਨਾਂ ਨੇ ਸਦਾ ਦੁਆਏ ਠੀਕ ਹੈ ਠੀਕ ਹੈ ਇਸ ਪੂਰੀ ਵਿਚਾਰ ਚਰਚਾ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਸੋ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਗੱਲ ਜਿਹੜੀ ਸਾਹਮਣੇ ਇਹੀ ਆਈ ਹੈ ਕਿ ਹਲੇ ਵੀ ਜਿਹੜੇ ਆਪਣੇ ਸੰਤਾਪ ਦੇ ਲਗਭਗ 30 ਸਾਲ ਆਪਣੇ ਪਿੰਡ ਤੇ ਹੰडा ਚੁੱਕੇ ਨੇ ਉਹ ਲੋਕ ਹਲੇ ਵੀ ਦਰਦ ਦਰਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਔਰ ਇਹ ਜਗ ਜाहिर ਹੁੰਦਾ ਜਾ ਰਿਹਾ ਕਿ ਪੂਰੀ ਪਲੈਨ ਉਹ ਉਹਦਾ ਰਾਸ਼ਟਰਪਤੀ ਦਾ ਉਹਦਾ ਉਸ ਨੂੰ ਵੀ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਹੈ ਅਜਿਹੇ ਦੋ ਕਾਂਡ ਕਰਕੇ ਜਿਸ ਨੂੰ ਸਿੱਖ ਕੌਮਤਾ ਉਮਰਨੀ ਪੁਲਸ ਦਿੱਤੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਆਦਮੀ ਦੀ ਇਸ ਮੁਲਕ ਦੇ ਵਿੱਚ ਬੁੱਕਤ ਕੀ ਹੋਏਗੀ ਉਸ ਸਮੇਂ ਜਦੋਂ ਰਾਸ਼ਟਰਪਤੀ ਨੂੰ ਵੀ ਇਹ ਸਭ ਕੁਝ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਸੋ ਇਸੇ ਸਾਡੀ ਖਾਸ ਵਿਚਾਰ ਚਰਚਾ ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰੂਪੀ ਟੀਸੀ ਨਿਊਜ਼ ਨਾਲ ਧੰਨਵਾਦ ਥੈਂਕ ਯੂ ਥੈਂਕ ਯੂ